ਸਥਾਨੀਆਂ ਕੀਤੀਆਂ ਸੀਗੀਆਂ ਪਰ ਅਮਰਜੋਤ ਸਿੰਘ ਜੀ ਨੇ। ਅਮਰਜੋਤ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਦੋਸਤਾਂ ਨੂੰ, ਸਾਰੇ ਇਮੀਗ੍ਰੇਸ਼ਨ ਪ੍ਰੇਮੀਆਂ ਨੂੰ ਮੇਰਾ ਦਿਲੋਂ ਜੀ ਆਇਆਂ ਨੂੰ, ਤੁਸੀਂ ਆਇਓ ਅੱਜ। ਮੈਨੂੰ ਹਰੇਕ ਕਾਲ ਆਇਆ ਸੰਗਤ ਸਾਹਿਬ ਜਸਟ ਅਬਾਊਟ ਹਾਫ ਐਨ ਆਵਰ ਗੋ ਕਿ ਇੱਕ ਕਿਸੇ ਡੰਬ ਐਂਡ ਡੈਫ ਲੜਕੀ ਦੇ ਬਾਰੇ ਗੱਲ ਕਰਨੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਾਲ ਕਰੋ ਰੇਡੀਓ ਸਟੇਸ਼ਨ 'ਤੇ, ਉੱਥੇ ਆਪਾਂ ਡਿਸਕਸ ਕਰਾਂਗੇ, ਅਤੇ ਮੈਂ ਆਸ ਕਰਦਾ ਉਹ ਮੇਰੀ ਗੱਲ ਸੁਣ ਰਹੇ ਹੋਣਗੇ, ਅਤੇ ਫਿਰ ਆਪਾਂ ਉਹਨਾਂ ਦਾ ਕੇਸ ਡਿਸਕਸ ਕਰਾਂਗੇ। ਇੱਕ ਕੇਸ ਤੁਸੀਂ ਦੋਸਤੋ ਪੜ੍ਹਿਆ ਹੋਣਾ ਸੰਗਤ ਸਾਹਿਬ, ਤੁਸੀਂ ਪੜ੍ਹਿਆ ਨਾ ਕਿ ਵੀ ਇੱਕ ਰਜਾਇਨਾ ਦੀ ਖਬਰ ਆਈ ਹੈ CBC ਨਿਊਜ਼ ਤੋਂ ਕਿ ਰਜਾਇਨਾ ਦੀ ਜਿਹੜੇ ਮੇਅਰ ਸੀ ਪੁਰਾਣੇ ਸਾਬਕਾ ਮੇਅਰ, ਉਹਨਾਂ ਦੀ ਇੱਕ ਕੰਪਨੀ ਅਤੇ ਉਹਨਾਂ ਦੇ ਨਾਲ ਇੱਕ ਦੋ ਦੋਸਤ ਹੋਰ ਇੰਸ਼ੋਰੈਂਸ ਕੰਪਨੀ ਜੀ, ਕਈ ਉਹ ਉਹਨਾਂ ਦੇ ਇੰਪਲੋਈਜ਼ ਸਨ, ਅਤੇ ਇੱਕ ਫੈਮਿਲੀ ਨੇ, ਇੱਕ ਚਾਈਨੀਜ਼ ਓਨਡ ਯੂ ਨੋ ਕਪਲ, ਉਹਨਾਂ ਦੀ ਕੋਈ ਏਜੰਸੀ ਵਗੈਰਾ ਹੋਏਗੀ, ਉਹਨਾਂ ਨੇ ਉਹਨਾਂ ਨੂੰ ਅਪਰੋਚ ਕਰਕੇ ਕਈ ਹਜ਼ਾਰਾਂ ਦੀ ਤਰ੍ਹਾਂ 'ਚ ਜੋਬ ਆਫਰ, 1200 ਮਤਲਬ ਜੋਬ ਆਫਰ ਲਈ ਉਹਨਾਂ ਨੂੰ ਪੈਸੇ ਦੇਣ ਦਾ ਆਫਰ ਕੀਤਾ ਕਿ ਵੀ ਤੁਸੀਂ ਪੈਸੇ ਦਿਓ, ਫਲਾਨਾ ਇਸ ਤਰ੍ਹਾਂ ਕਰੋ। ਇਹਦੇ ਬਾਰੇ ਮੈਂ ਕਈ ਸਾਲਾਂ ਤੋਂ ਮੈਂ ਕਹਿ ਰਿਹਾ ਕਿ ਵੀ ਇਹ ਜਿਹੜਾ ਜੋਬ ਦਾ ਸਿਸਟਮ ਹੈ ਨਾ, ਕਿਉਂਕਿ ਜੋ ਵੀ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਹੈ, ਰੈਗੂਲਰ ਇਮੀਗ੍ਰੇਸ਼ਨ ਜਾਂ PNP ਜਿਹੜੀ ਸੈਸਕਚੁਆਨ ਨੋਮੀਨੀ ਪ੍ਰੋਗਰਾਮ, ਉਹਦੇ ਵਿੱਚ ਜੋਬ ਇਜ਼ ਦ ਕ੍ਰਿਟੀਕਲ ਮਿਸਿੰਗ ਪਾਰਟ। ਜੇਕਰ ਤੁਹਾਡੇ ਕੋਲ ਜੋਬ ਹੈ ਤਾਂ ਤੁਹਾਡੇ ਪੁਆਇੰਟਸ ਬਣਦੇ, ਜੇ ਜੋਬ ਨਹੀਂ ਹੈ ਪੁਆਇੰਟਸ ਨਹੀਂ ਬਣਦੇ। ਸੋ ਜੋਬ ਇੱਕ ਉਹ ਫਾਰਮੂਲਾ ਕ੍ਰਾਈਟੀਰੀਆ ਹੈ ਜਿਹਦੇ ਥਰੂ ਅਗਰ ਜੇ ਕਿਸੇ ਨੂੰ ਜੋਬ ਮਿਲ ਗਈ, ਜੋ ਵੀ ਉਹਨਾਂ ਨੂੰ ਪੈਸਾ ਪੂਸਾ ਜਿਹੜਾ ਆਪਸ 'ਚ ਖਰੀਦ ਫਰੋਖ ਕਰਦੇ ਹੈ, ਉਹਦੇ ਥਰੂ ਉਹ ਮਤਲਬ ਇਮੀਗ੍ਰੇਸ਼ਨ ਨੂੰ ਕੈਪਚਰ ਕਰਦੇ ਹੈ, ਅਤੇ ਇਹ ਸਮਗਲਿੰਗ ਮਾਰਕੀਟ ਚੱਲ ਰਿਹਾ। ਲੋਕ ਤਾਂ ਕਹਿੰਦੇ ਕਿ ਵੀ ਡਰੱਗ ਮਾਫੀਆ ਹੈ, ਜਿਹੜੇ ਕੈਨੇਬਿਸ ਮਾਫੀਆ ਹੈ, ਫਲਾਨਾ ਕੋਈ ਹੋਰ ਮਾਫੀਆ ਹੈ, ਰੀਅਲ ਸਟੇਟ ਮਾਫੀਆ ਹੈ। ਮੈਂ ਤਾਂ ਕਈ ਸਾਲਾਂ ਤੋਂ ਕਹਿ ਰਿਹਾ ਕਿ ਜਿੰਨਾ ਇਮੀਗ੍ਰੇਸ਼ਨ, ਰੀਅਲ ਸਟੇਟ, ਜਿਹੜਾ ਉਹ ਜਿਹੜੇ LMIA ਮਾਫੀਆ ਹੈ, ਉਹਨਾਂ ਮਾਫੀਆ ਤਾਂ ਕਿਤੇ ਹੋਰ ਨਹੀਂ ਹੋ ਸਕਦਾ, ਕਿਉਂਕਿ ਇਹ ਥੋੜ੍ਹਾ ਹਰ ਜਗ੍ਹਾ ਚੱਲ ਰਿਹਾ ਹੈ, ਅਤੇ ਕਿਸੇ ਨੂੰ ਵਾਰ ਖਬਰ ਵੀ ਨਹੀਂ ਹੁੰਦੀ ਅਨਲੈਸ ਯੂ ਕਨੈਕਟ ਵਿਦ ਇਮੀਗ੍ਰੇਸ਼ਨ ਵਰਲਡ, ਅਤੇ ਪੈਸੇ ਦੀ ਖਰੀਦ ਫਰੋਖਤ ਹੋਈ ਜਾ ਰਹੀ ਹੈ ਹਰ ਜਗ੍ਹਾ। ਵੀ ਵਰ ਟਾਕਿੰਗ ਲਾਸਟ ਟਾਈਮ ਇਨ ਵੈਨਕੂਵਰ ਏਰੀਆ, ਇਨ ਟੋਰਾਂਟੋ ਏਰੀਆ, ਪਰ ਦੇਖੋ ਇੱਥੇ ਸੈਸਕਚੁਆਨ, ਆਈ ਕੁਡ ਨਾਟ ਬਿਲੀਵ ਕਿ ਸੈਸਕਚੁਆਨ ਵੀ ਇੱਦਾਂ ਚੱਲ ਰਿਹਾ ਹੋਗਾ। ਪਿਛਲੇ ਮੇਰੇ ਖਿਆਲ 5-6 ਸਾਲ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ। ਤੁਸੀਂ ਕਹਿ ਰਹੇ ਸੀ ਉਹਨਾਂ ਨੂੰ ਜਿਹੜੇ ਸਬੂਤ ਮਿਲੇ, ਜਿਹੜੇ ਗਾਰਬੇਜ ਬਿਨ ਤੋਂ ਉਹਨਾਂ ਦੇ ਕੋਈ ਰਿਕਾਰਡ ਮਿਲੇ, ਕੋਈ ਪੇਪਰ ਉੱਥੇ ਮਿਲੇ ਜੀ? ਤਾਂ ਉਹਨਾਂ ਪੇਪਰਾਂ ਤੋਂ ਪਤਾ ਲੱਗਾ, ਇੱਕ ਪੇਪਰ ਅਜਿਹਾ ਵੀ ਸੀ ਜਿਹਦੇ 'ਤੇ ਨਾ ਕਿਸੇ ਵਿਅਕਤੀ ਨੇ ਕਿਸੇ ਦੇ ਸਿਗਨੇਚਰ ਜਿਹੜੇ ਸੀ ਫੋਰਜ ਕਰਨੇ ਸੀਗੇ, ਤਾਂ ਉਹ ਵਾਰ ਵਾਰ ਉਹਦੇ 'ਤੇ ਪ੍ਰੈਕਟਿਸ ਕਰ ਰਹੇ ਸੀ, ਜਿਵੇਂ ਸਕੂਲਾਂ ਦੇ ਵਿੱਚ ਊੜਾ ਏੜਾ ਲਿਖਣਾ। ਇਟ ਇਜ਼ ਵੈਰੀ ਡੇਂਜਰਸ ਐਕਚੁਲੀ, ਕੀ ਕੁਛ ਹੋ ਰਿਹਾ ਸਾਰਾ ਇਮੀਗ੍ਰੇਸ਼ਨ ਦੇ ਪ੍ਰਤੀ। ਐਕਚੁਲੀ ਇੱਥੇ ਜਨ ਧਾਰਨਾ ਜਿਹੜੀ ਹੈ ਨਾ, ਉਹ ਨੈਗੇਟਿਵ ਜਾ ਰਹੀ ਹੈ। ਇੱਕ ਹੋਰ ਵੀ ਖਬਰ ਹਾਲ ਦੀ ਤੁਸੀਂ ਪਿਛਲੇ ਹਫ਼ਤੇ ਦੇਖੀ ਹੋਣੀ ਕਿ ਜਿਹੜੀ ਜਨਰਲ ਆਡੀਅੰਸ, ਜਨਰਲ ਪਬਲਿਕ ਹੈ, ਉਹਨਾਂ ਨੇ ਜਿੰਨੇ ਵੀ ਰੈਫਿਊਜੀ ਵਗੈਰਾ ਦੀ ਇਹ ਸੰਖਿਆ ਆ ਰਹੀ ਹੈ, ਵੱਧ ਰਹੀ ਹੈ ਪਿਛਲੇ ਕੁਛ ਸਾਲਾਂ ਤੋਂ, ਉਹਦੇ ਬਾਰੇ ਵੀ ਉਹਨਾਂ ਨੇ ਇੱਕ ਪੈਸੀਮਿਜ਼ਮ ਸ਼ੋਅ ਕੀਤਾ ਕਿ ਵੀ ਇਹ ਠੀਕ ਨਹੀਂ ਹੋ ਰਿਹਾ, ਅਤੇ ਲੋੜ ਤੋਂ ਜ਼ਿਆਦਾ ਰੈਫਿਊਜੀ ਅਸੀਂ ਆ ਰਹੇ ਹਾਂ, ਅਸੀਂ ਲਈ ਜਾ ਰਹੇ ਹਾਂ। ਆਪਾਂ ਇਸ ਬਾਰੇ ਯਾਦ ਹੈ ਆਪਾਂ ਡਿਸਕਸ਼ਨ ਕਰ ਰਹੇ ਸੀ 1-2 ਹਫ਼ਤੇ ਪਹਿਲਾਂ ਕਿ ਵੀ ਤੁਸੀਂ ਕਿਹਾ ਸੀ ਕਿ ਵੀ ਬਾਕੀ ਉਹਨਾਂ ਦੀ ਹਾਲਤ ਤੁਹਾਨੂੰ ਪਤਾ ਨਹੀਂ ਕਿੰਨੀ ਹਾਲਤ ਮਾੜੀ ਹੈ ਜੀ, ਸੀਰੀਆ ਵਾਲੇ ਅਤੇ ਫਲਾਨਾ ਇਸ ਤਰ੍ਹਾਂ ਵਾਲੇ, ਅਤੇ ਮੈਂ ਦਲੀਲ ਦੇ ਰਿਹਾ ਸੀ ਕਿ ਵੀ ਬਾਕੀ ਕੰਟਰੀ ਕਿਉਂ ਨਹੀਂ ਕਰਦੇ, ਅਸੀਂ ਹੀ ਰਹਿ ਗਏ ਸਾਰੇ। ਸੋ ਵੀ ਆਰ ਬਿਕੋਜ਼ ਵੀ ਨੋ ਟੇਕਿੰਗ ਦ ਟੈਕਸ ਪੇਅਰ ਫੰਡਡ ਮਨੀ ਔਨ ਦਿਸ। ਉਹ ਗੱਲ ਇਹਦਾ ਟੈਕਸ ਪੇਅਰ ਫੰਡਡ ਕੰਟਰੀ ਤਾਂ ਹੈ, ਇਹ ਹਮੇਸ਼ਾ ਹੀ ਰਹੀ ਹੈ ਟੈਕਸ ਪੇਅਰ ਫੰਡਡ। ਪ੍ਰੋਬਲਮ ਕੀ ਹੋਈ ਸੀ ਇਹ ਜਦੋਂ ਲੋਕਾਂ ਦੇ ਵਿੱਚ ਨਾ ਇਸ ਗੱਲ ਦਾ ਜਿਹੜਾ ਰੋਸ ਆ ਜਾਂ ਉਹਦੀ ਵਿਰੋਧਤਾ ਹੋਣੀ ਆਰੰਭ ਹੋਈ ਆ, ਇਹ ਉਦੋਂ ਹੋਈ ਜਦੋਂ ਲੋਕ ਬਿਨਾਂ ਕਿਸੇ ਕੀ ਕਹਿੰਦੇ ਹੁੰਦੇ, ਜਦੋਂ ਟਰੰਪ ਨੇ ਉੱਧਰ ਬਦਲਿਆ ਕੰਮ ਕਾਰ ਅਤੇ ਲੋਕ ਉੱਦਾਂ ਹੀ ਟੈਚੀ ਚੱਕ ਕੇ ਬਾਰਡਰ ਕ੍ਰੋਸ ਕਰੀ ਜਾ ਰਹੇ ਸੀ, ਉਸ ਗੱਲ 'ਤੇ ਲੋਕਾਂ ਨੂੰ ਜਿਹੜਾ ਚਿੰਤਾ ਹੋਈ ਔਰ ਫਿਕਰ ਹੋਈ ਆ। ਟਰੂਡੋ ਸਾਹਿਬ ਨੇ ਕਿਹਾ ਤੱਕ ਵੀ ਟਵੀਟ ਛੱਡ ਦੇ, ਆ ਜਾਓ, ਵੈਲਕਮ, ਆ ਜਾਓ ਇੱਧਰ। ਪ੍ਰਧਾਨ ਮੰਤਰੀ ਬਣੇ ਆ ਤੇ ਉਧਰੋਂ ਇਹ ਮੁਸ਼ਕਲਾਂ ਜਿਹੜੀਆਂ ਅਮਰੀਕਾ ਦੇ ਵਿੱਚ ਆਰੰਭ ਹੋਣੀਆਂ ਸ਼ੁਰੂ ਹੋ ਗਈਆਂ ਜਦੋਂ ਉਧਰ ਕੀ ਕਹਿੰਦੇ ਨੇ ਟਰੰਪ ਸਾਹਿਬ ਬਣੇ ਆ ਰਾਸ਼ਟਰਪਤੀ। ਸੋ ਉਹ ਜਿਹੜਾ ਲੋਕਾਂ ਦਾ ਨਾ ਉਧਰੋਂ ਵਹਾਅ ਸੀਗਾ ਭਈ ਜਿਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ, ਪਤਾ ਨਹੀਂ ਕਿੱਧਰੋਂ ਆ ਰਿਹਾ ਕਿਉਂ ਆ ਰਿਹਾ, ਪਰ ਉਹ ਲੋਕ ਜਿਹੜੇ ਜਦੋਂ ਉਹਦੇ ਲੋਕਾਂ ਨੇ ਦੇਖੇ ਵੀ ਬਾਰਡਰ ਤੋਂ ਉੱਦਾਂ ਹੀ ਲੰਘੀ ਜਾ ਰਹੇ ਆ, ਉਸ ਗੱਲ ਨੇ ਲੋਕਾਂ ਨੂੰ ਬੜਾ ਚਿੰਤਿਤ ਕਰ ਦਿੱਤਾ। ਹੁਣ ਤੁਸੀਂ ਇਹ ਵੀ ਦੇਖੋਗੇ ਇਸੇ ਹੀ ਸਰਵੇ ਦੇ ਵਿੱਚ ਅੱਜ ਇਹ ਵੀ ਉਹਨਾਂ ਨੇ ਲਿਖਿਆ ਆ ਵੀ ਲੋਕਾਂ ਨੂੰ ਇਹ ਫਿਕਰ ਹੋ ਰਿਹਾ ਵੀ ਜਿਹੜੀਆਂ ਵਿਜ਼ੀਬਲ ਮਾਈਨੋਰਿਟੀਜ਼ ਆ ਉਹ ਕੁਛ ਜ਼ਿਆਦਾ ਆ ਰਹੀਆਂ, ਉਹਦੇ ਤੁਸੀਂ ਵੀ ਆਉਂਦੇ ਤਾਂ ਮੈਂ ਵੀ ਬਿਲਕੁਲ ਬਿਲਕੁਲ ਸਾਰੇ ਜਿਹੜੇ ਜਿਹੜੇ ਕਿਊਬੈਕ ਵਾਲੇ ਵਿਜ਼ੀਬਲ ਮਾਈਨੋਰਿਟੀ ਜ਼ਰੂਰ ਰੈਕਗਨਾਈਜ਼ ਕਰਦੇ ਆ, ਜਿਹੜੇ
ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਜਿਹੜੀ ਗੋਰੇ ਦੀ ਕੋਕੇਸ਼ੀਅਨ ਪੋਪੂਲੇਸ਼ਨ ਹੈ ਕਿਉਂਕਿ ਉਹ ਵੀ ਫੀਲ ਫੀਲ ਕਰਦੇ ਤਾਂ ਹੋਣਗੇ ਜ਼ਰੂਰ ਕਿ ਵੀ ਮੈਂ ਉਹਨਾਂ ਦੀ ਗੱਲ ਹੀ ਕਰ ਰਿਹਾ ਸਾਡੀ ਸਾਡੀ ਗਿਣਤੀ ਗਿਣਤੀ ਘੱਟ ਰਹੀ ਹੈ ਉਹਨਾਂ ਨੂੰ ਹੀ ਤਾਂ ਇਹ ਪ੍ਰੋਬਲਮ ਆ ਰਹੀ ਹੈ ਵੀ ਵਿਜ਼ੀਬਲ ਮਾਈਨੋਰਿਟੀਜ਼ ਜਿਹੜੀਆਂ ਹੁਣ ਦੇਖੋ ਕਈ ਵਾਰੀ ਕੀ ਹੁੰਦਾ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨਾ ਬਣਾਉਂਦੇ ਜਦੋਂ ਚਾਹੇ ਉਹ ਮਲਟੀ ਕਲਚਰਲਿਜ਼ਮ ਵਾਲੀ ਆ ਉਹ ਜਦੋਂ ਲੋਕ ਝੰਡੇ ਹਿਲਾਉਂਦੇ ਆ ਉੱਥੇ ਵੱਖਰੇ ਵੱਖਰੇ ਗੀਤ ਗਾਣੇ ਗਾਏ ਭੰਗੜੇ ਪਾ ਲਿਆ ਗਿੱਧਾ ਪਾ ਲਿਆ ਹੋਰ ਡਾਂਸ ਕਰ ਲਿਆ ਮਲਟੀਕਲਚਰਲਿਜ਼ਮ ਲੋਕਾਂ ਨੂੰ ਇੱਦਾਂ ਲੱਗਦਾ ਵੀ ਸ਼ਾਇਦ ਜਿਹੜੀ ਐਕਸੈਪਟੇਬਿਲਟੀ ਆ ਲੋਕਾਂ ਦੀ ਉਹ ਬਹੁਤ ਲੋਕਾਂ ਦੇ ਦਿਲਾਂ 'ਚ ਘਰ ਕਰ ਗਈ ਹੈ ਪਰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੇਖੋ ਕੁਝ ਗੱਲਾਂ ਇੱਦਾਂ ਦੀਆਂ ਹੁੰਦੀਆਂ ਕਿ ਉਹ ਔਨ ਸਰਫਸ ਹੀ ਤੁਹਾਨੂੰ ਲੱਗਦਾ ਹੁੰਦਾ ਵੀ ਇਹ ਸਭ ਕੁਛ ਕਬੂਲ ਆ ਪਰ ਅੰਦਰੋਂ ਅੰਦਰੀ ਉਹ ਗੱਲ ਜਿਹੜੀ ਆ ਉਹ ਕਬੂਲ ਨਹੀਂ ਹੁੰਦੀ ਉਹ ਕਹਿੰਦੇ ਵੀ ਭਾਈ ਜਿੰਨਾ ਚਿਰ ਤੁਸੀਂ ਸਾਡੇ ਜਿਹੜੇ ਬਣਾਏ ਹੋਏ ਕਾਇਦੇ ਕਾਨੂੰਨ ਜਾਂ ਉਹਨਾਂ ਦੇ ਢੰਗ ਤਰੀਕਿਆਂ ਦੇ ਨਾਲ ਜੀਣਾ ਨਹੀਂ ਇੱਥੇ ਸਿੱਖਦੇ ਉਹਨਾਂ ਨੂੰ ਉਹ ਗੱਲ ਕੌੜੀ ਲੱਗਦੀ ਆ ਮੈਚੁਰੀ ਸਿੰਘ ਸਾਹਿਬ ਮੈਂ ਇਹਦੇ ਬਾਰੇ ਨਾ ਇੱਕ ਮੈਂ ਇੱਕ ਇੱਕ ਐਗਜ਼ਾਮਪਲ ਮੈਂ ਸੋਚਦਾ ਹੁੰਦਾ ਕਿ ਸਪੋਜ਼ ਲੈਟਸ ਸੇ ਕਿਹਾ ਮੈਂ ਇੰਡੀਆ ਰਹਿ ਰਿਹਾ ਕਿਤੇ ਕਿਸੇ ਆਪਣੇ ਦਿੱਲੀ ਮੁਹੱਲੇ 'ਚ ਰਹਿ ਰਿਹਾ ਰੈਗੂਲਰ ਇੱਕ ਆਪਣੀ ਜ਼ਿੰਦਗੀ ਬਸਰ ਹੋ ਰਹੀ ਹੈ ਮੇਰੇ ਮੁਹੱਲੇ 'ਚ ਅਗਰ ਇਕੱਠੇ ਹੀ 1000 ਫੈਮਲੀ ਅਫਰੀਕਾ ਤੋਂ ਜਾਂ ਚਾਈਨਾ ਤੋਂ ਆ ਜਾਏ ਆਮ ਜਸਟ ਟ੍ਰਾਈ ਟੂ ਅਸਿਊਮ ਕਿ ਮੈਂ ਆਪਣੇ ਮੁਹੱਲੇ 'ਚ ਰਹਿ ਰਿਹਾ ਅਤੇ ਮੇਰੇ ਵਿਦਇਨ 6 ਮੰਥਸ ਮੇਰੇ ਆਲੇ ਦੁਆਲੇ ਸਾਰੇ ਜਿਹੜੇ ਬਾਹਰ ਦੇ ਜਿਹਦੇ ਅਕੋਰਡਿੰਗ ਟੂ ਵਿਜ਼ੀਬਲ ਮਾਈਨੋਰਿਟੀ ਜਿਹੜੇ ਅਕੋਰਡਿੰਗ ਟੂ ਇੰਡੀਆ ਹੋ ਜਾਏ ਜਿਹੜੇ ਬਾਹਰ ਦੀ ਕੰਟਰੀ ਦੇ ਇੱਕਦਮ ਆ ਕੇ ਘਰ ਲੈ ਕੇ ਉੱਥੇ ਰਹਿਣ ਲੱਗ ਜਾਏ ਅਤੇ ਜਿਹੜੇ ਲੋਕਲ ਅਸੀਂ ਰਹਿ ਰਹੇ ਸਾਡੀ ਅਸੀਂ ਕਿੱਦਾਂ ਰਿਐਕਟ ਕਰਾਂਗੇ ਕਿੱਦਾਂ ਫੀਲ ਕਰਾਂਗੇ ਤੁਸੀਂ ਅੱਜ ਕਹਿੰਦੇ ਹੋ ਕਿ ਪੰਜਾਬ 'ਚ ਬਿਹਾਰੀ ਬਹੁਤ ਆ ਗਏ ਭਈਏ ਬਹੁਤ ਆ ਗਏ ਦੂਰ ਦਰਾਜ ਦੇ ਜਿਹੜੇ ਲੋਕ ਆ ਰਹੇ ਹੈ ਬੰਗਾਲ ਤੋਂ ਜਾਂ ਮਜ਼ਦੂਰ ਜਿਹੜੇ ਆ ਰਹੇ ਅਤੇ ਤੁਸੀਂ ਵੀ ਫੀਲ ਕਰਦੇ ਹੋ ਕਿ ਪੰਜਾਬ ਦਾ ਇਨਵੇਜ਼ਨ ਹੋ ਰਿਹਾ ਜੀ ਇੱਥੇ ਲੋਕ ਆ ਕੇ ਪੰਜਾਬ ਦੇ ਕਬਜ਼ਾ ਕਰ ਰਹੇ ਅਤੇ ਬਾਕੀ ਪੰਜਾਬੀ ਜਿਹੜੇ ਛੱਡ ਛੱਡ ਕੇ ਇੱਧਰ ਨੂੰ ਆ ਰਹੇ ਤੁਸੀਂ ਵੀ ਫੀਲ ਕਰਦੇ ਹੋ ਆਪਾਂ ਇੰਡੀਆ ਬੈਠੇ ਹਾਂ ਉਹ ਵੀ ਇੰਡੀਅਨ ਹੈ ਤੁਸੀਂ ਵੀ ਇੰਡੀਅਨ ਹੋ ਲੇਕਿਨ ਫਿਰ ਵੀ ਫੀਲ ਕਰਦੇ ਹੋ ਕਿ ਮਾਈਨੋਰਟੀ ਇਨਵੇਜ਼ਨ ਹੋ ਰਿਹਾ ਤੁਹਾਡੇ ਏਰੀਆ 'ਚ ਜਦ ਉੱਥੇ ਅਗਰ ਫੀਲ ਕਰ ਸਕਦੇ ਤਾਂ ਇੱਥੇ ਕੀ ਕਿਉਂ ਨਹੀਂ ਫੀਲ ਕਰ ਸਕਦੇ ਕਿ ਵੀ ਇੱਥੇ ਮਾਈਨੋਰਟੀ ਇਨਵੇਜ਼ਨ ਹੋ ਰਿਹਾ ਤੁਹਾਡਾ ਸਵਾਲ ਜਿਹੜਾ ਨਾ ਦੇਖੋ ਦੋ ਸਥਿਤੀਆਂ ਆ ਜਿਹੜਾ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਵੀ ਅਨਕੰਟਰੋਲਡ ਜਿਹੜੀ ਗੱਲਬਾਤ ਉੱਥੇ ਹੋ ਰਹੀ ਆ ਭਈ ਜਿੱਥੋਂ ਮਰਜ਼ੀ ਜਦੋਂ ਮਰਜ਼ੀ ਜਿਹੜਾ ਮਰਜ਼ੀ ਆ ਜਾਏ ਕਿਸੇ ਨੂੰ ਕੋਈ ਰੋਕ ਨਹੀਂ ਹੈ ਉੱਥੇ ਆ ਕੇ ਉਹ ਜ਼ਮੀਨ ਵੀ ਖਰੀਦ ਸਕਦਾ ਕੰਮ ਕਾਰ ਵੀ ਕਰ ਸਕਦਾ ਫੁੱਲ ਰਾਈਟ ਹੈ ਉਹਨਾਂ ਕੋਲ ਫੁੱਲ ਰਾਈਟ ਹੈ ਇਸ ਦੇਸ਼ ਦੇ ਵਿੱਚ ਜਦੋਂ ਲੋਕ ਆਏ ਆ ਤੇ ਉਹਨਾਂ ਲਈ ਨਾ ਉਹ ਇੱਕ ਕੰਟਰੋਲਡ ਢੰਗ ਤਰੀਕਾ ਵਰਤਿਆ ਜਾਂਦਾ ਜਿਹਦਾ ਤੁਸੀਂ ਨਿੱਤ ਇੱਥੇ ਆ ਕੇ ਗੱਲਬਾਤ ਜਦੋਂ ਕਰਦੇ ਆ ਤਾਂ ਦੱਸਦੇ ਆ ਪਰਸੈਂਟੇਜ ਬੇਸ ਕਿਹੜੀ ਕਿਹੜੀ ਕਿਸ ਤਰ੍ਹਾਂ ਬੰਦੇ ਜਿਹੜੇ ਆ ਇੱਥੇ ਆ ਸਕਦੇ ਕਿੰਨੇ ਲੋਕ ਆ ਸਕਦੇ ਆ ਹੁਣ ਆਪਾਂ ਇਹ ਵੀ ਵੇਖਿਆ ਵੀ ਇੱਥੇ ਸਰਕਾਰ ਕੋਸ਼ਿਸ਼ ਕਰਦੀ ਆ ਵੀ ਅਸੀਂ ਉਹਨਾਂ ਲੋਕਾਂ ਨੂੰ ਉੱਥੇ ਅਪਣਾਈਏ ਜਿੱਥੇ ਉਹਨਾਂ ਲੋਕਾਂ ਦੀ ਲੋੜ ਹੈਗੀ ਆ ਜਾਂ ਸਾਡੇ ਰੂਰਲ ਏਰੀਏ ਜਿਹੜੇ ਖਾਲੀ ਹੋ ਰਹੇ ਆ ਉੱਥੇ ਲੋਕਾਂ ਨੂੰ ਭੇਜੀਏ ਤਾਂ ਕਿ ਸਾਡੇ ਪਰ ਉੱਥੇ ਪੰਜਾਬ ਦੇ ਵਿੱਚ ਇੱਦਾਂ ਦੀ ਗੱਲ ਨਹੀਂ ਹੈ ਪੰਜਾਬ ਤੁਹਾਡੇ ਹਰੇਕ ਥਾਂ ਹੀ ਜਿਹੜਾ ਬੰਦਾ ਜਿੱਥੇ ਮਰਜ਼ੀ ਜਾ ਕੇ ਉੱਥੇ ਵਸੀ ਜਾ ਰਿਹਾ ਲੋਕੀ ਤਾਂ ਚਿੰਤਾ ਸੁਣਦੇ ਪਰ ਉੱਦਾਂ ਲੋਕਾਂ ਨੂੰ ਦੇਖੋ ਉੱਥੇ ਕੰਮ ਕਾਰ ਕਰਨ ਵਾਲੇ ਲੋਕਾਂ ਦੀ ਲੋੜ ਆ ਤੇ ਲੋਕੀ ਸਾਰੀਆਂ ਗੱਲਾਂ ਨੂੰ ਉਹਨਾਂ ਨੂੰ ਐਕਸੈਪਟ ਕਰਦੇ ਰਹਿਣ ਲਈ ਥਾਂ ਵੀ ਦਿੰਦੇ ਆ ਉਹਨਾਂ ਨੂੰ ਰੁਜ਼ਗਾਰ ਵੀ ਦਿੰਦੇ ਆ ਐਸੀ ਗੱਲ ਨਹੀਂ ਜਿੱਦਾਂ ਇੱਥੇ ਲੋਕਾਂ ਨੂੰ ਆਇਆਂ ਨੂੰ ਲੋਕਾਂ ਨੇ ਰੁਜ਼ਗਾਰ ਦਿੱਤੇ ਆ ਇਸੇ ਤਰ੍ਹਾਂ ਹੀ ਉੱਥੇ ਵੀ ਹੋ ਰਿਹਾ ਜੀ ਭਈ ਇੱਕ 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 ਗੱਲ ਜਿਹੜੀ ਦੇਖੋ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਵੀ ਇੱਥੇ ਜੇ ਅਨਕੰਟਰੋਲਡ ਢੰਗ ਤਰੀਕੇ ਦੇ ਨਾਲ ਹੁਣ ਜਿੱਥੋਂ ਮਰਜ਼ੀ ਜਦੋਂ ਮਰਜ਼ੀ ਜਿਹੜਾ ਮਰਜ਼ੀ ਆ ਜਾਏ ਫੇਰ ਪ੍ਰੋਬਲਮ ਆ ਪਰ ਜੇ ਸਰਕਾਰ ਨੇ ਜਿਹੜੀਆਂ ਨੀਤੀਆਂ ਬਣਾਈਆਂ ਹੋਈਆਂ ਆ ਵੀ ਭਾਈ ਸਾਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ ਆ ਜਿਹੜਾ ਸਰਵੇ ਆ ਅੱਜ ਵਾਲਾ ਉਹ ਵੀ ਇਹ ਗੱਲ ਕਹਿ ਰਿਹਾ ਭਈ ਜੀ ਬਹੁਤ ਸਾਰੇ ਲੋਕ ਕਹਿੰਦੇ ਵੀ ਸਾਨੂੰ ਜਿਹੜੇ ਸਕਿੱਲਡ ਲੋਕ ਆ ਉਹਨਾਂ ਨੂੰ ਸੱਦਣਾ ਚਾਹੀਦਾ ਮੈਂ ਜਿਹੜੀ ਦੂਜੀ ਗੱਲ ਕਹੀ ਆ ਨਾ ਵੀ ਉਹ ਉਸ ਗੱਲੋਂ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ ਵੀ ਹਾਂ ਜੀ ਇੱਥੇ ਟੂ ਮੈਨੀ ਜਿਹੜੇ ਵਿਜ਼ੀਬਲ ਮਾਈਨੋਰਿਟੀਜ਼ ਆ ਉਹ ਜ਼ਿਆਦਾ ਹੋ ਰਹੀਆਂ ਚਾਹੇ ਉਹਦੇ 'ਚ ਮੁਸਲਮਾਨ ਆ ਚਾਹੇ ਤੁਸੀਂ ਆ ਚਾਹੇ ਅਫਰੀਕਾ ਦੇ ਲੋਕ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਨਾਂ ਵਿੱਚ ਗੱਲਾਂ ਇੱਦਾਂ ਬਣਦੀਆਂ ਕਿਉਂਕਿ ਤੁਸੀਂ ਇੱਕ ਜਦੋਂ ਗੈਟੋਆਈਜੇਸ਼ਨ ਕਰਦੇ ਆ ਵੀ ਇੱਕੋ ਏਰੀਏ 'ਚ ਜਾ ਕੇ ਰਹਿਣਾ ਸ਼ੁਰੂ ਕਰ ਦਿਓਗੇ ਤਾਂ ਉਹ ਲੋਕਾਂ ਨੂੰ ਮਹਿਸੂਸ ਹੁੰਦਾ ਵੀ ਭਾਈ ਇੱਥੇ ਆਹ ਹੀ ਰਹਿੰਦੇ ਜਾਂ ਜੇ ਅਸੀਂ ਰਹਿਣਾ ਸਹਿਣਾ ਉੱਦਾਂ ਦਾ ਕਰ ਲਈਏ ਵੀ ਜਿਹੜਾ ਸਾਡਾ ਬਿਲਕੁਲ ਪੰਜਾਬੀ ਆ ਤਾਂ ਉਹਨਾਂ ਲੋਕਾਂ ਨੂੰ ਡਰ ਲੱਗਣਾ ਹੀ ਆ ਮੈਂ ਤੁਹਾਨੂੰ ਕੈਨੇਡਾ ਡੇ ਸੀ ਨਾ ਮੈਂ ਉਸ ਦਿਨ ਆਪਣੇ ਸੀਨੀਅਰ ਸੁਸਾਇਟੀ ਦੇ ਵਿੱਚ ਗਏ ਹੋਏ ਸੀ ਉੱਥੇ ਮਨਾਇਆ ਜਾਂਦਾ ਤੇ ਉੱਥੇ ਮੈਂ ਕੁਝ ਜਿਹੜੇ ਸੱਜਣ ਸੀ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਪੁੱਛਿਆ ਵੀ ਦੇਖੋ ਆਪਾਂ ਇਹ ਦਿਨ ਤਾਂ ਮਨਾ ਲੈਂਦੇ ਸਾਰੇ ਰਲ ਮਿਲ ਕੇ ਗੀਤ ਗਾਣਾ ਵੀ ਹੋ ਗਿਆ ਮਿਨਿਸਟਰ ਆ ਗਿਆ ਜਾਂ ਕੋਈ ਐਮ ਐਲ ਏ ਆ ਐਤਕੀ ਸਾਡੇ ਆਪਣੇ ਹੀ ਮੋਹ ਬੰਗਾ ਸਾਹਿਬ ਸੀਗੇ ਉੱਥੇ ਐਜ਼ ਏ ਮੁੱਖ ਮਹਿਮਾਨ ਪਰ
ਕੀ ਅਸੀਂ ਜਦੋਂ ਦੇ ਇੱਥੇ ਆਏ ਹਾਂ ਕਿ ਦੂਸਰਿਆਂ ਲੋਕਾਂ ਨੂੰ ਸੋਚਣ ਸਮਝਣ ਜਾਂ ਉਹਨਾਂ ਨਾਲ ਮਿਲਵਰਤਨ ਕਰਨ ਲਈ ਅਸੀਂ ਕਿਸ ਤਰ੍ਹਾਂ ਦੇ ਕੋਈ ਉਪਰਾਲੇ ਕੀਤੇ ਆ? ਉਹ ਗੱਲ ਕਹਿੰਦੇ ਜੀ ਨਹੀਂ ਉਹ ਹਾਂ ਠੀਕ ਆ, ਹੁਣ ਦੇਖੋ ਆਪਾਂ ਕਈ ਵਾਰੀ ਕਿਸੇ ਨੂੰ ਵਿਆਹ ਸ਼ਾਦੀ 'ਤੇ ਸੱਦ ਲਿਆ, ਕਿਸੇ ਹੋਰ ਫੰਕਸ਼ਨ 'ਤੇ ਜਦੋਂ ਸੱਦਦੇ, ਉਹ ਪਰਪਸ ਤਾਂ ਇਹ ਹੁੰਦਾ ਭਈ ਲਓ ਜੀ ਜਿਹੜੇ ਕੋਈ ਰਾਜਨੀਤਿਕ ਲੋਕ ਆਉਂਦੇ ਆ ਅਤੇ ਉਹ ਗੱਲ ਨੂੰ ਗਾਂਹ ਜਾ ਕੇ ਲੋਕਾਂ 'ਚ ਪ੍ਰਚਾਰਨਗੇ, ਪਰ ਉਹ ਗੱਲ ਇੱਦਾਂ ਕਈ ਵਾਰੀ ਹੁੰਦੀ ਨਹੀਂ ਜੀ। ਅਸਲ 'ਚ ਕੋਈ ਕੋਈ ਵਿਅਕਤੀ ਹੋਏਗਾ ਜਿਹੜਾ ਪ੍ਰਚਾਰ ਦਾ ਕਿ ਭਾਈ ਉਹ ਬੰਦੇ ਠੀਕ ਆ, ਚੰਗੇ ਆ, ਸਾਡੇ ਆਂਗੇ, ਉਹਨਾਂ ਦੇ ਦੁੱਖ ਦਰਦ ਆ, ਉਹਨਾਂ ਦੀਆਂ ਲੋੜਾਂ ਸਾਡੇ ਵਾਲੀਆਂ ਹੀ ਆ, ਹੋਰ ਕੋਈ ਨਹੀਂ, ਉਹ ਵੀ ਪਰਿਵਾਰਾਂ ਨੂੰ ਇੱਦਾਂ ਹੀ ਪਾਲਦੇ ਜਿੱਦਾਂ ਆਪਾਂ ਪਾਲ, ਜੇ ਤਾਂ ਇੱਦਾਂ ਜਾ ਕੇ ਲੋਕਾਂ 'ਚ ਉਹ ਗੱਲਬਾਤ ਦੱਸੀ ਜਾਏ ਤਾਂ ਉਹ ਦੇਖੋ ਲੋਕਾਂ 'ਚ ਅੰਡਰਸਟੈਂਡਿੰਗ ਵੱਧਦੀ ਆ ਦੂਸਰੇ ਭਾਈਚਾਰਿਆਂ 'ਚ, ਪਰ ਇੱਦਾਂ ਹੁੰਦਾ ਨਹੀਂ ਕਿਉਂਕਿ ਰਾਜਨੀਤਿਕ ਕਿਹੜਾ ਟਾਈਮ ਹੈ ਜੀ ਭਈ ਉਹ ਇਕੱਲੇ ਇਕੱਲੇ ਨੂੰ ਜਾ ਕੇ ਦੱਸਣ, ਪਰ ਸਾਡੀ ਪ੍ਰੋਬਲਮ ਹੈ ਅਸੀਂ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਅਸੀਂ ਕਹਿੰਦੇ ਉਹਨਾਂ ਨੂੰ ਲੋੜ ਹੈ ਸਾਡੇ ਬਾਰੇ ਜਾਣਨ ਦੀ, ਸਾਨੂੰ ਕਿਸੇ ਬਾਰੇ ਜਾਣਨ ਦੀ। ਇੱਥੇ ਐਕਚੁਲੀ ਜਿਹੜਾ ਮਿਕਸਅਪ ਦਾ ਜਿਹੜਾ ਕੋਨਸੈਪਟ ਹੈ ਨਾ ਕਿ ਤੁਸੀਂ ਅਗਰ ਬਾਹਰ ਦੀ ਕੰਟਰੀ ਤੋਂ ਇੰਡੀਆ ਤੋਂ ਅਸੀਂ ਆਏ ਹੋਏ ਹਾਂ, ਇੱਥੇ ਅਗਰ ਜਾ ਕੇ ਇੱਥੇ ਰਹਿਣਾ, ਅਗਰ ਪੀ ਆਰ ਅਪਲਾਈ ਕਰਨੀ, ਫਿਰ ਸਿਟੀਜ਼ਨ ਬਣਨਾ, ਫਿਰ ਇੱਥੇ ਕਰ ਲੈ ਕੇ ਬਿਜ਼ਨਸ ਸੈਟਅਪ ਕਰੇ ਕਰਨਾ, ਮੇਰਾ ਖਿਆਲ ਹੈ ਕਿ ਸਾਡੀ ਤਾਂ ਸੋਚ ਇਹੀ ਰਹੀ ਹੈ ਕਿ ਅਸੀਂ ਆਪਣੇ ਕਲਚਰ ਨੂੰ ਸੰਜੋ ਕੇ ਰੱਖਣਾ, ਅਸੀਂ ਆਪਣੇ ਆਪ ਨੂੰ ਓਪਨ ਅਪ ਨਹੀਂ ਕਰਨਾ। ਅਗਰ ਸਾਡੇ ਜਿਹੜੇ ਜਨਰੇਸ਼ਨ ਜਿਹੜੀ ਅਗਲੀ ਜਨਰੇਸ਼ਨ ਜਿਹੜੀ ਹੈ, ਅਗਰ ਉਹਨਾਂ ਨੂੰ ਕਹਿ ਦਈਏ ਕਿ ਤੁਸੀਂ ਛੱਡੋ ਪੰਜਾਬੀ ਕਲਚਰ, ਉਹ ਤੁਸੀਂ ਗੋਰਿਆਂ ਵਾਂਗੇ ਬਣੋ, ਤੁਸੀਂ ਉਹਨਾਂ ਦੀ ਲਾਈਫ ਸਟਾਈਲ ਅਡੋਪਟ ਕਰੋ, ਅਤੇ ਅਸੀਂ ਉਸ ਚੀਜ਼ ਨੂੰ ਪਸੰਦ ਹੀ ਨਹੀਂ ਕਰਦੇ, ਅਸੀਂ ਕੋਈ ਰਿਕਮੈਂਡ ਨਹੀਂ ਕਰਦਾ ਕਿ ਵੀ ਤੁਸੀਂ ਆਪਣਾ ਪੰਜਾਬੀਅਤ ਨੂੰ ਛੱਡ ਕੇ ਜੀ ਉਹਨਾਂ ਵੱਲ ਬਿਲਕੁਲ ਦੇਖ ਕਰ ਉਹਨਾਂ ਦੀ ਇੱਕ ਲਾਈਫ ਸਟਾਈਲ ਨੂੰ ਅਡੋਪਟ ਕਰੋ। ਅਸੀਂ ਆਪਣੇ ਆਪ ਨੂੰ ਐਂਡ ਸੇਮ ਇਜ਼ ਵਿਦ ਅਦਰ ਪੀਪਲ ਲਾਈਕ ਚਾਈਨੀਜ਼ ਹੈ, ਫਿਲੀਪੀਨੋ ਹੈ, ਸਾਰੇ ਆਪਣੇ ਆਪ ਨੂੰ ਇੱਕ ਜਿਹੜੇ ਆਪਣੇ ਆਪਣੇ ਛੋਟੇ ਜਿਹੇ ਏਰੀਆ ਵਿੱਚ ਉਹਨਾਂ ਨੂੰ ਸੰਕੋਚ ਕੇ ਰੱਖਿਆ ਹੋਇਆ। ਦਿਸ ਇਜ਼ ਡੇਂਜਰਸ ਐਂਡ ਯੂ ਨੋ ਆਈ ਡੂ ਨੋਟ ਨੋ ਕਿ ਕਿੱਦਾਂ ਹੋਏਗਾ, ਕਿਸ ਤਰ੍ਹਾਂ ਹੋਏਗਾ। ਇਹ ਦੇ ਵਿਲ ਬੀ ਅ ਟਾਈਮ ਕੁਛ ਸਾਲ ਬਾਅਦ, 5-10 ਸਾਲ ਬਾਅਦ, ਕਿ ਇੱਕ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਜ਼ਰੂਰ ਉੱਠਣਾ ਹੀ ਹੈ, ਜਿਸ ਤਰ੍ਹਾਂ ਤੁਸੀਂ ਸਰਵੇ ਤੋਂ ਦੱਸ ਰਹੇ ਹੋ। ਨਹੀਂ ਉਹ ਇੱਦਾਂ ਅਮਰਜੋਤ ਜੀ ਵੀ ਜਿਹੜੇ ਨਾ ਤੁਸੀਂ ਕਹਿੰਦੇ ਆ ਵੀ ਲੋਕ ਇਸ ਤਰ੍ਹਾਂ, ਇਹ ਨਹੀਂ ਲੋਕ ਵੀ ਲੋਕਾਂ 'ਚ ਬੱਚਿਆਂ ਨੂੰ ਆਪਣੇ ਨੂੰ ਰਲ ਮਿਲ ਨਹੀਂ ਦੇ ਰਹੇ, ਠੀਕ ਆ। ਜਿਹੜੀ ਪਹਿਲੀ ਜਨਰੇਸ਼ਨ ਹੁੰਦੀ ਆ ਉਹਦੇ ਮਨ ਦੇ ਵਿੱਚ ਇਹ ਗੱਲਾਂ ਹੁੰਦੀਆਂ ਵੀ ਅਸੀਂ ਜੀ ਆ ਸਾਡਾ ਲੂਜ਼ ਨਾ ਹੋ ਜਾਏ, ਪਰ ਉਹ ਗੱਲ ਆ ਸਮੇਂ ਦੇ ਨਾਲ ਇਹ ਰਾਜਨੀਤਿਕ ਲੋਕਾਂ ਨੂੰ ਪਤਾ ਆ ਇਸ ਗੱਲ ਦਾ ਕਿ ਸਮੇਂ ਦੇ ਨਾਲ ਉਹ ਗੱਲਾਂ ਵਾਪਰਨੀਆਂ ਹੀ ਆ, ਉਹ ਅੱਜ ਜਿੰਨਾ ਹੋਲਡ ਤੁਹਾਡਾ ਹੈਗਾ ਕੱਲ ਨੂੰ ਉਦੋਂ ਘੱਟ ਜਾਣਾ, ਅਗਲੀ ਜਨਰੇਸ਼ਨ 'ਚ ਉਹ ਉਦੋਂ ਘੱਟ ਜਾਂਦਾ ਹੈ, ਸਮਝਦੇ ਨਾ। ਜਿੱਦਾਂ ਹੁਣ ਸਭ ਤੋਂ ਪਹਿਲਾਂ ਵੀ ਇੱਥੇ ਲੋਕ ਆਏ ਆ, ਚਾਹੇ ਉਹ ਯੂਕਰੇਨੀਅਨ ਸੀ, ਇਟਾਲੀਅਨ ਸੀ, ਵੱਖਰੇ ਵੱਖ ਪੋਲਿਸ਼ ਸੀਗੇ, ਉਹ ਠੀਕ ਆ ਉਹਨਾਂ ਦਾ ਸਕਿਨ ਕਲਰ ਨਾਟ ਵਿਜ਼ੀਬਲ ਮਾਈਨੋਰਿਟੀ ਵਿਜ਼ੀਬਲ ਮਾਈਨੋਰਿਟੀ ਨਹੀਂ, ਪਰ ਉਹਨਾਂ ਦੇ ਰਹਿਣ ਸਹਿਣ ਦੇ ਢੰਗ ਇਹਨਾਂ ਨਾਲੋਂ ਵੱਖਰੇ ਸੀਗੇ। ਸੋ ਇਸ ਕਰਕੇ ਉਹ ਉਹਨਾਂ ਦੀਆਂ ਵੀ ਉਹ ਹੌਲੀ ਹੌਲੀ ਜਿਹੜੀਆਂ ਗੱਲਾਂ ਬਾਤਾਂ ਜੀ ਉਹ ਬਦਲ ਜਾਂਦੀਆਂ, ਸਮਝਦੇ ਨਾ, ਤੇ ਆਪਣੀਆਂ ਵੀ ਬਦਲੀਆਂ। ਲਓ ਆਪਣੇ ਪਾਸ ਕਾਲਰ ਨੇ, ਉਹਨਾਂ ਦੀ ਗੱਲ ਸੁਣ। ਹੈਲੋ ਦੇਸ਼ ਪੰਜਾਬ, ਹਾਂਜੀ ਹਾਂਜੀ, ਮੈਂ ਅਮਰਜੋਤ ਬੋਲਿਆ ਜੀ, ਬੋਲੋ। ਹਾਂਜੀ ਸ਼ਰਮਾ ਜੀ, ਹਾਂਜੀ ਆਪਣਾ ਸਵਾਲ ਦੱਸੋ। ਓਕੇ ਪਹਿਲੀ ਗੱਲ ਮੈਂ ਥੋੜ੍ਹਾ ਜਿਹਾ ਕਲੀਅਰ ਕਰ ਦਿਆਂ ਥੋੜ੍ਹਾ ਜਿਹਾ ਪ੍ਰੋਬਲਮ ਨੂੰ, ਫਿਰ ਕਿਉਂਕਿ ਹੋਰ ਵੀ ਲੋਕ ਸੁਣ ਰਹੇ, ਸ਼ਾਇਦ ਉਹਨਾਂ ਨੂੰ ਆਵਾਜ਼ ਕਲੀਅਰ ਤੁਹਾਡੀ ਜਾ ਰਹੀ ਨਹੀਂ ਸ਼ਾਇਦ, ਕਿ ਭਾਂਜੀ ਹੈ ਡੰਬ, ਡੈਫ ਐਂਡ ਡੰਬ ਹੈ, ਜਨਮ ਤੋਂ ਸ਼ੁਰੂ ਬਾਏ ਬਰਥ ਹੈ, ਅਤੇ ਇਸ ਵਕਤ ਉਹ ਪੜ੍ਹਾਈ ਕਰ ਰਹੀ ਹੈ ਕੁਛ? ਮਤਲਬ ਉਹ ਜਿਹੜੀ ਪੜ੍ਹਾਈ ਕਰ ਰਹੀ ਹੈ ਰੈਗੂਲਰ ਸਕੂਲ 'ਤੇ, ਪੜ੍ਹਾਈ ਕਿਸ ਤਰ੍ਹਾਂ ਕਰ ਰਹੀ ਹੈ ਉੱਥੇ ਇੰਡੀਆ, ਜਿਹੜਾ ਸਪੈਸ਼ਲ ਸਕੂਲ ਹੁੰਦੇ ਆ? ਅੱਛਾ ਅੱਛਾ, ਗੱਲ ਇਹ ਚੈਲੇਂਜ ਸਿਰਫ ਇੰਨਾ ਹੀ ਹੈ ਕਿ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਤਾਂ ਸਕਦੇ ਹੋ, ਲੇਕਿਨ ਇਹ ਥੋੜ੍ਹਾ ਜਿਹਾ ਪ੍ਰੂਵ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ ਕਿ ਵੀ ਸ਼ੀ ਹੈਜ਼ ਅ ਇੰਟੈਂਸ਼ਨ ਟੂ ਰਿਟਰਨ ਬੈਕ ਟੂ ਕੰਟਰੀ। ਸਟੂਡੈਂਟ ਦਾ ਤਾਂ ਹਮੇਸ਼ਾ ਇੱਕ ਹੁੰਦਾ ਹੈ, ਇੱਕ ਇੰਟੈਂਸ਼ਨ ਹੁੰਦੀ, ਈਵਨ ਦੋ ਕਿ ਇੱਥੇ ਹਜ਼ਾਰੋਂ ਸਟੂਡੈਂਟ ਆ ਰਹੇ ਹਰ ਸਾਲ, ਪਰ ਉਹ ਰੈਗੂਲਰ ਸਟੂਡੈਂਟ ਆ ਰਹੇ, ਉਹਨਾਂ ਦਾ ਇੱਕ ਹੁੰਦਾ ਕਿ ਵੀ ਅਸੀਂ ਪੜ੍ਹ ਰਹੇ ਹਾਂ, 2 ਸਾਲ ਦਾ ਡਿਪਲੋਮਾ ਜਾਂ ਡਿਗਰੀ ਕਰਕੇ ਅਸੀਂ ਵਾਪਸ ਜਾਵਾਂਗੇ, ਵਗੈਰਾ ਵਗੈਰਾ ਜੋ ਵੀ ਕੁਛ ਹੈ। ਪਰ ਇਹਨਾਂ ਦੇ ਲਈ ਤੁਹਾਨੂੰ ਇੱਕ ਸਪੈਸ਼ਲ ਸਕੂਲ, ਤੁਸੀਂ ਐਡਮਿੰਟਨ ਤੋਂ ਬੋਲ ਰਹੇ ਹੋ, ਐਡਮਿੰਟਨ ਦੇਖ ਲਓ, ਸਪੈਸ਼ਲ ਸਕੂਲ ਅਗਰ ਹੈ ਇੱਥੇ ਡੈਫਨਡਮ ਦਾ, ਉੱਥੇ ਐਡਮਿਸ਼ਨ, ਹਾਂ
हाँ देख लो बीसी देख लो अपने उत्थे ही देख लो बीसी देख लो दैट्स ओके जि जि स्टूडेंट वीज़ा अप्लाई कर सकदे हो कर लो तो गिव इट अ शॉट आई हैव लिटिल होप मैनू लगता कि शायद ना मिले लेकिन ट्राई करने से कोई हर्ज नहीं है स्टूडेंट वीज़ा के अलावा स्टूडेंट वीज़ा के अलावा होर कोई तरीका है ही नहीं उन्होंने दैट्स राइट 10 तो बाद मिल सकता है कोई स्पेशल एजुकेशन स्कूल देख लो उत्थे वैनकूवर एरिया का उदा दी फीस होएगी जो भी कुछ उन्हों की फॉरन स्टूडेंट फीस होएगी 13-14,000 डॉलर साल की तो तुम बन जाओगे लोकल गार्जियन शी विल लिव विथ यू तो वो फीस देकर अपने वो पढ़ाई कर सकती इट इज़ वर्थ गिविंग अ शॉट इंस्टेड ऑफ जो 12वीं के बाद फिर उस यूनिवर्सिटी जाएगी फिर तो होर बड़ा मुश्किल हो जाना इस वक्त ट्राई करके देखा जा सकता थैंक यू प्रॉब्लम यह होंगी एक्चुअली डेफ एंड डम जेगुलर स्टूडेंट नहीं है उन्होंने एक तो फीस भी ज़्यादा होएगी शायद मगर आई एम होपिंग के डेफिनेटली नॉर्मल तो ज़्यादा फीस होएगी दूसरा इंडिया वर्गी कंट्री तो अगर तुम इतने पढ़ाई कर आ रहे हो जिन्हों कहते स्पेशल एजुकेशन देर इज़ नो वे आउट द वीज़ा ऑफिसर इज गोइंग टू बी कन्विंस कि ये मुड़ के ये वापस जाएंगे यही है बड़ा चैलेंज बाकी तो स्टूडेंट वीज़ा ही जिस तरह लोग अप्लाई कर रहे हैं सो दैट्स व्हाट इट इज़ पर दोस्तों तुसी भी कोई अगर क्वेश्चन है कोई इमीग्रेशन बारे या कोई वीज़ा सिचुएशन बारे कॉल कर सकते हो मैंने कॉल्स बड़े आ रहे हैं अजकल स्पाउस वीज़ा के बारे स्पाउस वीज़ा मतलब कि जिन्हों का नहीं 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 अलावा भी है वो अलावा भी है जिन्हों के पार्टनर इतने ऑलरेडी कैनेडा एज अ स्टूडेंट पढ़ाई कर रहे हैं या वर्क परमिट से उन्होंने दूसरे पार्टनर इंडिया बैठे हैं तो अजकल इंटरव्यू धड़ाधड़ सारे दे आ रहे हैं इंटरव्यू आने का मतलब सिर्फ इन्ना ही है कि तुहाडे डॉक्यूमेंटेशन तो वीज़ा ऑफिसर सैटिस्फाइड नहीं है कि तुहाडे जिहड़ी मैरिज जेन्युइन है दैट मीनस मैरिज की बोनाफाइड प्रूव नहीं हो रही बोनाफाइड मतलब कि तुहाडी इंटेंशन है कि तुसी मैरिज कराइए कनेडा जाने लिए या अपनी घर गृहस्थी बसाने लिए दैट इज राइट मैरिज ऑफ कन्वीनियंस ये वधिया शब्द तुसी इस्तेमाल किया सो हाँ जी हाँ जी हाँ जी हाँ जी सो उहदे लई आपां गल करते हैं देखते हैं कॉलर साहब की कह रहे हैं हाँ जी सत श्री अकाल मान साहब आप किन्ना पढ़ी आप किन्ना पढ़ी है जी वीजा वीजा मिल चुके हैं उन्होंने नहीं वीज़ा मिलके इतने कनेडा पहुंच गई है अच्छा ओके जस्ट तो वीज़ा मिल गया विआह हूँ कराना है अच्छा करा ले वे अच्छा हाँ कोई गल नहीं हाँ कोई गल नहीं फिर मुंडे ने वो हस्बैंड ने स्पाउस वीज़ा अप्लाई करना है वर्क परमिट अप्लाई करना ओपन वर्क परमिट उतें ही करेगा पर गल इदा है कि एक्चुअली देखो इस ये बारे मैं ये जिक्र कर ही रहा क्योंकि इस चीज़ को देखा तुम देखा ना मैरिज ऑफ कन्वीनियंस इस चीज़ को वीज़ा ऑफिसर देखेगा भी वीज़ा ताड़ा हुण लग्या तुहाडी पढ़ाई शुरू हुई नहीं है तुसी वीज़ा मिलते ही सर तुहाडे जिहड़े उत्थे बैंड बाजे बज गए जी आनंद कारज भी हो गया ये चक्कर की होया किन्ने चिर तो शक नहीं 100% इतने सिक्योरिटी आई मीन एज अ वीज़ा ऑफिसर आई एम सस्पिशियस राइट नाउ कि भी ये होया किस तरह या तो तुम इदा प्रूव करो अगर जो प्रूव कर सकते हो कि भी असी साड़ी गलबात तो पिछले 2-3 साल तो चल रही है विच आई डोंट नो कि चल रही है तो कोई सब सबूत है कि तुम एक दूसरे को जानते हो फिर यह सवाल होंगे कि भी विआह तुम हमने क्यों कर लिया 6 महीने पहला क्यों नहीं किया 3 महीने पहला क्यों किया वीज़ा जिधर वीज़ा मिले खड़ खड़ बैंड बाजा सो इट इज़ सस्पिशियस बाकी अप्लाई करना है इंटरव्यू जरूर आएगा इन्हों का थैंक यू ये दोस्तों यही एक सवाल है ये बहुत बढ़िया तरीके नाल दर्शाता है कि भाई जरा स्पाउस वीज़ा है ना जरा संगत साहब ने कहा मैरिज ऑफ कन्वीनियंस है इस चीज़ को ओवर रूल करने जिन्हें भी लैटर आ रहे हैं वीज़ा दे लैटर आ रहे हैं अजकल स्पाउस वीज़ा तो पहला अज तो जब मैं काम शुरू किया स्पाउस वीज़ा का 2 साल पहला कोई बहुत ही रेयरली किसी का इंटरव्यू आता सी अजकल तो मेरे ख्याल है कि 50% या 70% ज़्यादा लोगों के इंटरव्यू आ रहे हैं वो वजह यह है
ਕਿ ਪੰਜਾਬ ਦੇ ਏਜੰਟਾਂ ਨੂੰ ਪਤਾ ਲੱਗਿਆ ਕਿ ਸਪਾਊਸ ਵੀਜ਼ਾ ਦੀ ਬਾਹਰ ਲੱਗੀ ਹੈ ਅਤੇ ਮੌਸਮ ਚੱਲ ਰਿਹਾ ਜਿਹਨੂੰ ਕਹਿੰਦੇ ਗੇਮ ਚੱਲ ਗਈ ਹੈ। ਸੋ ਉਸ ਗੇਮ ਦੇ ਤਹਿਤ ਤਰ੍ਹਾਂ ਤਰ੍ਹਾਂ ਲੋਕ ਅਪਲਾਈ ਕਰ ਰਹੇ ਹੈ, ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਜਾਂ ਕੁੜੀ ਪੜ੍ਹੀ ਲਿਖੀ ਹੈ, ਉਹਨੇ ਕਿਹਾ ਜੀ ਵੀ ਵਿਆਹ ਰਿਸ਼ਤਾ ਇੱਥੇ ਹੀ ਕਰੋ ਕਿਉਂਕਿ ਇਹਨਾਂ ਦਾ ਵੀਜ਼ਾ ਲੱਗ ਜਾਣਾ ਸਟੂਡੈਂਟ ਦਾ ਅਤੇ ਸਾਡਾ ਮੁੰਡਾ ਜੀ ਸਪਾਊਸ ਵੀਜ਼ਾ ਲੈ ਕੇ ਜਾਏਗਾ। ਇਸ ਕਰਕੇ ਉਹ ਵੀਜ਼ਾ ਅਫਸਰ ਵੀ ਇਸ਼ਤਿਹਾਰ ਦੇਖਦੇ ਹੈ ਸਾਰੇ ਯੂਟਿਊਬ 'ਤੇ ਜਿਹੜੇ ਐਡ ਦੁਆਰਾ ਆ ਰਹੇ ਹੈ, ਅਖਬਾਰਾਂ 'ਚ ਆ ਰਹੇ ਹੈ, ਪੰਜਾਬ ਕੇਸਰੀ ਐਡ ਆ ਰਹੇ, ਉਹ ਵੀ ਦੇਖਦੇ ਹੈ। ਉਹਨੂੰ ਪਤਾ ਕਿ ਵੀ ਇਹ ਲੋਕਾਂ ਨੂੰ ਸਮਝ ਆ ਗਿਆ ਕਿ ਦਿਸ ਇਜ਼ ਦ ਬੈਸਟ ਵੇ ਟੂ ਗੋ ਟੂ ਕੈਨੇਡਾ। ਇਸ ਕਰਕੇ ਉਹ ਇੰਟਰਵਿਊ ਕਰਕੇ ਆਪਣੀ ਤਸੱਲੀ ਕਰ ਰਹੇ ਹੈ। ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਅਗਰ ਕੁਝ ਪਤਾ ਲੱਗੇ ਇਹਦੇ ਬਾਰੇ, ਤਾਂ ਮੈਂ ਟ੍ਰੇਨਿੰਗ ਵੀ ਔਫਰ ਕਰਦਾ ਇਹਦੇ ਬਾਰੇ। ਜੇ ਤੁਸੀਂ ਜਿੱਥੋਂ ਵੀ ਤੁਸੀਂ ਫਾਈਲ ਲਗਵਾਈ ਹੈ ਕਿਸੇ ਕੰਸਲਟੈਂਟ ਤੋਂ, ਲੋਇਰ ਤੋਂ, ਉਹਨਾਂ ਨੂੰ ਜ਼ਰੂਰ ਕਹੋ ਕਿ ਮੈਨੂੰ ਪਹਿਲਾਂ ਇੱਕ ਮੌਕ ਇੰਟਰਵਿਊ, ਇੱਕ ਟ੍ਰੇਨਿੰਗ ਸੈਸ਼ਨ ਦਿਓ ਕਿ ਤੁਸੀਂ ਬੈਟਰ ਪ੍ਰਪੇਅਰਡ ਹੋ ਕਿ ਵੀਜ਼ਾ ਇੰਟਰਵਿਊ 'ਚ ਕੀ ਕਿਹੜੇ ਕਿਹੜੇ ਸਵਾਲ ਪੁੱਛੇ ਜਾਣੇ ਆ। ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ, ਤੁਹਾਨੂੰ ਪਤਾ ਹੋ ਕਿ ਕਿੱਦਾਂ ਉਹ ਕ੍ਰੋਸ ਵੈਰੀਫਾਈ ਕਰਨਗੇ ਮੈਰਿਜ ਆਫ ਕਨਵੀਨੀਅੰਸ ਨੂੰ। ਜੇਕਰ ਤੁਸੀਂ ਸੈਟਿਸਫਾਈ ਨਹੀਂ ਕਰ ਸਕੇ, ਵੀਜ਼ਾ ਵਿਲ ਬੀ ਰਿਫਿਊਜ਼ਡ। ਨਹੀਂ ਜੀ, ਇਹ ਦੇਖੋ ਉਹ ਸ਼ੱਕ ਵਾਲੀ ਜਿਹੜੀ ਗੱਲ ਹੈ, ਉਹ ਤਾਂ ਸਕਿੰਟ ਦੇ ਵਿੱਚ ਖੜੀ ਕਰ ਦਿੰਦੇ ਨੇ ਉਹ, ਅਗਰ ਸਵਾਲ ਜੋ ਆ ਤੁਹਾਡਾ ਗਲਤ ਹੋ ਜਾਏ ਥੋੜਾ ਬਹੁਤ। ਬਿਲਕੁਲ ਬਿਲਕੁਲ, ਉਹ ਤਾਂ ਇੱਕਦਮ ਜਿੱਦਾਂ ਕਹਿੰਦੇ ਹੁੰਦੇ ਆ ਰੈੱਡ ਫਲੈਗ। ਦੋ ਤਿੰਨ ਸ਼ਬਦ ਕਹਿ ਰਹੇ, ਔਰ ਮੈਂ ਤੁਹਾਨੂੰ ਦੱਸ ਸਕਦਾ, ਦੇਖਦੇ ਕਾਲਰ ਸਾਹਿਬ ਕੀ ਕਹਿ ਰਹੇ ਹਨ। ਹੈਲੋ ਦੇਸ਼ ਮਿਆਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ? ਹਾਂਜੀ ਹਾਂਜੀ ਹਾਂਜੀ, ਬੋਲੋ ਜੀ, ਬੋਲੋ, ਹੁਕਮ। ਬੋਲੋ ਲੜਕੀ, ਰਜਿਸਟਰ ਨਰਸ ਹੈ। ਓਕੇ, 10 ਸਾਲ ਦਾ ਐਕਸਪੀਰੀਅੰਸ ਹੈ ਲੜਕੀ ਦਾ, ਠੀਕ ਹੈ, ਨਰਸਿੰਗ ਦਾ। ਓਕੇ, ਗੁੱਡ, ਓਕੇ। ਆਖਰੀ ਮੈਂ ਸਵਾਲ ਸੁਣਿਆ ਨਹੀਂ, ਨੈਨੀ ਦਾ ਕਰਨਾ ਚਾਹੁੰਦੇ, ਲੇਕਿਨ ਉਹ ਅਗਲੀ ਕੀ ਚੀਜ਼ ਦੱਸੀ ਉਹਨਾਂ ਨੇ? ਅੱਛਾ 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 ਅੱਛਾ, ਹਾਂ, ਨੈਨੀ ਬਾਰੇ ਰੂਲਸ ਚੇਂਜ ਹੋਏ ਆ। ਨੰਬਰ 1 ਤੇ ਦੇਖੋ ਇਸ ਤਰ੍ਹਾਂ ਹੈ ਕਿ ਉਹਨਾਂ ਨੂੰ ਜੋਬ ਆਫਰ ਚਾਹੀਦੀ ਹੈ ਇੱਥੇ, ਐਜ਼ ਅ ਜਿਹੜੇ ਬੱਚਿਆਂ ਦੀ ਕੇਅਰ ਕੇਵਰ, ਜਿਹੜੇ ਬੱਚਿਆਂ ਨੂੰ ਟੇਕ ਕੇਅਰ ਕਰਦੇ ਜਾਂ ਕੋਈ ਬਜ਼ੁਰਗ ਦੀ ਜਿਹਨਾਂ ਦੀ ਸਿਹਤ ਠੀਕ ਨਹੀਂ, ਉਹਨਾਂ ਦੀ ਟੇਕ ਕੇਅਰ ਕਰਨ ਲਈ ਇੱਥੇ ਇੱਕ LMIA ਦੀ ਲੋੜ ਹੁੰਦੀ ਹੈ, ਜਿਹੜਾ ਜੋਬ ਆਫਰ ਜਿਹੜਾ ਦੇਗਾ। ਪਹਿਲੀ ਗੱਲ ਤਾਂ ਉਹ ਹੋਣਾ ਜ਼ਰੂਰੀ ਹੈ। ਦੂਸਰਾ, ਉਹਨਾਂ ਕੋਲ ਜੇ ਭਾਵੇਂ ਨਰਸਿੰਗ ਦਾ ਕਰ ਲਿਆ, ਨਰਸਿੰਗ ਜਿਹੜੀ ਨਰਸ ਹੈ, ਜਿਹੜੀ ਹਸਪਤਾਲ ਕੰਮ ਕਰ ਰਹੀ ਇੰਡੀਆ ਦੇ, ਜ਼ਰੂਰੀ ਨਹੀਂ ਕਿ ਉਹ ਉਹੀ ਆਕੂਪੇਸ਼ਨ ਕਰ ਰਹੀ ਹੈ ਜਿਹੜੇ ਇੱਥੇ ਆ ਕੇ ਉਹਨੇ ਜਿਹੜੀ ਟੇਕ ਕੇਅਰ ਕਰਨੀ ਹੈ ਬੱਚੇ ਦੀ ਜਾਂ ਬਜ਼ੁਰਗ ਦੀ। ਸੋ ਇਸ ਕਰਕੇ ਉਹ ਐਕਸਪੀਰੀਅੰਸ ਦਾ ਫਰਕ ਹੋ ਸਕਦਾ ਹੈ। ਲੇਕਿਨ ਜਿਹੜੀ ਸ਼ੁਰੂਆਤ ਹੈ ਕਿ ਜੋਬ ਆਫਰ ਚਾਹੀਦੀ ਹੈ, ਜੋਬ ਆਫਰ ਤੁਹਾਡੇ ਕੋਲ ਹੈ ਇੱਥੇ? ਕੋਈ ਫੈਮਿਲੀ ਉਹਨੂੰ ਮਤਲਬ ਆਫਰ ਕਰ ਰਿਹਾ ਜੋਬ? ਹਾਂ, ਜੇ ਤੁਸੀਂ ਕਰ ਸਕਦੇ ਹੋ ਫਿਰ ਤੁਸੀਂ ਟਰਾਈ ਕਰ ਲਓ, ਫਿਰ ਜੋਬ ਆਫਰ ਦੇ ਕੇ ਟਰਾਈ ਕੀਤਾ ਜਾ ਸਕਦਾ। ਪਰ ਮੈਂ ਸਮਝਦਾ ਕਿ ਬਜਾਏ ਕਿ ਨੈਨੀ ਇੱਕ ਰਿਸਕੀ ਐਪਲੀਕੇਸ਼ਨ, ਮੈਂ ਸਮਝਦਾ ਕਿ ਨੈਨੀ ਦਾ ਇੱਕ ਜਿਹੜਾ ਪਰਸੈਂਟੇਜ ਆਫ ਅਪਰੂਵਲ ਬਹੁਤ ਵਧੀਆ ਨਹੀਂ, ਮੈਂ ਸਮਝਦਾ। ਲੇਕਿਨ ਅਗਰ ਤਾਂ ਉਹ ਆਲਰੇਡੀ ਨਰਸ ਹੈ ਅਤੇ ਉਹਦਾ ਹਸਬੈਂਡ ਵੀ ਬੈਂਕ ਮੈਨੇਜਰ ਹੈ, ਉਹਦੇ ਕੋਲ ਜ਼ਰੂਰ ਕੁਆਲੀਫਿਕੇਸ਼ਨ ਹੈ, ਇਹਦੇ ਕੋਲ BSc ਨਰਸਿੰਗ, BSc ਨਰਸਿੰਗ ਹੋਗੀ ਜਾਂ ਬੈਂਕ ਮੈਨੇਜਰ ਕੋਲ, ਮੇਰੇ ਖਿਆਲ BSc ਕੁਛ ਨਾ ਕੁਛ ਤਾਂ ਹੋਏਗਾ ਜ਼ਰੂਰ। ਤੁਸੀਂ ਆਪਣੇ ਉਹਨਾਂ ਨੂੰ ਕਹੋ ਕਿ ਐਕਸਪ੍ਰੈਸ ਐਂਟਰੀ ਦੀ ਪੁਆਇੰਟਸ ਚੈੱਕ ਕਰੋ, PR ਅਪਲਾਈ ਕਰੋ ਡਾਇਰੈਕਟਲੀ ਇੰਗਲਿਸ਼ ਦਾ ਐਗਜ਼ਾਮ ਦੇ ਕੇ। ਹਾਂ, ਉਹ ਜ਼ਿਆਦਾ ਮੈਂ ਸਮਝਦਾ ਕਿ ਜ਼ਿਆਦਾ ਵਧੀਆ ਚੀਜ਼ ਹੈ। 220 ਡਾਲਰ ਸਿਰਫ, ਠੀਕ ਹੈ, ਕੋਈ ਗੱਲ ਨਹੀਂ, ਮੈਂ ਦੇਖ ਕੇ ਉਹਨਾਂ ਦਾ ਬੈਕਗਰਾਊਂਡ ਚੱਕ ਕੇ ਦੱਸ ਦਿਆਂਗਾ। ਬਾਕੀ ਉਹ ਆਪਣੇ ਆਪ ਵੀ ਕਰ ਸਕਦੇ ਆ, ਪੜ੍ਹੇ ਲਿਖੇ ਆ, ਕੰਪਿਊਟਰ ਦੀ ਯੂਜ਼ ਕਰਦੇ ਆ, ਉਹ ਆਪਣੇ ਆਪ ਵੀ ਦੇਖ ਸਕਦੇ ਆ। ਹਾਂ, ਆਪਣੇ ਆਪ ਵੀ ਦੇਖ ਸਕਦੇ ਆ, ਅਗਰ ਜੇ ਨਹੀਂ ਅਗਰ ਉਹ ਕਰ ਸਕਦੇ ਆ, ਫਿਰ ਦੈਨ ਆਫਕੋਰਸ ਦੇ ਕੈਨ ਕਮ ਟੂ ਮੀ। ਠੀਕ ਹੈ, ਮਿਹਰਬਾਨੀ, ਥੈਂਕ ਯੂ। ਸੰਗਤ ਸਾਹਿਬ, ਆਪਾਂ ਗੱਲ ਕਰ ਰਹੇ ਸੀ ਜਿਹੜੇ ਉਹ ਸਪਾਊਸ ਵੀਜ਼ਾ ਬਾਰੇ, ਕਿਹੜੇ ਕਿਹੜੇ ਹੋਰ ਰੈੱਡ ਫਲੈਗ, ਜਿਹੜੇ ਤੁਸੀਂ ਕਹਿੰਦੇ ਰੈੱਡ ਫਲੈਗ ਹੈ, ਇੱਕ ਤਾਂ ਸਭ ਤੋਂ ਵੱਡਾ ਰੈੱਡ ਫਲੈਗ ਹੈ ਕਿ ਵੀਜ਼ਾ ਅੱਜ ਲੱਗਿਆ ਅਤੇ ਵੀਜ਼ਾ ਕੁੜੀ ਦਾ ਵੀਜ਼ਾ ਲੱਗਿਆ ਅੱਜ ਅਤੇ ਅਗਲੇ ਹਫ਼ਤੇ ਮੈਰਿਜ ਹੋ ਗਈ, ਦਿਸ ਇਜ਼ ਅ ਬਿਗੈਸਟ ਰੈੱਡ ਫਲੈਗ ਹੈ ਕਿਤੇ ਨਹੀਂ ਦੈਟ। ਦੂਸਰਾ ਰੈੱਡ ਫਲੈਗ ਇਹ ਵੀ ਹੋ ਸਕਦਾ ਕਿ ਜੇ ਮੈਰਿਜ ਭਾਵੇਂ ਤੁਸੀਂ 1 ਮਹੀਨੇ ਬਾਅਦ ਕੀਤੀ ਹੈ, 2 ਮਹੀਨੇ ਬਾਅਦ ਕੀਤੀ ਹੈ, ਲੇਕਿਨ ਮੈਰਿਜ ਕਰਨ ਦੇ ਬਾਅਦ ਹਸਬੈਂਡ ਵਾਈਫ ਨੂੰ ਮੌਕਾ ਜਾਂ ਟਾਈਮ ਹੀ ਨਹੀਂ ਹੈ ਇੱਕ ਦੂਜੇ ਨਾਲ
ਟਾਈਮ ਸਪੈਂਡ ਕਰਦਾ, ਮਤਲਬ ਕਿ ਅੱਜ ਮੈਰਿਜ ਹੋਈ ਜੇ ਚਲੋ ਵਿਦ ਇਨ 2-3 ਵੀਕਸ ਉਹ ਫੋਰ ਕਰਕੇ ਉਹ ਫਲੈਗ ਚਲੀ, ਦਿਸ ਇਜ਼ ਅਨਦਰ ਬਿਗ ਰੈਡ ਫਲੈਗ ਕਿ ਕਿਉਂ ਨਹੀਂ ਹੋ ਰਹੇ ਨਾਲ। ਤੀਸਰਾ ਰੈਡ ਫਲੈਗ ਇਹ ਵੀ ਹੋ ਸਕਦਾ ਕਿ ਵੀ ਉਹਨਾਂ ਦਾ ਇੰਟਰੋਡਕਸ਼ਨ ਜਿਹੜਾ ਮੈਰਿਜ ਦਾ ਹੋਇਆ, ਜਿਹੜੇ ਅਰੇਂਜ ਮੈਰਿਜ ਕਹਿ ਲਓ ਜਾਂ ਲਵ ਮੈਰਿਜ ਜਿਸ ਕਹਿ ਲਓ, ਅਗਰ ਉਹ ਮਤਲਬ ਪੁਰਾਣਾ ਨਹੀਂ ਹੈ, ਉਹਨਾਂ ਦੇ ਪੁਰਾਣੀ ਇੱਕ ਜਿਹਨੂੰ ਕਹਿੰਦੇ ਰਿਲੇਸ਼ਨਸ਼ਿਪ ਹਿਸਟਰੀ ਨਹੀਂ ਹੈ, ਜਿੰਨਾ ਅਗਰ ਉਹ ਰੀਸੈਂਟ ਹੈ ਉਹ ਦੈਟਸ ਆਲਸੋ ਬਿਗ ਰੈਡ ਫਲੈਗ। ਬਾਕੀ ਰੈਡ ਫਲੈਗ ਵੀ ਹੋਰ ਹੋ ਸਕਦੇ ਹੈ ਕਿ ਅਗਰ ਦੋਨਾਂ ਦੀ ਕੰਪੈਟੀਬਿਲਟੀ ਨਹੀਂ ਹੈ, ਐਜੂਕੇਸ਼ਨ ਦੀ ਮਿਸਮੈਚ ਨਹੀਂ ਹੈ, ਅਗਰ ਜੈਸੇ ਲੜਕੀ ਬਹੁਤ ਜ਼ਿਆਦਾ ਪੜ੍ਹੀ ਹੈ ਅਤੇ ਹਸਬੈਂਡ ਦੀ ਐਜੂਕੇਸ਼ਨ ਇੰਨੀ ਨਹੀਂ ਹੈ, ਕਈ ਵਾਰ ਮੈਂ ਦੇਖਦਾ ਕਿ ਵੀ ਇੱਥੇ ਜਿਹੜੀ ਕੁੜੀਆਂ ਆਈ ਹੋਈਆਂ ਉਹਨਾਂ ਦੇ ਕੋਈ BA BSc ਕੀਤਾ ਹੋਇਆ, ਕਿਸੇ ਨੇ ਕੋਈ MCOM ਵੀ ਕੀਤਾ ਹੋਇਆ, ਅਤੇ ਹਸਬੈਂਡ ਦੀ ਮੈਂ ਦੇਖਦਾ ਹਸਬੈਂਡ ਦੀ ਕੰਪੈਟੀਬਿਲਟੀ ਇਜ਼ ਹਾਰਡਲੀ, ਉਹਨਾਂ ਦੀ ਕੋਈ ਐਜੂਕੇਸ਼ਨ ਨਹੀਂ ਹੈ, ਅਤੇ ਮੈਂ ਕਈ ਵਾਰ ਉਹਨਾਂ ਨੂੰ ਪੁੱਛਦਾ ਕਿ ਵੀ ਤੁਸੀਂ ਕਰਦੇ ਕਿ, ਉਹ ਕਹਿੰਦੇ ਮੈਂ ਤਾਂ ਫਾਰਮਿੰਗ ਕਰਦਾ ਜੀ ਬਸ, ਬਾਕੀ ਐਜੂਕੇਸ਼ਨ ਇਜ਼ ਜਸਟ ਅਬਾਊਟ ਯੂ ਨੋ ਹਾਈ ਸਕੂਲ, ਅਤੇ ਲੜਕੀ ਦੀ ਕੁਆਲੀਫਿਕੇਸ਼ਨ ਬਹੁਤ ਹਾਈ ਹੈ, ਦੈਟਸ ਆਲਸੋ ਬਿਗ ਇਨ ਕੰਪੈਟੀਬਿਲਟੀ। ਵੈਸੇ ਆਪਣੇ ਉੱਥੇ ਇੱਦਾਂ ਜ਼ਿਆਦਾ ਕਰਦੇ, ਇੱਥੇ ਵੀ ਲੋਕ ਜਿਹੜੇ ਪਹਿਲਾਂ ਸੀ ਇੱਥੇ ਰਹਿੰਦੇ, ਅੱਛਾ, ਉਹਨਾਂ 'ਚ ਕਈ ਵਾਰੀ ਲੜਕੀਆਂ ਜਿਹੜੀਆਂ ਉਹ ਪ੍ਰੋਫੈਸ਼ਨਲ ਕਿਸੇ ਜੋਬ 'ਤੇ ਸੀ, ਕੋਈ ਟੀਚਰ ਸੀ, ਕੋਈ ਕੁਛ ਸੀ, ਪਰ ਜਿਹੜੇ ਉਹਨਾਂ ਦੇ ਹਸਬੈਂਡ ਆ ਉਹ ਇੰਨੇ ਪੜ੍ਹੇ ਲਿਖੇ ਨਹੀਂ ਸੀ। ਪਰ ਇਹ ਤਾਂ ਐਕਚੁਲੀ ਹੋ ਸਕਦਾ ਲੋਕਲੀ, ਇਹ ਤੁਹਾਡਾ ਜਿਹੜੇ ਇਹ ਬਿਆਨ ਨੂੰ ਨਾ ਮੈਨੂੰ ਇੱਕ ਗੱਲ ਯਾਦ ਆ ਗਈ, ਇੱਕ ਮੈਂ ਪੁਰਾਣਾ ਇੱਕ ਦੇਖ ਰਿਹਾ ਸੀ, ਇੱਕ ਸਪੋਂਸਰਸ਼ਿਪ ਕੇਸ ਸਪਾਊਸ ਵੀਜ਼ਾ, ਅੱਜ ਤੋਂ 4-5 ਸਾਲ ਪਹਿਲਾਂ, ਜਿਹਦੇ ਵਿੱਚ ਲੜਕੀ ਔਰ ਲੜਕੇ ਦਾ ਵਿੱਚ ਫਰਕ ਸੀ ਅਬਾਊਟ 30 ਈਅਰਸ। ਅੱਛਾ ਸਰ ਜੀ, ਬੜੀ 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 ਸੋਚਣ ਵਾਲੀ ਚੀਜ਼ ਹੈ ਕਿ ਹਸਬੈਂਡ ਐਂਡ ਵਾਈਫ ਦੇ ਵਿੱਚ ਡੇਜ ਡਿਫਰੈਂਸ ਵਾਸ ਐਟਲੀਸਟ 29+ ਈਅਰਸ, 29-30 ਈਅਰਸ ਹੋਏਗਾ। ਅਤੇ ਉਹ ਵੀ ਮੈਨੂੰ ਪੁੱਛ ਰਿਹਾ ਸੀ ਕਿ ਵੀ ਵਾਈ, ਮੈਂ ਉਹਨੂੰ ਕਿਹਾ ਕਿ ਵੀ ਤੁਹਾਡਾ ਏਜ ਬਹੁਤ ਫਰਕ ਹੈ, ਅਤੇ ਉਹ ਕਹਿੰਦੇ ਮੈਂ ਸੁਣਿਆ ਸਟੇਟ ਔਨ ਗੂਗਲ ਕਿਉਂ, ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਹਾਡੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਐਲੀਅਟ ਟਰੂਡੋ, ਉਹਨਾਂ ਨੇ ਜਿਹੜੀ ਵਿਆਹ ਜਿਹੜਾ ਕਰਾਇਆ ਆਪਣਾ ਦੂਸਰਾ ਮਾਰਕੀਟ ਨਾਲ, ਉਹਨਾਂ ਦਾ ਕਿੰਨਾ ਫਰਕ ਸੀ, ਕਿੰਨਾ ਫਰਕ ਸੀ, ਮੇ ਬੀ ਐਟਲੀਸਟ 20-25 ਈਅਰਸ ਪਲੱਸ, ਹਾਂ ਦੇਖ ਲਓ। ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਵੀ ਤੁਹਾਡੇ ਜੇ ਪ੍ਰਾਈਮ ਮਿਨਿਸਟਰ ਅਤੇ ਉਹਨਾਂ ਦੀ ਪਤਨੀ ਦਾ ਫਰਕ ਹੋ ਸਕਦਾ, ਵੀ ਸਾਡੇ ਫਰਕ ਨੂੰ ਤੁਸੀਂ ਕਿਉਂ ਹਾਈਲਾਈਟ ਕਰ ਰਹੇ ਹੋ, ਮੈਂ ਉਹਨਾਂ ਨੂੰ ਦੱਸਿਆ, ਉਹ ਮੈਂ ਜਵਾਬ ਤੁਹਾਨੂੰ ਹੁਣ ਦੱਸਣ ਲੱਗਿਆ ਕਿ ਵੀ ਉੱਥੇ ਇਮੀਗ੍ਰੇਸ਼ਨ ਦਾ ਇੱਕ ਬਰਡਨ ਨਹੀਂ ਹੈ, ਜਿੱਥੇ ਮਰਜ਼ੀ ਤੁਸੀਂ ਵਿਆਹ ਕਰੋ, ਜੋ ਮਰਜ਼ੀ ਵਿਆਹ ਕਰੋ, ਭਾਵੇਂ ਵਿਆਹ ਨਾ ਕਰੋ, ਕਾਮਨ ਲਾਅ ਕਰ ਲਓ, ਜੋ ਵੀ ਕੌਂਜੂਗਲ ਪਾਰਟਨਰ ਜੋ ਵੀ ਕਰਨਾ ਕਰ ਲਓ, ਇੱਥੇ ਤੁਹਾਡਾ ਤਾਂ ਬਰਡਨ ਹੈ ਕਿ ਤੁਸੀਂ ਪ੍ਰੂਵ ਕਰਨਾ ਕਿ ਤੁਹਾਡੇ ਜਿਹੜੇ ਕੈਨੇਡਾ ਲਈ ਪਿਆਰ ਹੈ ਕਿ ਤੁਸੀਂ ਵਾਕਈ ਆਪਣੀ ਜਨਾਨੇ ਨਾਲ ਪਿਆਰ ਹੈ। ਸੋ ਦੈਟਸ ਅ ਡਿਫਰੈਂਟ ਥਿੰਗ, ਬਟ ਇਟਸ ਅ ਰੈਡ ਫਲੈਗ ਅਗਰ ਏਜ ਡਿਫਰੈਂਸ ਜ਼ਿਆਦਾ ਹੈ, ਕੋਈ ਹੋਰ ਕੋਈ ਰਿਲੀਜਨ ਡਿਫਰੈਂਸ ਹੈ, ਕਈ ਵਾਰ ਮੈਂ ਦੇਖਦਾ ਕਿ ਰਿਲੀਜਨ ਡਿਫਰੈਂਸ ਵੀ ਹੁੰਦਾ। ਐਕਚੁਲੀ ਪੰਜਾਬ ਦੇ ਕੇਸ ਮੈਂ ਇਹ ਵੀ ਬੜੇ ਮੈਂ ਹੈਰਾਨੀ ਨਾਲ ਦੇਖਦਾ ਕਿ ਇੱਥੇ ਕਈ ਲੋਕ ਹਾਈਲਾਈਟ ਕਰਦੇ ਕਿ ਵੀ ਕਾਸਟ ਡਿਫਰੈਂਸ ਹੈ, ਕੋਈ ਹਾਇਰ ਕਾਸਟ ਹੈ, ਕੋਈ ਲੋਅਰ ਕਾਸਟ ਹੈ, ਅਤੇ ਮੈਂ ਕਿਹਾ ਵੀ ਹਾਂਜੀ ਹਾਂਜੀ, ਫਿਰ ਕਿੱਦਾਂ, ਉਹ ਕਹਿੰਦੇ ਜੀ ਸਾਡੀ ਤਾਂ ਲਵ ਮੈਰਿਜ ਹੋਈ ਹੈ ਜੀ, ਅਸੀਂ ਤਾਂ ਜੀ ਮੈਰਿਜ ਕਰ ਹੀ ਨਹੀਂ ਸਕਦੇ, ਸਾਡਾ ਤਾਂ ਉਹ ਕਾਸਟ ਦਾ ਇੱਕ ਉਹ ਹੈ ਸਿਮਿਲੈਰਿਟੀ ਹੈ ਸਾਨੂੰ, ਅਤੇ ਸਾਡੇ ਜਿਹੜੇ ਘਰ ਵਾਲੇ ਅਤੇ ਮੁਹੱਲੇ ਵਾਲੇ ਜਿਹੜੇ ਪਿੰਡ ਵਾਲੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ, ਉਹ ਭੱਜ ਕੇ ਕਿਤੇ ਕੋਈ ਇੱਧਰ ਜਾ ਰਿਹਾ, ਕੋਈ ਗਾਜ਼ੀਆਬਾਦ ਜਾ ਰਿਹਾ, ਕੋਈ ਮੇਰਠ ਜਾ ਰਿਹਾ। ਸੋ ਦੈਟਸ ਆਲਸੋ ਅ ਬਿਗ ਰੈਡ ਫਲੈਗ ਕਿ ਵੀ ਤੁਹਾਡਾ ਕਾਸਟ ਡਿਫਰੈਂਸ ਕਰਕੇ ਤੁਹਾਡੀ ਕੰਪੈਟੀਬਿਲਟੀ ਹੈ ਕਿ ਨਹੀਂ ਹੈ। ਸਰ ਜੀ ਮੇਰੇ ਕੋਲ ਤਾਂ ਕੇਸ ਆਏ ਹੋਏ, ਮੇਰੇ ਕੋਲ ਲਾਈਵ ਕੇਸ ਆਏ, ਮੈਂ ਤਾਂ ਤੁਹਾਨੂੰ ਨਾਮ ਨਹੀਂ ਅਨਾਊਂਸ ਕਰ ਸਕਦਾ, ਮੇਰੇ ਕੋਲ ਤਾਂ ਆਲਰੇਡੀ ਲਾਈਵ ਕੇਸਿਸ ਹੈ, ਹਾਂਜੀ ਹਾਂਜੀ ਪੰਜਾਬ ਦੇ ਕੇਸ ਹੈ, ਜਿਹਦੇ ਵਿੱਚ ਕਾਸਟ ਜਾਂ ਉਹਨਾਂ ਦੇ ਸਟੈਟਸ ਵਿੱਚ, ਆਈ ਡੋਂਟ ਨੋ ਇਟਸ ਦ ਸੇਮ ਥਿੰਗ ਨੋਟ, ਸਟੈਟਸ ਦਾ ਡਿਫਰੈਂਸ ਹੈ, ਮਤਲਬ ਕੋਈ ਬਹੁਤ ਅਮੀਰ ਹੈ, ਕੋਈ ਬਹੁਤ ਗਰੀਬ ਹੈ, ਇਸ ਤਰ੍ਹਾਂ ਦਾ ਕੋਈ ਸਟੈਟਸ ਦਾ ਫਰਕ ਹੈ, ਕੋਈ ਬਹੁਤ ਜ਼ਿਆਦਾ ਪੜ੍ਹਿਆ ਲਿਖਾ ਹੈ, ਕੋਈ ਜ਼ਿਆਦਾ ਘੱਟ ਪੜ੍ਹਿਆ ਲਿਖਾ ਹੈ, ਅਤੇ ਇਸ ਤਰ੍ਹਾਂ ਦੇ ਰੈਡ ਫਲੈਗ ਜਿਹਨੂੰ ਕਹਿੰਦੇ ਇਨਕੰਪੈਟੀਬਿਲਟੀਜ਼ ਕਰਕੇ ਵੀ ਤੁਹਾਡਾ ਇੰਟਰਵਿਊ ਆਏਗਾ। ਇੰਟਰਵਿਊ ਵਿੱਚ ਅਗਰ ਤੁਸੀਂ ਕਲੈਰੀਫਾਈ ਨਹੀਂ ਕਰ ਸਕਦੇ, ਯੂ ਵਿਲ ਨੋਟ ਗੈਟ ਦ ਵੀਜ਼ਾ। ਇੰਟਰਵਿਊ ਵਿੱਚ ਪ੍ਰੈਕਟਿਸ, ਬਿਲਕੁਲ ਮੈਂ ਸਮਝਦਾ ਕਿ ਤਿਆਰੀ ਬਗੈਰ ਜਾਣਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਨੇਰੇ 'ਚ ਤੁਸੀਂ ਇੱਦਾਂ ਚੱਲੀ ਜਾ ਰਹੇ ਹੋ, ਪਤਾ ਨਹੀਂ ਕਿੱਥੇ ਰਾਹ ਮੁੜਦੀ। ਹਾਂਜੀ ਹਾਂਜੀ, ਹੈਲੋ ਦੇਸ਼ ਪੰਜਾਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਬੜੀ ਦੇਰ ਬਾਅਦ ਆ ਗਏ। ਹਾਂਜੀ ਬੋਲੋ ਜੀ, ਡਿਪੈਂਡ ਕਰਦਾ ਕਿ ਵਰਕ ਪਰਮਿਟ ਨੂੰ ਕਿੱਦਾਂ ਮਿਲਿਆ, ਜਿਹੜਾ ਇਨੀਸ਼ੀਅਲ ਵਰਕ ਪਰਮਿਟ ਕਿੱਦਾਂ ਮਿਲਿਆ ਉਹਨਾਂ ਨੂੰ, ਮਤਲਬ LMIE ਦੇ ਬੇਸ ਤੇ ਮਿਲਿਆ ਨਾ ਉਹਨੂੰ। ਹਾਂ, ਨਹੀਂ ਫਿਰ ਇੱਥੇ ਹੀ ਉਹ ਵਿਦਇਨ ਆਫਟਰ 2 ਈਅਰਸ ਉਹ ਰੀਨਿਊ ਆਟੋਮੈਟਿਕਲੀ, ਅਗਰ ਉਹਦੇ ਕੋਲ ਅਗਰ ਦੂਸਰਾ ਵਰਕ ਪਰਮਿਟ ਦਾ ਅਗਰ ਸਾਧਨ ਹੈ ਤੇ ਰੀਨਿਊ ਇੱਥੇ ਵਿਦਇਨ ਕੈਨੇਡਾ ਕਰ ਸਕਦਾ। ਹਾਂ ਕਰ ਸਕਦਾ ਹੈ, ਡਿਪੈਂਡਿੰਗ ਔਨ ਕਿ ਵੀ LMIE ਦੀ, ਸਪੋਜ਼ ਮੈਂ ਤੁਹਾਨੂੰ ਐਗਜ਼ਾਮਪਲ ਛੋਟਾ ਜਿਹਾ ਦੇ ਦਿਆਂ, ਅਗਰ ਉਹ
ਅਗਰ ਉਹ ਜਿਸ ਤਰ੍ਹਾਂ ਜਿਹੜੇ ਉਹ ਕੀ ਕਹਿੰਦੇ ਉਹ ਬੇਰੀਆਂ ਪਿੱਕ ਕਰਦੇ ਆ ਜਿਹੜਾ ਇਸ ਤਰ੍ਹਾਂ ਨਾ ਫਾਰਮ ਵਰਕ ਕਰਦੇ ਆ, ਅਗਰ ਜੇ ਸਪੋਜ਼ ਉਸ ਤਰ੍ਹਾਂ ਦੇ ਜੋਬ 'ਤੇ ਆਇਆ ਅਤੇ ਉਹਦੇ ਬਾਅਦ ਅਗਰ ਕੁਦਰਤੀ ਉਹਨੂੰ ਉਹਦੇ ਕੋਲ ਕੋਈ ਸਕਿੱਲ ਆ ਗਈ, ਉਹਨੇ ਕੋਈ ਟਰੈਕਟਰ ਚਲਾਉਣਾ ਹੈ ਕੋਈ ਆ ਕੋਈ ਉਹ ਜਿਹੜੇ ਜਿਹੜੇ ਮਸ਼ੀਨਰੀ ਵਾਲਾ ਚਲਾਉਣ ਦੀ ਕੋਈ ਟੈਕਨੀਕਲ ਜੋਬ ਦਾ ਕੋਈ ਮਿਲ ਜਾਏਗਾ ਉਹਨੂੰ LMIA 'ਤੇ ਵਿਦਿਨ ਕੈਨੇਡਾ ਉਹ ਅਪਲਾਈ ਕਰ ਸਕਦਾ। ਇਟ ਆਲ ਡਿਪੈਂਡਸ ਔਨ ਕਿ ਉਹਦੀ ਇੱਕ ਰਿਕੁਆਇਰਮੈਂਟ ਉਹਦੀ ਇੱਕ ਜੋਬ ਲਈ ਬਣਦੀ ਹੈ ਕਿ ਨਹੀਂ ਬਣਦੀ, ਉਹ ਜ਼ਿਆਦਾ ਮੇਨ ਚੀਜ਼ ਹੈ। ਇਹ ਐਕਚੁਲੀ ਸੰਗਤ ਸਾਹਿਬ ਮੈਂ ਦੱਸਾਂ ਕਿ ਇਹ ਸਵਾਲ ਕਿਉਂ ਪੁੱਛਿਆ ਇਹਨਾਂ ਨੇ, ਅਤੇ ਇਹ ਪਹਿਲਾਂ ਸਵਾਲ ਪੁੱਛਿਆ ਜਾਂਦਾ ਰਿਹਾ ਸੀ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਿ 4 ਸਾਲ ਦੀ ਇੱਕ ਮਿਆਦ ਹੁੰਦੀ ਸੀ ਕਿ 4 ਸਾਲ ਤੋਂ ਬਾਅਦ ਤੁਸੀਂ ਵਰਕ ਪਰਮਿਟ 'ਤੇ ਰਹਿ ਨਹੀਂ ਸਕਦੇ ਜਿਹੜੇ ਅਨਸਕਿੱਲਡ ਜੋਬ ਹੁੰਦੇ ਸੀ ਉਸ ਵਕਤ, ਵਿਚ ਇਜ਼ ਆਫਕੋਰਸ ਫਾਰਮ ਵਰਕ ਇਜ਼ ਆਲਸੋ ਅਨਸਕਿੱਲਡ। ਸੋ ਉਸ ਟਾਈਮ ਹੁੰਦਾ ਸੀ ਕਿ ਵੀ 4 ਸਾਲ ਤੁਸੀਂ ਪੂਰੇ ਕਰ ਲਏ, 4 ਸਾਲ ਬਾਅਦ ਤੁਸੀਂ ਫਿਰ 4 ਸਾਲ ਦਾ ਗੈਪ ਕਰਕੇ ਇੰਡੀਆ ਜਾਓ ਜਾਂ ਕੁਝ ਹੋਰ ਕੰਮ ਕਰੋ। ਕਮਾਲ ਦੀ ਗੱਲ ਹੈ ਜੀ ਵੀ ਇਹਨਾਂ ਨੇ ਤੁਹਾਡੇ ਖਾਣ ਵਾਲਾ ਜੀਣ ਵਾਲਾ ਸਮਾਨ ਜਿਹੜਾ ਉਹ ਪ੍ਰੋਡਿਊਸ ਕਰਦਾ ਬੰਦਾ ਉਹਨੂੰ ਅਨਸਕਿੱਲਡ ਦੱਸ ਦਿੰਦੇ। ਉਹ ਸਰ ਜੀ ਇਹ ਤੇ ਐਗਜ਼ਾਮਪਲ ਹੀ ਕੁਝ ਨਹੀਂ ਹੈ, ਤੁਸੀਂ ਤੇ ਫਾਰਮ ਵਰਕਰ ਨੂੰ ਅਨਸਕਿੱਲਡ ਕਹਿਣ ਤੋਂ ਡਰ ਰਹੇ ਹੋ। ਮੈਂ ਤੇ ਇਹ ਕਹਿ ਰਿਹਾ ਕਿ ਸਰਕਾਰ ਤੇ ਇਹ ਮੰਨਦੀ ਹੈ ਜਿਹੜੇ ਵੱਡੇ ਵੱਡੇ ਟਰੱਕ ਚਲਾ ਰਹੇ ਆ, 18 ਗੇਅਰ ਵਾਲੇ ਚਲਾ ਰਹੇ ਆ, ਟ੍ਰੇਲੇ ਚਲਾ ਰਹੇ ਆ, ਜਿਹੜੇ ਜਿਹਦੇ ਵਿੱਚ 80,000 ਪਾਉਂਡ ਖਿੱਚ ਰਹੇ ਆ, ਡੈਟ ਇਜ਼ ਆਲਸੋ ਕਾਲਡ ਅਨਸਕਿੱਲਡ ਜੋਬ। ਆਮ ਸੋਰੀ ਲੋ ਸਕਿੱਲ ਜੋਬ, ਨਾਟ ਅਨਸਕਿੱਲਡ, ਲੋ ਸਕਿੱਲ ਜੋਬ ਇਨ ਇਮੀਗ੍ਰੇਸ਼ਨ। ਸੋ ਜਦੋਂ ਮੈਂ ਤਾਂ ਸਮਝਦਾ ਕਿ ਮੈਨੂੰ ਅਗਰ ਕੋਈ ਕਹੇ ਕੋਈ ਟਰੱਕ ਚਲਾਇਆ, ਮੈਨੂੰ ਸਮਝ ਨਹੀਂ ਆ ਕਿ ਟਰੱਕ ਚਲਾਉਣਾ ਕਿੱਦਾਂ, ਸਟਾਰਟ ਕਿੱਦਾਂ ਕਰਨਾ ਹੈ, ਅਤੇ ਜਿਹੜੇ ਲੋਕ ਟਰੱਕ ਚਲਾ ਰਹੇ ਟਰੱਕ ਉਹ ਕਹਿੰਦੇ ਉਹ ਵੀ ਦਿਸ ਇਜ਼ ਅ ਲੋ ਸਕਿੱਲ ਜੋਬ। ਸੋ ਉਹ ਦੇਖੋ ਟਾਈਮ ਦੇ ਨਾਲ ਤੁਹਾਨੂੰ ਸੌਖਾ ਲੱਗਣ ਲੱਗ ਪੈਂਦਾ, ਪਰ ਜਦੋਂ ਤੁਸੀਂ ਉਹਨੂੰ ਐਜ਼ ਅ ਪ੍ਰੋਫੈਸ਼ਨਲ ਕੀ ਕਹਿੰਦੇ ਹੁੰਦੇ ਆ, ਕੋਈ ਵੀ ਕੰਮ ਕਰਦੇ ਆ, ਚਾਹੇ ਤੁਸੀਂ ਬੱਸ ਚਲਾਉਂਦੇ ਆ, ਟਰੱਕ ਚਲਾਉਂਦੇ ਆ, ਗੱਡੀ ਚਲਾਉਂਦੇ ਆ, ਕੋਈ ਵੀ ਚੀਜ਼ ਹੈ, ਮੇਰੇ ਖਿਆਲ ਜਦੋਂ ਤੁਸੀਂ ਉਹਨੂੰ ਪ੍ਰੋਫੈਸ਼ਨਲ ਜੋਬ ਨਿਭਾਉਂਦੇ ਆ ਤਾਂ ਉਹ ਇਟਸ ਅ ਪ੍ਰੀਟੀ ਸਕਿੱਲਡ ਜੋਬ, ਤੇ ਸੇਫਟੀ ਜਿਹੜੀ ਆ ਨੰਬਰ 1 ਉਹਦੇ 'ਚ ਰਹਿੰਦੀ ਆ। ਐਬਸੋਲੂਟਲੀ ਐਬਸੋਲੂਟਲੀ। ਵਨ ਐਸ ਕੰਪੇਅਰ ਟੂ ਈਵਨ ਤੁਸੀਂ ਜਿਹੜਾ ਫਾਰਮ ਵਰਕਰ ਦਾ ਐਗਜ਼ਾਮਪਲ ਆ, ਈਵਨ ਜਿਹੜੇ ਜੈਨੀਟੋਰੀਅਲ ਵਰਕ ਹੈ, ਜੈਨੀਟੋਰੀਅਲ ਵਰਕ ਕਿੰਨਾ ਔਖਾ ਕੰਮ ਕਰਦੇ ਆ, ਕਿੰਨਾ ਸਾਫ਼ ਸਫਾਈ ਕਰੀ ਜਾਂਦੇ ਨੇ, ਕੋਈ ਮਸ਼ੀਨ ਲੈ ਕੇ ਕੋਈ ਕੁਛ ਹੈ, ਕੋਈ ਹੱਥੋਂ ਨਾਲ ਕਰੀ ਜਾ ਰਿਹਾ, ਕੋਈ ਬਾਥਰੂਮ ਸਾਫ਼ ਕਰ ਰਿਹਾ, ਕੁਛ ਹੈ, ਦੈਟ ਇਜ਼ ਆਲਸੋ ਕਾਲਡ ਲੋ ਸਕਿੱਲ ਜੋਬ। ਆਈ ਬੈਟ ਈਵ ਨਾਟ ਈਵਨ ਲੋ ਸਕਿੱਲ, ਅਨਸਕਿੱਲ ਜੋਬ। ਸੋ ਪਰ ਉਹਦੇ ਵਿੱਚ ਵੀ LMIA ਮਿਲੀ ਜਾ ਰਹੇ ਲੋਕਾਂ ਨੂੰ, LMIA ਲੈ ਕੇ ਕਰੀ ਜਾ ਰਹੇ ਨੇ, ਉਹਦੇ ਵਿੱਚ ਉਹ ਫਿਰ ਉਹ ਡਰਾਮਾ ਇਹ ਕਰਦੇ ਕਿ ਵੀ ਤੁਹਾਨੂੰ 2 ਸਾਲ ਬਾਅਦ ਸੁਪਰਵਾਈਜ਼ਰ ਬਣਾਤਾ ਜੀ, ਬਣ ਗਏ ਫਲਾਨਾ, ਇਸ ਤਰ੍ਹਾਂ ਦਾ ਗੇਮ ਚੱਲਦੇ ਆ ਉਸੇ। ਮਤਲਬ ਉਹ ਜੋਬ ਟਾਈਟਲ ਦੇ ਸਿਰ ਤੇ ਫਿਰ ਜੋਬ ਟਾਈਟਲ ਸਿਰ ਤੇ ਇਮੀਗ੍ਰੇਸ਼ਨ ਲੈਂਦੀ ਹੈ। ਹਾਂਜੀ ਹਾਂਜੀ, ਲਓ ਆਪਾਂ ਕੁਝ ਨਾ ਵਪਾਰੀ ਅਦਾਰਿਆਂ ਦੇ ਸਨੇਹ ਬਣਾ ਦਈਏ ਤੇ ਫਿਰ ਗੱਲਬਾਤ ਜਿਹੜੀ ਹੈ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਦੋਸਤੋ ਤੁਸੀਂ ਵੀ ਪ੍ਰੋਗਰਾਮ ਸ਼ਾਮਲ ਹੋ ਸਕਦੇ ਹੋ, ਫੋਨ ਨੰਬਰ ਹੈ 780-435-2727, ਪਰ ਤੁਹਾਡਾ ਕੋਈ ਵੀ ਸਵਾਲ ਹੈ ਇਮੀਗ੍ਰੇਸ਼ਨ ਪ੍ਰਤੀ ਤੇ ਜ਼ਰੂਰ ਫੋਨ ਕਰੋ ਔਰ ਜਾਣਕਾਰੀ ਹਾਸਲ ਕਰੋ। ਤਾਂ ਅਮਰਜੋਤ ਸਿੰਘ ਹੋਰਾਂ ਤੋਂ ਜਿਹੜੇ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ, ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਅਮਰਜੋਤ ਸਿੰਘ ਵੀ ਸ਼ਾਮਿਲ ਹੋਏ ਔਰ ਇਮੀਗ੍ਰੇਸ਼ਨ ਪ੍ਰਤੀ ਤੁਹਾਨੂੰ ਜਾਣਕਾਰੀ ਦੇ ਰਹੇ ਨੇ। ਕੋਈ ਵੀ ਤੁਹਾਡਾ ਕੰਸਰਨ, ਕੋਈ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਫੋਨ ਕਰ ਸਕਦੇ ਹੋ 780-435-2727। ਦੂਸਰੀ ਗੱਲ ਹੈ ਵੀ ਅਮਰਜੋਤ ਹੋਰੀ ਤੁਹਾਨੂੰ ਜੀ ਸਹੀ ਸਲਾਹ ਮਸ਼ਵਰਾ ਦਿੰਦੇ ਨੇ, ਜਿਹੜਾ ਕਰਨਾ ਕਈ ਵਾਰੀ ਸ਼ਾਇਦ ਕੋਈ ਦੂਸਰੇ ਢੰਗ ਤਰੀਕੇ ਪੈਸੇ ਖਰਚ ਕਰਕੇ ਜ਼ਿਆਦਾ ਉਹ ਕੰਮ ਕਰਨਾ ਹੀ, ਤੁਹਾਨੂੰ ਬਿਲਕੁਲ ਸਹੀ ਮਸ਼ਵਰਾ ਦੇਣਗੇ। ਬਾਕੀ ਇੱਛਾ ਤੁਹਾਡੀ ਹੈ ਜੀ ਕਿ ਤੁਸੀਂ ਕੀ ਕਰਨਾ। ਸੰਗਤ ਸਾਹਿਬ ਮੈਂ ਇਹਦੇ ਬਾਰੇ ਇੱਕ ਵੀਡੀਓ ਵੀ ਬਣਾਇਆ ਸੀ, ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਪਾਪੂਲਰ ਸਵਾਲ ਹੈ, ਜਿਹੜਾ ਪਸੰਦੀਦਾ ਸਵਾਲ ਹੈ ਜਿਹੜੇ ਲੋਕ ਕਰਦੇ ਹੈ, ਸਪੈਸ਼ਲੀ ਉਹ ਲੋਕ ਜਿਹੜੇ ਆਲਰੇਡੀ ਕੈਨੇਡਾ ਆ ਚੁੱਕੇ ਹੈ, ਉਹ ਬਸ ਮੈਨੂੰ ਇਹ ਪੁੱਛਦੇ ਕਿ ਮੈਂ ਵਿਜ਼ਟਰ ਵੀਜ਼ਾ ਲੈ ਕੇ ਆ ਗਿਆ ਅਤੇ ਮੈਂ ਹੁਣ ਵਾਪਸ ਨਹੀਂ ਜਾਣਾ, ਕਿਸੇ ਵੀ ਸੂਰਤ ਹਾਲ ਵਿੱਚ ਮੈਂ ਵਾਪਸ ਨਹੀਂ ਮੁੜਨਾ, ਮੈਂ ਵਿਜ਼ਟਰ ਵੀਜ਼ਾ ਮੇਰੇ ਕੋਲ ਲੱਗਿਆ ਹੋਇਆ, 6 ਮਹੀਨੇ ਦੀ ਐਂਟਰੀ ਹੈ, ਮੈਨੂੰ ਰਸਤਾ ਢੰਗ ਦੱਸੋ ਕਿ ਵੀ ਮੈਂ ਇੱਥੇ LMIA ਲੈ ਕਰ ਇੱਥੇ ਪੱਕਾ ਹੋ ਕੇ ਕਨਵਰਟ ਹੋ ਕੇ ਮੈਂ ਇੱਥੇ ਰਹਿਣਾ, ਮੈਂ ਮੁੜਨਾ ਨਹੀਂ। ਇਨਫੈਕਟ ਨਾਟ ਓਨਲੀ ਮੀਨ ਦੀਜ਼ ਆਰ ਨਾਟ ਆਰਡਨਰੀ ਪੀਪਲ, ਕਈ ਲੋਕ ਇਸ ਤਰ੍ਹਾਂ ਵੀ ਜਿਹੜੇ ਵੱਡੇ ਵੱਡੇ ਉਹਨਾਂ ਦੇ ਬਿਜ਼ਨਸ ਫੈਕਟਰੀਆਂ ਚੱਲ ਰਹੀਆਂ, ਵੱਡੇ ਵੱਡੇ ਦੁਕਾਨਾਂ ਚੱਲ ਰਹੀਆਂ, ਹਾਂ ਉਹ ਵੀ ਲੋਕ ਇੱਥੇ ਆ ਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿਸੇ ਤਰੀਕੇ ਨਾਲ, ਕਿਸੇ ਹਿਲੇ ਵਸੀਲੇ ਨਾਲ, ਕੋਈ ਇੱਦਾਂ ਦਾ ਕੋਈ ਟਾਂਕਾ ਫਿੱਟ ਹੋ ਜਾਏ, ਕੋਈ ਜੋਬ ਹੋ ਜਾਏ, ਕੋਈ ਸ਼ਾਦੀ ਹੋ ਜਾਏ, ਕੁਛ ਹੋ ਜਾਏ, ਕਿਸੇ ਤਰੀਕੇ ਨਾਲ, ਜਾਂ ਬੱਚੇ ਦੀ ਐਜੂਕੇਸ਼ਨ ਕਰਕੇ ਉਹਦੇ ਸਾਰੇ ਆਪਾਂ ਕਿਸੇ ਤਰੀਕੇ ਨਾਲ ਜਿਹੜਾ ਟੈਂਪਰਰੀ ਵਿਜ਼ਟਰ ਵੀਜ਼ਾ ਨੂੰ PR ਵਿੱਚ ਕਿੱਦਾਂ ਕਨਵਰਟ ਹੋ ਜਾਏ ਵਿਦਆਊਟ ਈਵਨ ਗੋਇੰਗ ਬੈਕ ਟੂ ਚੰਡੀਗੜ੍ਹ ਜਾਂ ਨਿਊ ਦਿੱਲੀ ਹਾਈ ਕਮਿਸ਼ਨ, ਇੱਥੇ ਹੋ ਜਾਏ। ਦਿਸ ਇਜ਼ ਦੀ ਮੋਸਟ ਫੇਵਰੇਟ ਪਾਪੂਲਰਲੀ ਆਸਕ ਕੁਐਸਚਨ, ਇਹਦੇ ਬਾਰੇ ਮੈਂ ਵੀਡੀਓ ਵੀ ਕਈ ਬਣਾਏ ਹੋਏ, ਲੇਕਿਨ ਲੋਕ ਫਿਰ ਵੀ ਨਹੀਂ ਹਟਦੇ, ਉਹ ਕਹਿੰਦੇ ਨਹੀਂ ਤੁਸੀਂ ਸਾਨੂੰ ਦੱਸਦੇ ਰਹੇ ਹੋ, ਕੋਈ ਨਾ ਕੋਈ ਤਰੀਕਾ ਹੈ ਜ਼ਰੂਰ, ਅਸੀਂ ਲੱਭ ਕੇ ਰਹਾਂਗੇ, ਅਤੇ ਉਹ ਮਤਲਬ ਪੈਸੇ ਦੀ ਗੱਲਬਾਤ ਹੁੰਦੀ ਹੈ ਉੱਥੇ। ਵੈਸੇ ਜਦੋਂ ਤੁਸੀਂ ਕਿਹਾ ਨਾ ਵੀ ਵਿਜ਼ਟਰ ਆਉਂਦੇ ਔਰ ਬੰਦਾ ਕਹਿੰਦਾ ਯਾਰ ਹੁਣ ਮੈਂ ਜਾਣਾ ਨਹੀਂ ਗਾ, ਤੁਸੀਂ ਮੈਨੂੰ ਕਿਸ ਤਰ੍ਹਾਂ, ਮੈਂ ਕਿਹਾ ਵੀ ਧਰਤੀ ਨਾਲ ਇੰਨਾ ਸਾਨੂੰ ਪਿਆਰ ਹੈ ਜੀ।
ਗੱਲ ਦੇਖੋ ਇਸ ਤਰ੍ਹਾਂ ਦੇਖੋ ਆਪਾਂ ਆਈ ਡੋਨਟ ਵਾਂਟ ਟੂ ਗੋ ਆਫ ਟੌਪਿਕ ਪਰ ਜਿਸ ਜਿਸ ਵੀ ਜਸਟ ਵਾਂਟ ਟੂ ਸਟੇ ਔਨ ਟੌਪਿਕ ਦੋਸਤੋ ਅਗਰ ਕੋਈ ਸਵਾਲ ਕੋਈ ਇਮੀਗ੍ਰੇਸ਼ਨ ਬਾਰੇ ਸਵਾਲ ਅਗਰ ਪੁੱਛਣਾ ਇਮੀਗ੍ਰੇਸ਼ਨ ਕਾਨੂੰਨ ਦੇ ਬਾਰੇ ਸਵਾਲ ਪੁੱਛਣਾ ਹੈ ਤਾਂ ਜ਼ਰੂਰ ਤੁਸੀਂ ਪੁੱਛੋਗੇ ਆਈ ਵਿਲ ਲਵ ਟੂ ਆਨਸਰ ਕੁਐਸਚਨ ਮੋਟਰ ਵਾਲੇ ਵੀ ਸੀ ਤੇ ਸਾਬਕਾ ਮੇਅਰ ਦੇ ਨਾਲ ਉਹਨਾਂ ਨੇ ਇੱਕ ਕਿਸੇ ਹੋਰ ਨੂੰ ਰੈਫਰ ਕੀਤਾ ਜਿਹਨਾਂ ਦੀ ਆਪਣੀ ਪ੍ਰਿੰਟਿੰਗ ਕੰਪਨੀ ਸੀ ਸੋ ਜਿੱਥੇ ਜਿੱਥੇ ਉਹਨਾਂ ਨੂੰ ਲੱਗਿਆ ਕਿ ਵੀ ਤੁਹਾਡੇ ਉਹਨਾਂ ਦੇ ਸਰਕਲ ਵਿੱਚ ਜਿਹੜੇ ਲੋਕ ਇਨਵੋਲਵ ਸੀ ਉਹਨਾਂ ਨੇ ਜਿਹੜੇ ਕਪਲ ਸੀ ਚਾਈਨੀਜ਼ ਕਪਲ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਹੋਰ ਪਤਾ ਕਰੋ ਹੋਰ ਕੋਈ ਜੋਬ ਦੇ ਸਕਦਾ ਹੈ ਤੇ ਹਾਂਜੀ 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 ਹੁੰਦੇ ਹਾਂਜੀ ਉਹਨਾਂ ਨੂੰ ਇਹ ਵੀ ਕਿਹਾ ਹੋਇਆ ਕਿਹਾ ਗਿਆ ਕਿ ਤੁਸੀਂ ਸਿਰਫ ਜੋਬ ਲੈਟਰ ਦੇਣੀ ਹੈ ਕੰਮ ਕਰਾਉਣ ਦੀ ਲੋੜ ਨਹੀਂ ਹੈ ਜੇ ਤੁਹਾਡੇ ਕੋਲ ਅਗਰ ਕੰਮ ਨਹੀਂ ਹੈ ਦੱਸ ਓਕੇ ਡੋਂਟ ਵਰੀ ਵਿਲ ਟੇਕ ਕੇਅਰ ਆਫ ਇਟ ਤੁਸੀਂ ਬਸ ਜੋਬ ਲੈਟਰ ਇਸ਼ੂ ਕਰ ਦਿਓ ਬਸ ਕਿਉਂਕਿ ਜੋਬ ਲੈਟਰ ਨੂੰ ਲੈ ਕੇ ਫਿਰ ਉਹਨਾਂ ਦੀ ਪੀ ਐਨ ਪੀ ਲੱਗ ਜਾਏਗੀ ਜਾਂ ਐਕਸਪੈਸੈਂਟੀ ਜੋ ਵੀ ਲੱਗਣਾ ਲੱਗ ਜਾਏਗੀ ਅਤੇ ਇਹ ਬਹੁਤ ਵੱਡਾ ਰੈਕਟ ਇਹਨਾਂ ਨੇ ਸ਼ੁਰੂ ਕੀਤਾ ਐਂਡ ਆਈ ਐਮ ਨੋਟ ਸਰਪ੍ਰਾਈਜ਼ ਦੈਟ ਦਿਸ ਗੋਜ਼ ਔਨ ਇਨ ਐਵਰੀ ਸਿਟੀ ਐਵਰੀ ਸਮਾਲ ਟਾਊਨ ਬਿਗ ਟਾਊਨ ਇਨ ਕੈਨੇਡਾ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿਸੇ ਨੂੰ ਨਹੀਂ ਪਰ ਇਹ ਹਰ ਇੱਕ ਜਗ੍ਹਾ ਕੋਸ਼ਿਸ਼ ਹੁੰਦੀ ਹੈ ਜਿੰਨੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਵਾਲਾ ਜਾਂ ਲੋਇਰਸ ਨੋਟ ਲੀਵ ਇਨ ਲੋਇਰ ਸਮਟਾਈਮਸ ਨੋਟ ਆਲ ਅਤੇ ਕਈ ਵਾਰ ਉਹ ਆਪ ਅਗਰ ਜੇਕਰ ਲਾਲਚ ਕਰਕੇ ਆਪ ਹੀ ਇੰਪਲੋਇਰ ਨੂੰ ਸੰਪਰਕ ਕਰਕੇ ਕਹਿ ਉਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਕੋਈ ਹੈ ਕੋਈ ਗੁੰਜਾਇਸ਼ ਕਿਸੇ ਨੂੰ ਸੈਟਿੰਗ ਕਰਨੀ ਹੈ ਕੋਈ ਇੱਕ ਮੈਨੂੰ ਇਨਕੁਆਇਰੀ ਆਈ ਹੈ ਤੁਸੀਂ ਇਹਨਾਂ ਨੂੰ ਜੋਬ ਰੱਖ ਲਓਗੇ ਦੱਸੋ ਕੀ ਅਰੇਂਜਮੈਂਟ ਲੈਟ ਅਸ ਮੀਟ ਐਟ ਟਿਮ ਹੋਟਨਸ ਕਾਫੀ ਐਂਡ ਲੈਟ ਅਸ ਡਿਸਕਸ ਸੋ ਇਸ ਤਰ੍ਹਾਂ ਦੀ ਵੀਲਿੰਗ ਡੀਲਿੰਗ ਚੱਲਦੀ ਹੈ ਹਰ ਜਗ੍ਹਾ ਕਿਸੇ ਦੀ ਕਾਮਯਾਬ ਹੋ ਜਾਂਦੀ ਕਿਸੇ ਦੀ ਨਹੀਂ ਉਹ ਸਿਰਫ ਉਹਦੀ ਵਜ੍ਹਾ ਸਿਰਫ ਇੰਨਾ ਹੀ ਹੈ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦਾ ਪੀ ਐਨ ਪੀ ਹੋ ਜਾਂ ਫੈਡਰਲ ਇਮੀਗ੍ਰੇਸ਼ਨ ਦਾ ਜਿਹੜਾ ਆਧਾਰ ਹੈ ਇਕਨੋਮਿਕ ਇਮੀਗ੍ਰੇਸ਼ਨ ਦਾ ਆਧਾਰ ਹੈ ਜੋਬ ਆਫਰ ਜਾਂ ਅਰੇਂਜ ਜੋਬ ਆਫਰ ਜਾਂ ਵਰਕ ਪਰਮਿਟ ਬੇਸਡ ਜੋਬ ਆਫਰ ਸੋ ਜੋਬ ਆਫਰ ਅਗਰ ਹੋਏਗੀ ਤਾਂ ਪੁਆਇੰਟ ਵੀ ਜੁੜ ਜਾਣਗੇ ਜੋਬ ਆਫਰ ਹੋਏਗੀ ਪੀ ਐਨ ਪੀ ਵੀ ਲੱਗ ਜਾਏਗੀ ਜੋਬ ਆਫਰ ਹੋਏਗਾ ਅਤੇ ਤੁਹਾਡੇ ਜਿਹੜੇ ਹੋਰ ਕੋਈ ਜਿਹੜੇ ਹੋਰ ਕੰਸੈਸ਼ਨ ਤੁਹਾਨੂੰ ਮਿਲ ਜਾਏਗਾ ਜਿਹੜੇ ਫੰਡ ਨਹੀਂ ਸ਼ੋਅ ਕਰਨੇ ਤੁਹਾਨੂੰ ਇੱਕ ਕੰਮ ਕਰਨ ਦਾ ਮੌਕਾ ਮਿਲ ਜਾਏਗਾ ਤੁਸੀਂ ਆਪਣੇ ਸਪਾਊਸ ਨੂੰ ਵੀ ਲਿਆ ਸਕਦੇ ਹੋ ਅਗਰ ਜੇ ਸਕਿੱਲ ਜੋਬ ਹੈ ਸੋ ਜੋਬ ਆਫਰ ਇਹਨਾਂ ਨੇ ਇੱਕ ਮੇਨ ਇੱਕ ਫਾਰਮੂਲਾ ਬਣਾ ਲਿਆ ਜਿਹੜਾ ਵਿਕਸ ਫਾਰਮੂਲਾ 44 ਜੋਬ ਆਫਰ ਹੈ ਅਤੇ ਸਭ ਕੁਛ ਹੈ ਜੋਬ ਆਫਰ ਨਹੀਂ ਹੈ ਅਤੇ ਬਾਕੀ ਬਹੁਤ ਕੁਛ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਟੋਟਲ 15,000 ਦਾ ਸੌਦਾ ਲੱਗ ਰਿਹਾ ਹੈ ਦੁਬਾਰਾ ਮੈਂ ਰਿਪੀਟ ਕਰਦਾ ਕੁਐਸਚਨ ਨੂੰ ਕਿ ਹੋ ਸਕਦਾ ਕਿ ਕਿਸੇ ਨੂੰ ਸਮਝ ਨਾ ਆਇਆ ਅਤੇ ਮੈਂ ਦੁਬਾਰਾ ਰਿਪੀਟ ਕਰਦਾ ਐਂਡ ਆਈ ਵਾਂਟ ਟੂ ਗੈਟ ਅ ਗੁੱਡ ਅੰਡਰਸਟੈਂਡਿੰਗ ਤੁਹਾਡੀ ਸਿਸਟਰ ਦਾ ਬੇਟਾ ਹੈ ਉੱਥੇ ਦੁਬਈ ਉਹ ਟਰੱਕ ਚਲਾ ਰਿਹਾ ਇੱਥੇ ਤੁਹਾਨੂੰ ਕੋਈ ਔਫਰ ਕਰ ਰਿਹਾ ਜੋਬ ਕਿ ਅਸੀਂ ਉਹਨਾਂ ਨੂੰ ਜੋਬ ਦੇ ਕਰ ਇੱਥੇ ਅਸੀਂ ਵਰਕ ਪਰਮਿਟ ਕਰ ਦਿਆਂਗੇ ਦੈਟਸ ਰਾਈਟ ਆਈ ਨੋ ਕਿਸੇ ਕੰਪਨੀ ਥਰੂ ਉਹ ਇਹ ਤਾਂ ਮਿਡਲ ਮੈਨ ਹੋ ਗਿਆ ਨਾ ਕੁਝ ਮਿਡਲ ਮੈਨ ਹੋ ਗਿਆ ਇਮੀਗ੍ਰੇਸ਼ਨ ਕੰਸਲਟੈਂਟ ਹੋ ਸਕਦਾ ਸੋ ਦੈਟਸ ਓਕੇ ਕਿਸੇ ਕੰਪਨੀ ਦੇ ਥਰੂ ਜੋਬ ਦੇ ਵਿੱਚ ਅਰੇਂਜਮੈਂਟ ਕਰਕੇ ਉਹਨਾਂ ਨੂੰ ਕੰਟੈਕਟ 'ਚ ਲਿਆ ਦੇਵਾਂਗੇ ਅਤੇ 15,000 ਦਾ ਡੋਲਰ ਡੀਲ ਹੈ ਫਾਈਵ ਥਾਊਜ਼ਨ ਇਹੀ ਹੈ ਹਾਂ ਦੇਖੋ ਪਹਿਲੀ ਗੱਲ ਇਹ ਹੈ ਕਿ ਇਹ ਜਿਹੜਾ ਇਹ ਤੁਹਾਡੀ ਜਿਹੜੀ ਕਾਲ ਆਈ ਨਾ ਇਹ ਸਾਰੇ ਸਾਡੇ ਸ਼ੋਅ ਦਾ ਸਾਰਾਂਸ਼ ਹੈ ਸਾਰੀ ਸਮਰੀ ਹੈ ਸਾਰਾ ਕਿਉਂਕਿ ਜਿਹੜਾ ਆਪਾਂ ਪੈਸੇ ਦੇ ਕਰ ਤੁਸੀਂ ਅਲਟੀਮੇਟਲੀ ਜੋ ਵੀ ਇੱਕ ਸੋਚ ਹੈ ਇੱਕ ਡੀਲ ਹੈ ਤੁਹਾਡੀ ਉਹ ਹੈ ਪੈਸੇ 'ਤੇ ਹੈ ਕਿ ਪੈਸਾ ਲੇਕਰ ਅਸੀਂ ਖਰੀਦ ਰਹੇ ਹਾਂ ਜੋਬ ਨੂੰ ਇਹ ਹੀ ਹੈ ਨਾ ਆਈ ਨੋ ਬਟ ਦੱਸੋਗੇ ਮੈਂ ਕਿਸੇ ਵੀ ਸਿਚੁਏਸ਼ਨ 'ਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੈਂ ਤੁਹਾਨੂੰ ਉਹਦੇ ਲੋਅ ਦੇ ਬਾਰੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਕਾਨੂੰਨ ਇਹਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਜੋਬ ਲਈ ਪੈਸਾ ਦੇਈਏ ਕਿਸੇ ਮਿਡਲ ਮੈਨ ਨੂੰ ਨੰਬਰ 1 ਇਹ ਦਿਸ ਇਜ਼ ਪ੍ਰੋਬਲਮ ਨੰਬਰ 1 ਪ੍ਰੋਬਲਮ ਨੰਬਰ 2 ਇਹ ਵੀ ਹੋ ਸਕਦੀ ਹੈ ਕਿ ਤੁਹਾਡੇ ਜਿਹੜੇ $5,000 ਤੁਸੀਂ ਪਹਿਲਾਂ ਦਿੱਤੇ ਜੇਕਰ ਬਾਏ ਚਾਂਸ ਅਗਰ ਜੇ ਵੀਜ਼ਾ ਨਹੀਂ ਮਿਲਿਆ ਤਾਂ 5,000 ਤੁਹਾਡੇ ਗਏ ਹੈ ਕਿ ਨਹੀਂ
ਜੇਕਰ ਜੇਕਰ ਬਾਈ ਚਾਂਸ ਅਗਰ ਵੀਜ਼ਾ, ਕਿਉਂਕਿ ਵੀਜ਼ਾ ਮਿਲਣਾ LMIA ਤੇ ਨਾਮ ਚਾੜਨਾ ਕੁਝ ਹੋਰ ਚੀਜ਼ ਹੈ, ਉਹਦੇ ਬਾਅਦ ਫਿਰ ਵੀਜ਼ਾ ਅਪਲਾਈ ਕਰਨਾ ਉੱਥੇ ਅਬੂਧਾਬੀ ਜਿਹੜੇ ਕੈਨੇਡੀਅਨ ਐਂਬੈਸੀ ਹੈ, ਉਹਦੇ ਬਾਅਦ ਵੀਜ਼ਾ ਆਫਿਸਰ ਨੇ ਤੁਹਾਡੀ ਐਨਾਲਿਸਿਸ ਕਰਨੀ, ਉਹਨਾਂ ਦੀ ਇੰਟਰਵਿਊ ਕਰਨਾ ਨਹੀਂ ਕਰਨਾ, ਉਹਦੇ ਬਾਅਦ ਦੈਨ ਦੇ ਹੈਵ ਟੂ ਡਿਸਾਈਡ ਕਿ ਵੀਜ਼ਾ ਦੇਣਾ। ਅਗਰ ਤਾਂ ਬਾਈ ਚਾਂਸ ਚਲੋ ਵੀਜ਼ਾ ਅਗਰ ਨਹੀਂ ਮਿਲਿਆ ਤਾਂ ਚਲੋ 5000 ਗਿਆ, ਅਗਰ ਵੀਜ਼ਾ ਅਗਰ ਮਿਲ ਵੀ ਗਿਆ ਉਹਦੇ ਬਾਅਦ ਜਦੋਂ ਇੱਥੇ ਆਏਗਾ ਫਿਰ ਇਹ ਵੀ ਕੋਈ ਗਾਰੰਟੀ ਨਹੀਂ ਹੈ ਕਿ ਜੋਬ ਦੇ ਉਹਨਾਂ ਨੂੰ ਜੋਬ ਪੂਰੀ ਦਿੱਤੀ ਜਾਏਗੀ। ਡੈਟ ਮੀਨਸ ਹੀ ਇਜ਼ ਬਾਉਂਡ ਵਿਦ ਦੈਟ ਇੰਪਲੋਇਰ, ਮਤਲਬ ਉਹ ਬਾਉਂਡ ਹੋ ਗਿਆ ਕਿ ਉਸ ਇੰਪਲੋਇਰ ਦੇ ਥਰੂ ਹੀ ਵਰਕ ਪਰਮਿਟ ਹੈ। ਫਿਰ ਉਸ ਇੰਪਲੋਇਰ ਨੇ ਉਸ ਇੰਪਲੋਇਰ ਕੋਲ ਫੁੱਲ ਫਰੀਡਮ ਹੈ ਕਿ ਜਿਸ ਤਰ੍ਹਾਂ ਮਰਜ਼ੀ ਉਹ ਐਕਸਪਲੋਇਟ ਕਰਨਾ ਹੈ ਅਤੇ ਇੰਪਲੋਈ ਨੂੰ ਐਕਸਪਲੋਇਟ ਕਰ ਸਕਦਾ, ਭਾਵੇਂ ਜੋ ਮਰਜ਼ੀ ਕੰਮ ਕਰਾਓ, ਜਿੰਨਾ ਮਰਜ਼ੀ ਕੰਮ ਕਰਾਓ, ਪੈਸੇ ਦਿਓ ਨਾ ਦਿਓ, ਘੱਟ ਦਿਓ ਵੱਧ ਦਿਓ। ਫਿਰ LMIA ਤੁਸੀਂ ਸਰਵਿਸ ਕੈਨੇਡਾ ਨੂੰ ਫੋਨ ਕਰਕੇ ਚੈੱਕ ਕਰ ਸਕਦੇ ਹੋ। ਹਾਂ ਨਹੀਂ ਨਹੀਂ ਨਾ 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 ਸਰ ਜੀ, ਜੇ ਇਸ ਤਰ੍ਹਾਂ ਹੈ ਕਿ ਵਰਕ ਪਰਮਿਟ 'ਤੇ ਜਦ ਇਸ਼ੂ ਹੋਏਗਾ ਨਾ, ਵਰਕ ਪਰਮਿਟ 'ਤੇ ਕੰਡੀਸ਼ਨ ਲਿਖੀ ਹੋਏਗੀ ਕਿ ਵੀ ਤੁਸੀਂ ਇਸ ਇੰਪਲੋਇਰ ਦੇ ਹੀ ਹੇਠਾਂ ਕੰਮ ਕਰ ਸਕਦੇ ਹੋ, ਹੋਰ ਬਾਹਰ ਨਹੀਂ ਕੰਮ ਕਰ ਸਕਦੇ। ਨਹੀਂ 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 ਇੱਦਾਂ ਦਾ ਕੋਈ ਰੂਲ ਨਹੀਂ ਹੈ, ਮੈਨੂੰ ਨਹੀਂ ਪਤਾ ਇੱਦਾਂ ਦਾ ਕੋਈ ਰੂਲ ਹੈ। ਅਗਰ ਜੇ ਇੱਦਾਂ ਦਾ ਰੂਲ ਹੋ ਗਿਆ ਫਿਰ ਤਾਂ LMIA ਦਾ ਮਤਲਬ ਹੀ ਖਤਮ ਹੋ ਜਾਏਗਾ ਫਿਰ ਤਾਂ। ਸਰ ਜੀ ਇਹ ਹੋਣਾ ਬਹੁਤ ਮੁਸ਼ਕਿਲ ਹੈ, ਮੈਂ ਇਹ ਸੋਚ ਦੀ ਦਾਤ ਦਿੰਦਾ ਕਿ ਅਗਰ ਕੋਈ ਸੋਚ ਰਿਹਾ, ਲੇਕਿਨ ਇਹ ਹੋਣਾ ਬਹੁਤ ਮੁਸ਼ਕਿਲ ਹੈ, ਫਿਰ ਤਾਂ LMIA ਦਾ ਕੌਨਸੈਪਟ ਹੀ ਖਤਮ ਹੋ ਜਾਏਗਾ। ਪਰ ਦੇਖੋ ਤਾਂ ਮੇਰਾ ਇੱਕ ਸਵਾਲ ਹੈ ਤੁਹਾਨੂੰ ਵੀ, ਅਤੇ ਜਿਹੜੇ ਇਸ ਤੋਂ ਸੋਚ ਰਹੇ, ਫਿਰ ਇਹ ਜਿਹੜਾ ਵਰਕ ਪਰਮਿਟ ਇਸ਼ੂ ਹੋਏਗਾ, ਵਰਕ ਪਰਮਿਟ ਇਸ਼ੂ ਕਰਨ ਦਾ ਮਤਲਬ ਉਹ ਸਟਾਰਟ ਕਿੱਦਾਂ ਹੋਏਗਾ? ਜਦ ਤੱਕ ਇੰਪਲੋਇਰ ਦਾ ਇੰਟਰਸਟ ਨਹੀਂ ਹੈ, ਵਰਕ ਪਰਮਿਟ ਸ਼ੁਰੂ ਹੋਣ ਦਾ ਮਤਲਬ ਹੀ ਨਹੀਂ ਫਿਰ। ਉਹ ਗੱਲ ਕੁਛ ਹੋਰ ਹੈ, ਜਿਹੜੀ ਐਕਸਪਲੋਇਟੇਸ਼ਨ ਹੈ ਨਾ, ਅਗਰ ਕੋਈ ਵੀ ਟੈਂਪਰਰੀ ਫੋਰਨ ਵਰਕਰ ਇੱਥੇ ਐਕਸਪਲੋਇਟ ਆਪਣੇ ਆਪ ਨੂੰ ਫੀਲ ਕਰ ਰਿਹਾ, ਉਹ ਸਰਕਾਰ ਨੂੰ ਕੰਪਲੇਨ ਕਰਕੇ ਆਪਣੇ ਇੰਪਲੋਇਰ ਦੇ ਖਿਲਾਫ਼ ਕੋਈ ਐਕਸ਼ਨ ਇਨੀਸ਼ੀਏਟ ਕਰ ਸਕਦਾ। ਉਹ ਗੱਲ ਕੁਛ ਹੋਰ ਹੈ ਕਿ ਤੁਸੀਂ ਅਗਰ ਐਕਸਪਲੋਇਟ ਆਉਂਦਿਆਂ, ਮੈਂ ਇਹਦੇ ਬਾਰੇ ਵੀਡੀਓ ਵੀ ਬਣਾਇਆ ਸੀ, ਅਗਰ ਕੋਈ ਵੀ ਐਕਸਪਲੋਇਟੇਸ਼ਨ ਹੋ ਰਹੀ ਹੈ, ਤੁਸੀਂ ਅਗਰ ਸਰਕਾਰ ਨੂੰ ਇਨਫੋਰਮ ਕਰੋਗੇ ਕਿ ਵੀ ਸਾਡੇ ਜਿਹੜੇ ਇੰਪਲੋਇਰ ਹੈ ਸਾਨੂੰ ਐਕਸਪਲੋਇਟ ਕਰ ਰਹੇ, ਅਤੇ ਸਰਕਾਰ ਤੁਹਾਨੂੰ ਇੱਕ ਓਪਨ ਵਰਕ ਪਰਮਿਟ ਇਸ਼ੂ ਕਰੇਗੀ, ਅਤੇ ਤੁਹਾਨੂੰ ਮਤਲਬ ਉਸ ਐਬਿਊਜ਼ ਤੋਂ ਬਚਾਉਣ ਲਈ ਤੁਹਾਡੀ ਹੈਲਪ ਕਰੇਗੀ। ਇਹਦਾ ਮਤਲਬ ਇਹ ਨਹੀਂ ਹੈ ਕਿ ਦੈਟ ਦਿਸ ਇਜ਼ ਅ ਪਰਮਨੈਂਟ ਸਲਿਊਸ਼ਨ ਫੋਰ ਆਲ ਟੈਂਪਰਰੀ ਫੋਰਨ ਵਰਕਰਸ, ਤੁਸੀਂ ਪ੍ਰੂਵ ਕਰਨਾ ਕਿ ਐਕਸਪਲੋਇਟੇਸ਼ਨ ਤੁਹਾਡੇ ਅਗੇਂਸਟ ਹੋ ਰਹੀ ਹੈ। ਬਸ ਇਹੀ ਤਾਂ ਚੀਜ਼ ਹੈ, ਫਿਰ ਐਬਿਊਜ਼ ਦਾ ਸਬੂਤ ਚਾਹੀਦਾ। ਅਗਰ ਕੋਈ ਇੰਪਲੋਇਰ ਅਗਰ ਮੈਨੂੰ ਪਰੇਸ਼ਾਨ ਕਰ ਰਿਹਾ ਹੈ, ਅਗਰ ਮੈਨੂੰ ਤਨਖਾਹ ਟਾਈਮ ਤੋਂ ਨਹੀਂ ਦੇ ਰਿਹਾ, ਅਗਰ ਜ਼ਿਆਦਾ ਕੰਮ ਕਰਾ ਰਿਹਾ, ਅਗਰ ਅਨਸੇਫ ਕੰਡੀਸ਼ਨ ਵਿੱਚ ਕਰ ਰਿਹਾ, ਅਗਰ ਕੋਈ ਜੋਬ ਲਈ ਪੈਸੇ ਲਈ ਹੈ, ਹਾਂਜੀ ਮੈਂ ਐਕਚੁਅਲੀ ਨਾ ਇਸ ਗੱਲ ਤੋਂ ਇਤਫਾਕ ਨਹੀਂ ਰੱਖਦਾ ਕਿ ਹੋਰ ਕੋਈ ਤਰੀਕਾ ਨਹੀਂ। ਮੇਰੇ ਕੋਲ ਇੱਕ ਲਾਈਵ ਇਗਜ਼ਾਮਪਲ ਹੈ, ਮੈਂ ਹੁਣ ਇਸ ਵਕਤ ਨਾਮ ਕਿਸ ਤਰ੍ਹਾਂ ਨਹੀਂ ਲਿਆਂਗਾ, ਮੈਂ ਕਿਸੇ ਕੰਟਰੀ ਤੋਂ ਇੱਕ ਟਰੱਕ ਡਰਾਈਵਰ ਨੇ ਅਪਲਾਈ ਕੀਤਾ ਜੋਬ ਲਈ, ਠੀਕ ਹੈ, ਅਤੇ ਉਹਨਾਂ ਨੇ ਕਿਸੇ ਨੂੰ ਵੀ ਪੈਸਾ ਨਹੀਂ ਦਿੱਤਾ, ਉਹਨਾਂ ਨੇ ਡਾਇਰੈਕਟਲੀ ਆਪਣੀ ਉਹਨਾਂ ਕੋਲ 4-5 ਸਾਲ ਦਾ ਐਕਸਪੀਰੀਅੰਸ ਸੀਗਾ ਐਕਚੁਅਲੀ ਐਜ਼ ਅ ਟਰੱਕ ਡਰਾਈਵਰ, ਠੀਕ ਹੈ। ਉਹਨਾਂ ਨੇ ਆਪਣਾ ਰੈਜ਼ਿਊਮੇ ਬਣਾ ਕੇ, ਆਪਣੀ ਡਰਾਈਵਿੰਗ ਐਬਸਟ੍ਰੈਕਟ, ਆਪਣੇ ਜਿੰਨੇ ਵੀ ਉਹ ਜਿਹੜੇ ਇਕੁਇਪਮੈਂਟ ਵਗੈਰਾ ਯੂਜ਼ ਕਰਦੇ ਸੀ, ਸਾਰਾ ਰਿਕਮੈਂਡੇਸ਼ਨ ਵਗੈਰਾ ਬਣਾ ਕੇ ਉਹਨਾਂ ਨੇ ਪੂਰੀ ਫਾਈਲ ਬਣਾ ਕੇ ਆਪਣਾ ਰੈਜ਼ਿਊਮੇ ਆਪਣਾ ਗੂਗਲ 'ਤੇ ਕੰਪਨੀ ਸਰਚ ਕਰਕੇ ਆਪਣਾ ਅਪਲਾਈ ਕਰਨਾ ਸ਼ੁਰੂ ਕੀਤਾ। ਅਤੇ ਇੱਥੇ ਇੱਕ ਸੈਸਕੈਚੁਆਨ ਇੱਕ ਗੋਰਿਆਂ ਦੀ ਕੰਪਨੀ ਸੀ, ਅਤੇ ਉੱਥੇ ਇਹ ਵੱਡੀ ਕੰਪਨੀ ਹੈ, ਛੋਟੀ ਮੋਟੀ ਕੰਪਨੀ ਨਹੀਂ, ਕੋਈ ਪੰਜਾਬੀ ਨਹੀਂ ਕੰਪਨੀ, ਦੇ ਹੈਡ ਅਬਾਊਟ, ਮੈਂ ਸਮਝਦਾ ਕਿ ਐਟਲੀਸਟ 50-100 ਟਰੱਕ ਹੋਣਗੇ ਉਹਨਾਂ ਕੋਲ ਐਟਲੀਸਟ। ਅਤੇ ਉੱਥੇ ਅਪਲਾਈ ਕੀਤਾ, ਉਹਦੀ ਇੰਟਰਵਿਊ ਵੀ ਹੋਈ ਹੈ ਸਕਾਈਪ 'ਤੇ, ਉਹਨੂੰ ਜੋਬ ਵੀ ਮਿਲ ਗਈ ਹੈ, ਅਤੇ ਨਾ ਕੇਵਲ ਜੋਬ ਮਿਲੀ ਹੈ ਵਿਦਆਊਟ ਈਵਨ ਪੇਇੰਗ ਮਨੀ, ਪਰ
ਉਹਨਾਂ ਨੂੰ ਆਉਣ ਜਾਣ ਦਾ ਖਰਚਾ ਵੀ ਉਹ ਕੰਪਨੀ ਦੇਗੀ ਅਤੇ ਉਹਨਾਂ ਨੂੰ ਲੈ ਕਰ ਆਏਗੀ ਆਫਿਸ਼ਲੀ ਇਨ ਪ੍ਰੋਪਰ ਵੇ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿਹੜਾ ਉਹ ਪੰਜਾਬੀ ਜਿਹੜਾ ਤਰੀਕਾ ਹੈ ਜੀ 12,000-15,000 ਦੇ ਕੇ ਜੋਬ ਖਰੀਦਣਾ, ਉਹ ਤਰੀਕਾ ਨਹੀਂ। ਹਾਂਜੀ 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 ਬੜੀ ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ। ਦੋਸਤੋ ਫੋਨ ਹੈ 780-435-2727, ਵਟਸਐਪ ਰੇਟ 0-435-2762। ਮੈਨੂੰ ਪਤਾ ਵਿੱਚ ਕਾਲ ਹੋਰ ਆ ਰਹੀਆਂ ਸੀਗੀਆਂ, ਦੁਬਾਰਾ ਕਰ ਸਕਦੇ ਨੇ ਉਹ ਜਿਹੜੀਆਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ। ਸਾਡੇ ਪਾਸ ਥੋੜ੍ਹੇ ਅਤੇ ਫਿਰ ਤੁਹਾਨੂੰ ਖਬਰਾਂ ਸੁਣਾਵਾਂਗੇ ਲੁਧਿਆਣੇ ਸ਼ਹਿਰ ਤੋਂ। ਹੈਲੋ ਦੇਸ਼ ਪੰਜਾਬ, ਸਤਿ ਸ਼੍ਰੀ ਅਕਾਲ। ਹਾਂ ਹਾਂ ਅੱਛਾ, ਇਹ ਪੰਜਾਬੀ ਪੰਜਾਬੀ ਅਖਬਾਰ 'ਚ ਨਿਕਲਦਾ ਬਈ, ਇੰਗਲਿਸ਼ ਅਖਬਾਰ 'ਚ ਕਦੇ ਦੇਖਿਆ ਨਹੀਂ ਮੈਂ। ਨਹੀਂ ਅੱਛਾ, ਫੈਡਰਲ ਸਰਕਾਰ ਨੇ 7,000 ਨਰਸਾਂ ਭਰਤੀ ਕਰਨੀ ਹੈ। ਉਹ ਸੌਰੀ 70,000, ਅੱਛਾ 70,000, ਅੱਛਾ। ਅਤੇ ਉਹ ਨਰਸਾਂ ਮਤਲਬ ਕਿੱਥੋਂ ਆਉਣੀ ਹੈ, ਲੋਕਲ ਜਾਂ ਬਾਹਰ ਤੋਂ ਲਿਆ ਰਹੇ? ਹਾਂ, ਅਤੇ ਫਿਰ ਉਹਦਾ ਕੋਈ ਨਾ ਕੋਈ ਕ੍ਰਾਈਟੀਰੀਆ ਰੱਖਿਆ ਹੋਏਗਾ ਨਾ, ਜਿਹੜੇ ਕੁਛ ਕੰਟਰੀਜ਼ ਤੋਂ ਜਾਂ ਕੁਛ ਮਾਨਿਅਤਾ ਪ੍ਰਾਪਤ ਜਿਹੜੇ ਜਿਹਨਾਂ ਕੋਲ ਬੀ ਐੱਸ ਸੀ ਨਰਸਿੰਗ ਜਾਂ ਐਕਸਪੀਰੀਅੰਸ ਹੋਏਗਾ ਤਾਂ ਰੱਖੇ। ਜਿਸ ਤਰ੍ਹਾਂ ਇੱਕ ਐਗਜ਼ਾਮਪਲ, ਹਾਂਜੀ ਇੱਕ ਮੈਂ ਇੱਕ ਹਾਂਜੀ ਹਾਂਜੀ ਠੀਕ ਹੈ, ਇੱਕ ਮੈਂ ਇਗਜ਼ਾਮਪਲ ਤੁਹਾਨੂੰ ਦਿਆਂਗਾ। ਇੱਕ ਜਿਹੜੇ ਇੱਕ ਇੱਥੇ ਹੈ ਨਾ, ਉਹ ਮੈਰੀਟਾਈਮ ਪ੍ਰੋਵਿੰਸ ਹੈ, ਨਿਊ ਬ੍ਰੰਸਵਿਕ ਹੈ ਸ਼ਾਇਦ ਨਿਊ ਫਿਨਲੈਂਡ ਹੈ, ਅਤੇ ਉੱਥੇ ਡਾਕਟਰਾਂ ਦੀ ਸ਼ੋਰਟੇਜ ਹੈ, ਅਤੇ ਉਹ ਆਪ ਸਰਕਾਰੀ ਅਫਸਰ ਜਿਹੜੇ ਉਹਨਾਂ 'ਤੇ ਇਮੀਗ੍ਰੇਸ਼ਨ ਮਿਨਿਸਟਰ ਵਾਲਾ, ਇਹ ਸਾਰੇ ਇੰਗਲੈਂਡ ਗਏ। ਇੰਗਲੈਂਡ ਤੋਂ ਜਿਹੜੇ ਬ੍ਰਿਟਿਸ਼ ਲਾਇਸੈਂਸ ਜਿਹੜੇ ਉੱਥੇ ਦੇ ਨੈਸ਼ਨਲ ਹੈਲਥ NHS ਜੋ ਵੀ ਸਰਵਿਸ ਹੈ, ਉੱਥੋਂ ਜਾ ਕੇ ਇਹ ਪ੍ਰੋਪਰ ਤਰੀਕੇ ਨਾਲ ਓਪਨ ਐਡ ਕਰਕੇ, ਓਪਨ ਇਨਵੀਟੇਸ਼ਨ ਕਰਕੇ, ਡਾਕਟਰਾਂ ਨੂੰ ਸੈਮੀਨਾਰ ਦੇ ਰਾਹੀਂ ਉਹਨਾਂ ਨੂੰ ਇੰਟਰਵਿਊ ਕਰਕੇ ਆਫਿਸ਼ਲੀ ਲੈ ਕਰ ਆਏ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਬ੍ਰਿਟਿਸ਼ ਡਾਕਟਰ ਹੈ ਉਹਨਾਂ ਦੀ ਜਿਹੜੇ ਕੁਆਲੀਫਿਕੇਸ਼ਨ ਵਾਲਾ ਸ਼ਾਇਦ ਮੈਚ ਕਰਦੀ ਹੈ, ਜਾਂ ਉਹਨਾਂ ਨੂੰ ਕੰਪੈਰੀਜ਼ਨ ਜਾਂ ਅਸੈਸਮੈਂਟ ਕਰਕੇ ਕੋਈ ਪ੍ਰੋਬਲਮ ਨਹੀਂ ਹੈ। ਸੋ ਇਸ ਕਰਕੇ ਕਈ ਕਈ ਵਾਰ ਇਹ ਹੁੰਦਾ ਹੈ ਸਿਸਟਮ, ਪਰ ਨਰਸਾਂ ਦਾ 70,000 ਨਰਸਾਂ ਦਾ ਕਿੱਥੋਂ ਲਿਆਉਣਗੇ, ਕੀ ਕਰਨਗੇ, ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ, ਪਰ ਦੇਖਦੇ ਹਾਂ ਕਿ ਕਿੱਥੋਂ ਇਹ ਹੁੰਦਾ ਹੈ ਸੋਲੂਸ਼ਨ। ਹਾਂਜੀ ਅਪਲਾਈ ਕਰ ਸਕਦੀ ਹੈ, ਅਤੇ ਉਹ ਜਿਹੜੀ ਪਹਿਲਾਂ ਨਰਸਿੰਗ ਬਾਰੇ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਵੀ ਨਰਸ ਕੀਤੀ ਹੋਈ ਹੈ, ਅਤੇ ਉਹਨਾਂ ਲਈ ਮੇਰਾ ਤਾਂ ਸਿਰਫ ਇੰਨਾ ਹੀ ਹੈ ਕਿ ਵੀ ਤੁਸੀਂ ਆਪਣੀ ਇੰਗਲਿਸ਼ ਇੰਪਰੂਵ ਕਰਕੇ PR ਲਈ ਐਕਸਪ੍ਰੈਸ ਐਂਟਰੀ ਅਪਲਾਈ ਕਰੋ ਇਸ ਵਕਤ, ਇਹੀ ਬੈਸਟ ਐਡਵਾਈਸ ਹੈ ਮੇਰੇ ਲਈ। ਹਾਂ ਥੈਂਕ ਯੂ। ਨਹੀਂ ਮੈਂ ਵੀ ਨਹੀਂ ਪੜ੍ਹੀ, ਮੈਂ ਸਮਝਿਆ 7,000 ਮੈਂ 70,000। ਦੇਖੋ ਨਰਸਾਂ ਦੀ ਸ਼ੋਰਟੇਜ ਤਾਂ ਹੈ, ਮੈਂ ਪਿਛਲੇ ਕਈ ਸਾਲ ਤੋਂ ਤੁਸੀਂ ਦੇਖ ਰਹੇ ਹੋ ਇੱਥੇ ਐਲਬਰਟਾ, ਕਈ ਵਾਰ ਨਰਸਾਂ ਦੀ ਓਵਰ ਸਪਲਾਈ ਕਹਿੰਦੇ ਆ, ਕਦੀ ਵਾਰ ਘੱਟ ਜਾਂਦਾ ਕੰਮ, ਉਹ ਕਹਿੰਦੇ ਜੀ ਪੜ੍ਹਾਈ ਕਰੋ, BSc ਨਰਸਿੰਗ ਕਰੋ, ਫਲਾਣਾ ਕਰੋ, ਸ਼ੋਰਟੇਜ ਹੈ ਜੀ ਇੱਥੇ ਐਲਬਰਟਾ ਹੈਲਥ ਸਰਵਿਸ 'ਚ, ਜੋਬ ਨਹੀਂ ਹੈ। ਸੋ ਕੁਛ ਨਰਸਾਂ ਪਹਿਲਾਂ, ਇੱਕ ਵਾਰ ਮੈਂ ਪੜ੍ਹ ਰਿਹਾ ਸੀ ਮੇਰੇ ਖਿਆਲ 7-7 ਸਾਲ ਪਹਿਲੇ, ਕੁਛ ਨਰਸਾਂ ਇੱਥੋਂ ਪੜ੍ਹਾਈ ਕਰਨ ਦੇ ਬਾਅਦ ਦੂਸਰੀ ਪ੍ਰੋਵਿੰਸ ਜਾ ਰਹੇ ਸੀ ਕਿ ਇੱਥੇ ਜੋਬ ਨਹੀਂ ਹੈ ਉਸ ਵਕਤ। ਹਾਂ
थैंक यू। अगर तुहानू मैं एक बार होर भी शेयर कर दिया, अगर नर्स हायर करनी है ना किसी कंट्री तो, सब तो ज़्यादा रिलायबल सोर्स है नर्स हायर करन दा फिलीपींस। फिलीपींस विच जिन्नी नर्सा पर कैपिटा बेस से है उन्नी होर कंट्री नहीं हो सकती। तो फिलीपींस के जेडे लोग ने उन्हां दी नर्सा दी इंग्लिश भी बड़ी हाई है। ऑलरेडी जेडे केयर गिवर आए हुए हैं सारे कई साल तो जेडे केयर गिवर दा इत्थे भरमार है, वो सारा नर्स ही पॉपुलेशन है जेडे केयर गिवर दे विच आए हुए हैं सारे। सो अगर किसी ने अप्लाई करना है नर्स लई तो वह उदा दी ऑलरेडी पॉपुलेशन तैयार ही है, उन्हां कोल क्वालिफिकेशन जो है ऑलरेडी वो कंपैटिबल है, उन्होंने असैसमेंट अकॉर्डिंग टू कैनेडा हो रखी है। सो मैं नहीं समझता कि इंडिया तो ज़्यादा ये कामयाब होएगा अगर ये सिलसिला है, अगर है तो वो फिलीपींस इज़ दी मोस्ट पॉपुलर चॉइस अगर उतों हो सकता है। पर एनीवे पढ़ाई तो करनी पैनी सर जी, BSc नर्सिंग करनी है, इंग्लिश पढ़नी है, फिर एक्सपीरियंस लेना, वो सारे तो करना ही करना है। जी देखो दूसरे देशों के भी शायद कई बार इदा की गलबात होंगी हो, पर तुम नोट किया होना बहुत सारे जेडे लोग ना चाहे वो हॉस्पिटल के टेक्नीशियन काम करते जा उत्थे लैब दे विच लैब टेक्नीशियन ने टेस्ट वगैरह ब्लड टेस्ट करते वो जिहड़ा जी बहुत सारा काम कर रहा वो अपने लोग फिलीपीन वाले ही ने। एब्सोल्युटली फिलीपींस वाले करते हैं, बिल्कुल करते हैं। अच्छा हुण देखो गल ये है भी आ वो भी लोग इस तरह ही रहे और वो भी आके इत्थे PR लैण की कोशिश करते हैं, पर उन्हां दे लोग जिहड़े जी वो क्वालीफाई करके आउंदे उत्थों, बिल्कुल ये है बकायदा जिहड़ी एजुकेशन हैगी आ ट्रेनिंग हैगी आ। बेसिक कंप्यूटर दी ट्रेनिंग ता हरेक नूं चाहीदी आ, इंग्लिश तुहानूं जरूरी आ, भावां तुसीं देखो जी हुण जे घरां दे विच तुसीं ਕਿਸੇ ਨੂੰ ਨੈਨੀ ਦੇ ਤੌਰ 'ਤੇ ਵੀ ਲਿਆਉਂਦੇ ਹਾਂ, ਤੁਸੀਂ ਕਹਿੰਦੇ ਯਾਰ ਸਾਡੇ ਤਾਂ ਪੰਜਾਬੀ ਬੋਲਦੇ, ਪਰ ਉਹ ਇਸ ਗੱਲ ਨੂੰ ਗਾਂਹ ਦੀ ਸੋਚਦੇ ਆ ਵੀ ਜੇ ਘਰ ਦੇ ਵਿੱਚ ਕੋਈ ਐਮਰਜੈਂਸੀ ਹੋ ਜਾਂਦੀ ਆ ਅਤੇ ਉਹ ਐਮਰਜੈਂਸੀ ਹੋਣ 'ਤੇ ਤੁਸੀਂ ਜਿੱਥੇ ਫੋਨ ਕਰੋਗੇ ਹੋਸਪਿਟਲ ਨੂੰ ਜਾਂ ਕਿਸੇ ਵੀ ਜਗ੍ਹਾ 'ਤੇ ਜਿੱਥੇ ਲੋੜ ਆ ਅਤੇ ਤੁਹਾਨੂੰ ਅੰਗਰੇਜ਼ੀ ਬੋਲ ਕੇ ਦੱਸਣਾ ਪੈਣਾ। ਬਿਲਕੁਲ ਬਿਲਕੁਲ ਇਹ ਤਾਂ ਕੇਅਰ ਗਿਵਰ ਦੀ ਵੀ ਰਿਕੁਆਇਰਮੈਂਟ ਹੈ, ਕੇਅਰ ਗਿਵਰ ਵੀ ਅਗਰ ਇੰਗਲਿਸ਼ ਉਹਨਾਂ ਦੀ ਹਾਈ ਨਹੀਂ ਹੈ ਤਾਂ ਉੱਥੋਂ ਵੀਜ਼ਾ ਉਹਨਾਂ ਨੂੰ ਮਿਲਦਾ ਨਹੀਂ। ਕਈ ਵਾਰ ਕੁਐਸਚਨ ਪੁੱਛ ਦਿੰਦੇ ਹਾਊ ਵਿਲ ਯੂ ਕਾਲ 911 ਸਮਥਿੰਗ, ਉਹਨਾਂ ਦੀ ਇੰਗਲਿਸ਼ ਨਹੀਂ ਬੋਲੀ ਜਾਂਦੀ, ਉਹਨਾਂ ਨੂੰ ਕੀ 911 ਕਾਲ ਕਰਨੀ ਹੈ। ਸੋ ਇਸ ਕਰਕੇ ਇੰਗਲਿਸ਼ ਇਜ਼ ਅ ਵੈਰੀ ਬਿਗ ਰਿਕੁਆਇਰਮੈਂਟ ਇਨ ਆਲ ਆਫ ਦੈਮ। ਮੈਂ ਤਾਂ ਇਹ ਦੇਖਿਆ ਕਿ ਤੁਸੀਂ ਐਡਮਿੰਟਨ ਦੀ ਗੱਲ ਕਰ ਲਓ, ਜਿੰਨੇ ਵੀ ਇੱਥੇ ਸੀਨੀਅਰ ਕੇਅਰ ਸੈਂਟਰ ਹੈ ਜਿਵੇਂ ਐਲਨ ਗਰੇ ਵਾਲਾ ਹੈ ਸਾਰੇ, ਤੁਸੀਂ ਜਾ ਕੇ ਦੇਖ ਲੈਣਾ ਮੈਜੋਰਟੀ ਆਫ ਇੱਥੇ ਨਰਸਿੰਗ ਜਿਹੜੇ ਅਟੈਂਡੈਂਟ ਕੰਮ ਕਰ ਰਹੇ ਦੇ ਆਰ ਫਰੋਮ ਫਿਲੀਪੀਨਸ ਮੈਜੋਰਟੀ। ਕੁਛ ਕੁਛ ਹੈ ਜਿਹੜੇ ਪੰਜਾਬੀ ਲੇਕਿਨ ਮੈਜੋਰਟੀ ਇੱਥੇ ਫਿਲੀਪੀਨਸ ਵਾਲੇ ਕੰਮ ਕਰ ਰਹੇ ਹੈ ਅਤੇ ਉਹ ਕੰਮ ਕਰ ਵੀ ਰਹੇ, ਉਹਨਾਂ ਦੇ ਕੰਮ ਕਰਨ ਦੀ ਇੱਕ ਤਬੀਅਤ ਵੀ ਹੈ, ਕੰਮ ਕਰਨ ਦਾ ਉਹਨਾਂ ਦਾ ਇੱਕ ਟੈਂਪਰਾਮੈਂਟ ਵੀ ਹੈ, ਇੱਕ ਐਟੀਟਿਊਡ ਵੀ ਹੈ। ਸਾਰੇ ਕੰਮ ਕਰ ਰਹੇ ਹੈ, ਭਾਵੇਂ ਅਟੈਂਡੈਂਟ ਹੋ ਜਾਂ ਕੁੱਕ ਹੋ ਜਾਂ ਕੋਈ ਉਹ ਜਿਹੜੇ ਦਵਾਈ ਦੇਣ ਵਾਲੇ ਹੈ ਕੋਈ ਡਿਸਪੈਚਰ ਵਾਲਾ, ਸਾਰੇ ਉਹ ਸਾਰੇ ਉਹੀ ਕੰਮ ਕਰ ਰਹੇ ਹੈ। ਬਹੁਤ ਹੀ ਘੱਟ ਗਿਣਤੀ ਵਿੱਚ ਹੋਏਗਾ ਕਿ ਤੁਹਾਨੂੰ ਕੋਈ ਗੋਰੇ ਵੀ ਹੋਣਗੇ ਜ਼ਿਆਦਾ, ਪਰ ਨਾਟ ਐਜ ਮੱਚ ਇੰਡੀਅਨ ਜਾਂ ਕੋਈ ਹੋਰ ਪਾਕਿਸਤਾਨੀ ਜਾਂ ਚਾਈਨੀਜ਼ ਜਾਂ ਇਸ ਤਰ੍ਹਾਂ ਦੇ ਕੁਝ, ਨਾਟ ਐਜ ਮੱਚ ਫਿਲੀਪੀਨੋਜ਼ ਇਸ ਨੰਬਰ 1। ਮੈਡੀਕਲ ਜਿਹੜਾ ਪ੍ਰੋਫੈਸ਼ਨ ਹੈ, ਮੈਡੀਕਲ ਪ੍ਰੋਫੈਸ਼ਨ ਵਿੱਚ ਤੁਸੀਂ ਫਿਲੀਪੀਨੋ ਜਿਹੜੇ ਫਿਲੀਪੀਨਸ ਹੈ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਪਿਛਲੇ ਤੁਸੀਂ ਮੈਂ ਤਾਂ ਪਿਛਲੇ 10 ਸਾਲ ਤੋਂ ਦੇਖ ਰਿਹਾ ਕਿ ਆਈਵ ਸੀਨ ਕਿ ਯੂ ਕੈ ਨੋਟ ਮੈਚ ਦੈਮ, ਉਹੀ ਕੰਮ ਹੋ ਰਿਹਾ। ਦੇਖੋ ਅਸੀਂ ਭਗਤ ਪੂਰਨ ਸਿੰਘ ਹੋਰਾਂ ਦੀ ਗੱਲ ਬੜੀ ਕਰ ਰਹੇ ਹਾਂ ਕਿ ਉਹ ਦੇਖੋ ਉਹਨਾਂ ਦੀ ਸੇਵਾ ਕੀਤੀ। ਹਾਂਜੀ ਹਾਂਜੀ ਹਾਂਜੀ, ਦੁਨੀਆ ਪਰ ਅਸੀਂ ਕਹਿੰਦੇ ਹਾਂ ਦੈਟ ਇਜ਼ ਵਨ ਐਗਜ਼ਾਮਪਲ ਆਊਟ ਆਫ ਮਿਲੀਅਨਸ, ਰਾਈਟ? ਹਾਂ, ਪਰ ਉਹ ਗੱਲ ਹੈ ਵੀ ਸਾਨੂੰ ਐਮੂਲੇਟ ਵੀ ਤਾਂ ਕਰਨਾ ਚਾਹੀਦਾ। ਹਾਂਜੀ 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 ਹਾਂਜੀ, ਕਿਰਦਾਰ ਨੂੰ ਉੱਥੇ ਆ ਕੇ ਮਾਰ ਖਾ ਜਾਂਦੇ ਹਾਂ। ਮੈਂ ਤਾਂ ਇਹ ਦੇਖਿਆ ਜਿੰਨੇ ਵੀ ਇੱਥੇ MBBS ਡਾਕਟਰ ਵੀ ਇੰਡੀਆ ਤੋਂ ਆ ਰਹੇ ਨਾ, MBBS ਡਾਕਟਰ ਵੀ ਇੱਥੇ ਆ ਕੇ ਜਾਂ ਤਾਂ ਉਹਨਾਂ ਤੋਂ ਕੁਆਲੀਫਾਈ ਕਰਨਾ ਬੜਾ ਮੁਸ਼ਕਿਲ ਹੋ ਰਿਹਾ, ਉਹਨਾਂ ਨੂੰ ਰੈਜ਼ੀਡੈਂਸੀ ਨਹੀਂ ਮਿਲਦੀ ਆ, ਜੋ ਵੀ ਕੋਈ ਉਹਨਾਂ ਦੀ ਪ੍ਰੋਬਲਮ ਹੈ ਜੋ ਵੀ ਹੈ, ਉਹ ਕਰਕੇ ਇਸ ਤਰ੍ਹਾਂ ਦੇ ਛੋਟੇ ਮੋਟੇ ਜੋਬ 'ਤੇ ਉਹ ਉੱਥੇ ਹੀ ਟਿੱਕੇ ਰਹਿ ਗਏ। ਮਤਲਬ ਉਹ ਇਟ ਇਜ਼ ਵੈਰੀ ਰੇਅਰ ਆਈ ਹੈਵ ਸੀਨ ਕਿ ਬਈ ਕੋਈ PR ਲੈ ਕਰ ਆਇਆ ਡਾਕਟਰ ਕੋਈ MBBS ਆ ਕੇ 5-10 ਸਾਲ ਬਾਅਦ ਉਹ ਕੁਆਲੀਫਾਈ ਕਰਕੇ ਆਪ ਇੱਥੇ ਜਨਰਲ ਫਿਜ਼ੀਸ਼ੀਅਨ ਹੋ ਗਿਆ। ਇਟ ਇਜ਼ ਵੈਰੀ ਰੇਅਰ, ਆਈ ਹੈਵ ਨੋਟ ਸੀਨ ਐਨੀਥਿੰਗ। ਔਨ ਦ ਅਦਰ ਹੈਂਡ ਤੁਸੀਂ ਦੇਖੋ ਮੇਰੇ ਘਰ ਦੇ ਕੋਲ ਜਿਹੜੇ ਨਵੇਂ ਨਵੇਂ ਕਲੀਨਿਕ ਖੋਲ੍ਹ ਰਹੇ ਨਾ ਇੱਥੇ ਵਾਲਮਾਰਟ ਵਾਲੇ, ਸਾਰੇ ਉੱਥੇ ਦੇ ਸਾਊਥ ਅਫਰੀਕਨ ਦੇ ਡਾਕਟਰ ਲੱਗੇ ਹੋਏ ਹੈ। ਕਈ ਵਾਰ ਮੈਂ ਜਾਣਾ ਉਹਨਾਂ ਕੋਲ, ਮੈਂ ਪਹਿਲਾਂ ਗੱਲ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਮੇਰੀ ਗੱਲ ਤਾਂ ਛੱਡੋ, ਮੈਨੂੰ ਬੁਖਾਰ ਹੈ ਨਹੀਂ ਹੈ, ਫਟਾ ਯੂ ਟੈਲ ਮੀ ਹਾਊ ਡਿਡ ਯੂ ਕਮ ਟੂ ਕੈਨੇਡਾ ਫਸਟ ਆਫ ਆਲ, ਤੁਸੀਂ ਇਹ ਦੱਸੋ। ਉਹ ਬੜੇ ਹੈਰਾਨ ਹੁੰਦੇ ਕਿ ਵੀ ਇਹ ਸਵਾਲ ਪੁੱਛਣ ਵਾਲਾ ਤੂੰ, ਮੈਨੂੰ ਤਾਂ ਕੋਈ ਸਵਾਲ ਕੁਛ ਪੁੱਛਿਆ ਨਹੀਂ। ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਸਾਊਥ ਅਫਰੀਕਾ ਦੀ ਜਿਹੜੀ ਮੈਡੀਕਲ ਡਿਗਰੀਆਂ ਹੈ ਨਾ, ਮੈਡੀਕਲ ਡਿਗਰੀਆਂ ਦੇ ਕਰੀਕੁਲਮ ਹੈ, ਦਿਸ ਇਜ਼ ਐਗਜੈਕਟਲੀ ਸੇਮ ਐਜ਼ ਕੈਨੇਡਾ। ਠੀਕ, ਹਾਂ ਐਗਜੈਕਟਲੀ ਸੇਮ ਐਜ਼ ਕੈਨੇਡਾ। ਸੋ ਈਵਨ ਮੋਰ ਦੈਨ ਅਮੈਰੀਕਨ ਸਮਝ। ਸੋ ਦੇਖੋ ਤੁਸੀਂ ਜਿੰਨੇ ਵੀ ਫੋਰਨ ਡਾਕਟਰਸ ਇੱਥੇ ਜਨਰਲ ਵਾਕ ਇਨ ਕਲੀਨਿਕ ਵਿੱਚ ਕੰਮ ਕਰ ਰਹੇ ਹੈ,
ਦੇ ਗਾਟ ਬੀ ਫਰੋਮ ਸਾਊਥ ਅਫਰੀਕਾ ਤੁਸੀਂ ਜਾ ਕੇ ਕਦੇ ਵੀ ਚੈੱਕ ਕਰ ਲੈਣਾ ਅਗਰ ਜੇ ਫੋਰਨ ਤੋਂ ਹੋਣਗੇ ਤਾਂ ਇਟ ਇਜ਼ ਵੈਰੀ ਲਾਈਕਲੀ ਦੇ ਆਰ ਫਰੋਮ ਸਾਊਥ ਅਫਰੀਕਾ ਅਤੇ ਉਹਨਾਂ ਦੀ ਤੁਸੀਂ ਇੰਗਲਿਸ਼ ਚੈੱਕ ਕਰ ਲੈਣਾ ਤੁਸੀਂ ਉਹਨਾਂ ਦੀ ਕੁਆਲੀਫਿਕੇਸ਼ਨ ਅਤੇ ਯੂ ਨਾ ਯੂ ਗੈਟ ਟੂ ਨੋ ਕਿ ਉਹਨਾਂ ਦਾ ਕੀ ਹੈ ਨੌਲੇਜ ਲੈਵਲ ਨੋਟ ਐਸ ਮਚ ਐਸ ਦੈਟ ਪਰ ਸਰ ਜੀ ਉਹਨਾਂ ਨੂੰ ਲਾਈਸੈਂਸ ਮਿਲਿਆ ਐਗਜ਼ਾਮੀਨੇਸ਼ਨ ਪਾਸ ਕਰਕੇ ਲਾਈਜ ਇੰਗਲਿਸ਼ ਕਰਕੇ ਉਹਨਾਂ ਨੂੰ ਲਾਈਸੈਂਸ ਨਾਲ ਬਟਨ ਦਿੱਤਾ ਹੈ ਕੰਮ ਕਰ ਰਹੇ ਮੇਰੇ ਕੋਲ ਇੱਕ ਕਲਾਇੰਟ ਕਲਾਇੰਟ ਆਏ ਸਨ ਇੱਕ ਅੱਜ ਤੋਂ ਇਸ ਚੀਜ਼ ਨੂੰ 8 ਸਾਲ ਹੋ ਗਏ ਉਹ ਪਾਕਿਸਤਾਨ ਤੋਂ ਪਾਕਿਸਤਾਨੀ ਓਰੀਜਨ ਤੋਂ ਸੀਗੇ ਐਕਚੁਲੀ ਬਟ ਹੀ ਵਾਜ਼ ਵਰਕਿੰਗ ਇਨ ਸਾਊਦੀ ਅਰੇਬੀਆ ਉੱਥੇ ਸਾਊਦੀ ਸਰਕਾਰ ਦਾ ਕੋਈ ਮਿਲਟਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ ਕਈ ਸਾਲ ਤੋਂ ਮੈਂ ਉਹਨਾਂ ਦਾ ਇੰਟਰਵਿਊ ਲਿਆ ਉਹ ਕਹਿੰਦੇ ਮੈਨੂੰ $5,000 ਯੂ ਐਸ ਡਾਲਰ ਤਨਖਾਹ ਮਿਲਦੀ ਹੈ ਟੈਕਸ ਫਰੀ ਪਲੱਸ ਬੈਨੀਫਿਟਸ ਬੜਾ ਸਾਊਦੀ ਅਤੇ ਉਹ ਉਹਨਾਂ ਦੇ ਕੋਲ ਮੇਰੇ ਖਿਆਲ 8-10 ਬੱਚੇ ਸੀ ਸਾਰੇ ਉਹ ਸਾਰੇ ਕਰਕੇ ਉਹ ਪੀ ਆਰ ਲੈ ਕੇ ਇੱਥੇ ਆ ਗਏ ਹੀ ਵਾਜ਼ ਅ ਟ੍ਰੇਨਡ ਐਮ ਬੀ ਬੀ ਐਸ ਫਰੋਮ ਦੇ ਕੰਟਰੀ ਐਂਡ ਇੱਥੇ ਆ ਕੇ ਉਹ ਕਰ ਲਿਆ ਲੇਕਿਨ ਉਹਨਾਂ ਨੂੰ ਜੋਬ ਦੋ ਸਾਲ ਤੱਕ ਜੋਬ ਨਹੀਂ ਮਿਲੀ ਡਾਕਟਰੀ ਦੀ ਹਾਰ ਕੇ ਉਹ ਵਾਪਸ ਚਲੇ ਗਏ ਆਪਣੇ ਪਰਿਵਾਰ ਨੂੰ ਇੱਥੇ ਛੱਡ ਗਏ ਉਹ ਜਾ ਕੇ ਉੱਥੇ ਫਿਰ ਨੌਕਰੀ ਕਰਕੇ ਪੈਸੇ ਭੇਜਦੇ ਉਹ ਕਹਿੰਦੇ ਇੱਥੇ ਡਾਕਟਰ ਦੀ ਕੁਆਲੀਫਾਈ ਕਰਨਾ ਮੇਰੇ ਬਸ ਦੀ ਗੱਲ ਹੈ ਹੀ ਨਹੀਂ ਬਟ ਹੀ ਵਾਜ਼ ਆਲਰੇਡੀ ਮੇ ਬੀ 50 ਪਲੱਸ ਐਟ ਅ ਟਾਈਮ ਅਤੇ ਮੇਰੇ ਖਿਆਲ ਪੜ੍ਹਾਈ ਤੋਂ ਵੀ ਥੋੜ੍ਹਾ ਦੂਰ ਹੋ ਗਏ ਉਹਨੇ ਮੇਰੇ ਖਿਆਲ ਅਤੇ ਦੂਸਰਾ ਦੁਬਾਰਾ ਤੋਂ ਗੱਲ ਇਹ ਹੋਈ ਹੈ ਨਾ ਚਾਹੇ ਕੋਈ ਵੀ ਫੀਲਡ ਹੈ ਚਾਹੇ ਡਾਕਟਰੀ ਦਾ ਕਿਸੇ ਤਰ੍ਹਾਂ ਦੇ ਵੀ ਡਾਕਟਰ ਹੈ ਤੁਸੀਂ ਤੇ ਜਨਾਬ ਤੁਹਾਨੂੰ ਅਪਡੇਟ ਤਾਂ ਰੱਖਣਾ ਪੈਂਦਾ ਅਪਡੇਟ ਕਰਨਾ ਪੈਂਦਾ ਉਹ ਸਰ ਜੀ ਇਮੀਗ੍ਰੇਸ਼ਨ ਚ ਅਪਡੇਟ ਟੈਲੀਫੋਨ ਨਹੀਂ ਅਪਗ੍ਰੇਡ ਕਰਦੇ ਰਹਿੰਦੇ ਆ ਸਰ ਇਹ ਪੜ੍ਹਾਈ ਲਿਖਾਈ ਵੀ ਇਦਾਂ ਹੀ ਹੋ ਗਈ ਹੈ ਉਹ ਸਰ ਤੁਸੀਂ ਦੇਖ ਲਓ ਇਮੀਗ੍ਰੇਸ਼ਨ ਵਾਲੀ ਗੱਲ ਉਹ ਸਰ ਜੀ ਪੁੱਛੋ ਹੀ ਨਾ ਇਮੀਗ੍ਰੇਸ਼ਨ ਵਿੱਚ ਮੈਨੂੰ ਨਾ ਤੁਸੀਂ ਮੰਨੋਗੇ ਨਹੀਂ ਮੈਨੂੰ ਮਤਲਬ ਕਿ ਹਰੇਕ ਹਫਤੇ ਐਟਲੀਸਟ ਇੱਕ ਦੋ ਵਾਰ ਦੁਬਾਰਾ ਤੋਂ ਦੁਬਾਰਾ ਪੜ੍ਹਨਾ ਪੈਂਦਾ ਕਿ ਅਪਡੇਟ ਕੀ ਹੋਇਆ ਕੀ ਹੈ ਉਹਦਾ ਲਾਅ ਕੀ ਹੈ ਕਿਸ ਤਰ੍ਹਾਂ ਹੈ ਜੇਕਰ ਮੈਂ ਸੋਚਾਂ ਕਿ ਮੈਂ ਅੱਜ ਤੋਂ 8 ਸਾਲ ਪਹਿਲਾਂ ਇੱਕ ਡਿਪਲੋਮਾ ਕਰ ਲਿਆ ਸੀ ਇਮੀਗ੍ਰੇਸ਼ਨ ਲਾਅ ਦੇ ਉਹਦੇ ਨਾਲ ਮੇਰਾ ਕੰਮ ਸਰ ਜਾਣਾ ਇੱਦਾਂ ਨਹੀਂ ਹੋਣਾ ਅੱਜ ਜੋ ਤਬਦੀਲੀਆਂ ਹੋ ਰਹੀਆਂ ਉਹ ਕੁਛ ਹੋਰ ਚੀਜ਼ ਹੈ ਜਿਹੜੀ ਮੈਂ ਜਿਸ ਟਾਈਮ ਮੈਂ ਪੜ੍ਹਾਈ ਕੀਤੀ ਸੀ ਇਮੀਗ੍ਰੇਸ਼ਨ ਦੀ ਉਹ ਕੁਛ ਹੋਰ ਚੀਜ਼ ਹੈ ਸੋ ਇਫ ਯੂ ਡੋਂਟ ਰੀਡ ਦੈਨ ਯੂ ਆਰ ਆਊਟ ਆਫ ਮਾਰਕੀਟ ਯੂ ਆਊਟ ਆਫ ਟੱਚ ਕੋਈ ਵੀ ਹੈਗਾ ਜੀ ਕਿਉਂਕਿ ਜਿਸ ਤਰ੍ਹਾਂ ਆਈਟੀ ਦੇ ਵਿੱਚ ਆਪਾਂ ਕਹਿੰਦੇ ਹਾਂ ਨਾ ਮੈਂ ਇੱਕ ਦਿਨ ਆਈਟੀ ਵਾਲੇ ਬੰਦੇ ਨਾਲ ਵੀ ਗੱਲ ਕਰ ਰਿਹਾ ਸੀਗਾ ਉਹ ਮੈਨੂੰ ਉਹਨਾਂ ਦੇ ਦੇਖ ਕੇ ਕਈ ਵਾਰੀ ਉਹਨਾਂ 'ਤੇ ਵੀ ਤਰਸ ਆਉਂਦਾ ਜੀ ਹਾਂਜੀ ਲੋਕ ਕਹਿੰਦੇ ਨਾ ਵੀ ਲਓ ਜੀ ਇਹਨਾਂ ਦਾ ਕੰਮ ਹੀ ਬੜਾ ਸੌਖਾ ਜਿਹਾ ਕੰਪਿਊਟਰ 'ਤੇ ਬੈਠੇ ਉਂਗਲਾਂ ਮਾਰੀ ਜਾਂਦੇ ਪਰ ਜਿੰਨੇ ਮੈਨੂੰ ਤਾਂ ਇੱਦਾਂ ਲੱਗਦਾ ਜੀ ਵੀ ਜਿੰਨੇ ਡਿਸਟਰਬਡ ਉਹ ਆ ਨਾ ਕਿਉਂਕਿ ਇਹ ਕੰਪਿਊਟਰ 'ਤੇ 24 ਘੰਟੇ ਚੱਲੀ ਜਾ ਰਿਹਾ ਔਰ 24 ਘੰਟੇ ਇਹਨਾਂ ਦੀਆਂ ਚੇਂਜਸ ਜਿਹੜੀਆਂ ਜੀ ਦੁਨੀਆ ਭਰ ਤੋਂ ਕਿਸੇ ਨਾ ਕਿਸੇ ਪਾਸਿਓਂ ਹੋਈਆਂ ਤੁਰੀਆਂ ਜਾ ਰਹੀਆਂ ਔਰ ਜਿਹੜਾ ਆਈਟੀ 'ਚ ਬੰਦਾ ਕੰਮ ਕਰਦਾ ਉਹਨੂੰ ਹਰੇਕ ਵੇਲੇ ਉਹਦੇ ਔਨ ਟੌਪ ਰਹਿਣਾ ਪੈਂਦਾ ਤਦੇ ਤੁਸੀਂ ਕਦੇ ਉਹਨਾਂ ਦੇ ਉਹ ਕਿਸੇ ਚੀਜ਼ ਦੇ ਡਰਾਈਵਰ ਬਦਲ ਗਏ ਦੈਟਸ ਰਾਈਟ ਕਦੇ ਕੋਈ ਸੌਫਟਵੇਅਰ ਬਦਲ ਗਿਆ ਇਹਨੂੰ ਅਪਡੇਟ ਕਰੋ ਸੰਗਤ ਸਾਹਿਬ ਮੈਨੂੰ ਯਾਦ ਹੈ ਕਿ ਜਦ ਮੈਂ ਦਿੱਲੀ ਯੂਨੀਵਰਸਿਟੀ ਪੜ੍ਹਦਾ ਸੀ ਨਾ ਆਈ ਐਮ ਟਾਕਿੰਗ ਅਬਾਊਟ 1990 1990 ਕਿੰਨੇ ਸਾਲ ਹੋ ਗਏ 30 ਈਅਰਸ ਠੀਕ ਹੈ 30 ਈਅਰਸ ਉਸ ਟਾਈਮ ਸਾਡੇ ਕਾਲਜ ਵਿੱਚ ਨਾ ਨਵਾਂ ਉਹ ਆਇਆ ਸੀ ਇੱਕ ਆਪਸ਼ਨ ਸੀ ਕਿ ਵੀ ਤੁਸੀਂ ਉਹ ਡਿਗਰੀ ਦੇ ਨਾਲ ਨਾਲ ਤੁਸੀਂ ਇੱਕ ਸਬਜੈਕਟ ਲੈ ਸਕਦੇ ਹੋ ਬੇਸਿਕ ਪ੍ਰੋਗਰਾਮਿੰਗ ਬੇਸਿਕ ਕੋਬੋਲ ਅਤੇ ਫੋਟਰੈਨ ਸ਼ਾਇਦ ਤੁਸੀਂ ਨਾਮ ਸੁਣਿਆ ਹੁਣ ਅੱਜ ਕੱਲ੍ਹ ਕੋਈ ਨਾਮ ਕਿਸੇ ਨੂੰ ਪਤਾ ਹੀ ਨਹੀਂ ਹੈ ਉਹ ਕਹਿੰਦੇ ਬੇਸਿਕ ਹੁੰਦਾ BASIC ਇੱਕ ਹੁੰਦਾ ਹੈ ਕੋਬੋਲ ਔਰ ਤੀਸਰਾ ਹੁੰਦਾ ਹੈ ਫੋਟਰੈਨ ਤੁਸੀਂ ਇਹਦੇ ਬਾਰੇ ਪੜ੍ਹਨਾ ਜ਼ਰੂਰ ਹੈ ਇੱਕ ਚੈਪਟਰ ਹੈ ਇਸ ਤਰ੍ਹਾਂ ਦਾ ਪੜ੍ਹੋ ਅਤੇ ਫਿਰ ਉਹ ਦੱਸਦੇ ਹੁੰਦੇ ਸੀ ਸਕਰੀਨ 'ਤੇ ਕਿ ਵੀ ਇਹ ਕਿੱਦਾਂ ਪ੍ਰੋਗਰਾਮਿੰਗ ਹੁੰਦੀ ਜਿਸ ਤਰ੍ਹਾਂ 2+2+2 ਇਸ ਤਰ੍ਹਾਂ ਕਰਕੇ ਛੇ ਕਰਕੇ ਇਸ ਤਰ੍ਹਾਂ ਤੁਸੀਂ ਕੋਡ ਪਾਓ ਇਸ ਤਰ੍ਹਾਂ sum A sum 2 ਇਸ ਤਰ੍ਹਾਂ ਕਰਕੇ ਫਿਰ ਇਹ ਕਲਿੱਕ ਕਰੋ ਅਤੇ ਨਾਲ ਇਹਦਾ ਆਏਗਾ ਇਹ ਬੇਸਿਕ ਪ੍ਰੋਗਰਾਮਿੰਗ ਹੈ ਉਹ ਜ਼ਮਾਨੇ ਕਿੱਥੇ ਸੀ ਬੇਸਿਕ ਅੱਜ ਬੇਸਿਕ ਪਤਾ ਨਹੀਂ ਕਿੱਥੇ ਗੱਲ ਚਲੀ ਗਈ ਹੈ ਬੇਸਿਕ ਕਿੱਥੇ ਗਈ ਹੈ ਅਤੇ ਪਤਾ ਇਹਨਾਂ ਨੂੰ ਵੀ ਨਹੀਂ ਸੀ ਵੀ ਇਹ ਇਸ ਤਰ੍ਹਾਂ ਇੰਨੀ ਤੇਜ਼ੀ ਦੇ ਨਾਲ ਜਿਹੜਾ ਕੰਮ ਕਰ ਜੀ ਬਦਲ ਜਾਣਾ ਨੋਬਡੀ ਹੈਜ਼ ਦੀ ਆਈਡੀਆ ਕਿਉਂਕਿ ਤੁਹਾਨੂੰ ਸ਼ਾਇਦ ਯਾਦ ਹੋਣਾ ਜੀ ਇੱਥੇ ਇਹ ਕਿਹਾ ਕਰਦੇ ਸੀਗੇ ਵੀ ਜਦੋਂ ਨਾ 2000 ਆਉਣਾ ਹਾਂ ਜਿਹੜਾ Y2K ਜਦੋਂ ਮੁਸ਼ਕਲ ਦੀ ਗੱਲ ਖੜੀ ਕੀਤੀ ਵੀ ਸਾਰਾ ਕੁਝ ਜਿਵੇਂ ਖਤਮ ਹੋ ਜਾਣਾ ਸਾਰਾ ਕੋਲੈਪਸ ਕਰ ਜਾਏਗਾ ਦੁਨੀਆ ਕੋਲੈਪਸ ਹੋ ਜਾਏਗੀ ਹਾਂ ਕਿਉਂਕਿ ਕੰਪਿਊਟਰ ਇਸ ਤਰ੍ਹਾਂ ਇਹ ਕਰ ਨਹੀਂ ਸਕਦਾ ਇਹ ਉਹ ਹਾਂ ਉਸ ਵੇਲੇ ਉਸ ਤੋਂ ਪਹਿਲਾਂ ਇਹਨਾਂ ਨੇ ਨਾ ਇੱਕ ਅਖਬਾਰਾਂ ਦੇ ਵਿੱਚ ਅਕਸਰ ਇਹ ਗੱਲ ਆਇਆ ਕਰਦੀ ਸੀ ਵੀ ਜਿਹੜੇ ਕੰਪਿਊਟਰ ਹੈ ਜੀ ਇਹ ਬਾਈ ਦੀ ਐਂਡ ਆਫ ਦਾ ਸੈਂਚਰੀ ਕਹਿ ਲਓ ਹਰੇਕ ਘਰ ਦੇ ਡੈਸਕ 'ਤੇ ਹੋਇਆ ਕਰੇਗਾ ਇੱਕ ਕੰਪਿਊਟਰ ਅਤੇ ਉਦੋਂ ਬੰਦਾ ਨਾ ਜਦੋਂ ਇਹ ਗੱਲਬਾਤ ਆਈ ਸੀ ਤਾਂ ਉਦੋਂ ਬੰਦਾ ਸੋਚਦਾ ਯਾਰ ਡੈਸਕ 'ਤੇ ਕਿੱਦਾਂ ਆਜੂਗਾ ਕੰਪਿਊਟਰ ਕਿਉਂਕਿ ਉਦੋਂ ਕਮਰਿਆਂ ਦਾ ਇੱਕ ਕਮਰੇ ਵੱਡਾ ਹੁੰਦਾ ਸੀਗਾ ਮੈਨੂੰ ਯਾਦ ਹੈ ਵਾਟਰਲੂ ਕੰਮ ਕਰਿਆ ਕਰਦੇ ਸੀ ਅਤੇ ਸਾਨੂੰ
ਟੋਰਾਂਟੋ ਜਾਣਾ ਪੈਂਦਾ ਸੀਗਾ ਯੂਨੀਵਰਸਿਟੀ ਦੇ ਵਿੱਚ, ਉੱਥੇ ਤੁਸੀਂ ਡਿਜ਼ਾਈਨ ਨੰਬਰ ਫੀਡ ਕਰ ਦੇਣੇ ਅਤੇ ਕੰਪਿਊਟਰ ਨੇ ਡਿਜ਼ਾਈਨ ਕਰਕੇ ਤਾਂ ਥੱਬੇ ਦਾ ਥੱਬੇ ਪੇਪਰ ਜਿਹੜੇ ਉਹਨੇ ਪ੍ਰਿੰਟ ਕਰ ਦੇਣਾ ਬਈ ਆਹ ਬੀਮ ਇਸ ਸਾਈਜ਼ ਦਾ, ਇਹਦੇ 'ਚ ਇੰਨੀਆਂ ਬਾਰਜ਼, ਆਹ ਇਹਦੇ 'ਚ ਟਾਈਜ਼ ਲਾਉਣੀਆਂ, ਦਸਣ ਦਾ ਉਹ ਉੱਥੋਂ ਕਰਵਾ ਕੇ ਲਿਆਉਣਾ ਹੁੰਦਾ, ਕਿਉਂਕਿ ਕੰਪਿਊਟਰ ਬਹੁਤ ਵੱਡਾ ਕੰਪਿਊਟਰ ਜਿੱਥੇ ਤੁਸੀਂ ਫੀਡ ਕਰੋ, ਮਾਈਕਰੋ ਕੰਪਿਊਟਰ ਵੱਡੇ ਹੁੰਦੇ ਜਿਹੜੇ ਚਰਚਾ ਚਰਚਾ ਆਵਾਜ਼ ਕਰਦੇ ਹੋਣਗੇ ਵੱਡੇ, ਹਾਂ ਕਮਰਿਆਂ 'ਚ ਹੁੰਦੇ ਸੀ, ਹਾਂ ਹਾਂ ਪੂਰੇ ਪੂਰੇ ਕਮਰੇ ਕਰਕੇ, ਮਤਲਬ ਪਰਸਨਲ ਕੰਪਿਊਟਰ ਛੋਟੇ ਨਹੀਂ ਹੁੰਦੇ ਸੀ, ਉਸ ਵੇਲੇ ਇਹ ਮੇਰੇ ਖਿਆਲ ਹੈ ਜੀ 70s ਦੇ ਵਿੱਚ ਨਾ ਕੈਲਕੂਲੇਟਰ ਆਏ ਸੀ ਜਿਹੜੇ ਛੋਟੇ ਕੈਲਕੂਲੇਟਰ ਨੇ, ਕੈਸੀਓ ਟੈਕਸਾਸ ਦੇ, ਅੱਛਾ ਟੈਕਸਾਸ ਇੰਸਟਰੂਮੈਂਟ TI ਵਾਲੇ, ਇਹ ਉਹਨਾਂ ਨੇ ਬਣਾਏ ਸੀ ਜੀ ਪਹਿਲਾਂ, ਤੇ ਉਹ ਟੈਕਸਾਸ ਦੇ ਇੰਸਟਰੂਮੈਂਟ ਦਾ ਗੱਲ ਦੇਖੋ ਕਿੱਧਰ ਚਲੇ ਜਾਣੀ ਆ, ਉਹ $250 ਦਾ ਬੇਸਿਕ ਜਿਹਾ ਕੈਲਕੂਲੇਟਰ ਸੀ ਉਹਨਾਂ ਦਿਨਾਂ ਦੇ ਵਿੱਚ, ਪਰ ਉਹਦੀ ਸਕਰੀਨ ਜਗਦੀ ਬੁਝਦੀ ਤੁਹਾਨੂੰ ਲੌਗ ਦੀ ਫਿਗਰ ਝੱਟ ਦੇ ਦਿੰਦਾ ਸੀ ਵੀ ਇੰਨੇ ਦਾ ਲੌਗ ਕਿੰਨਾ, ਤੇ ਉਹ ਕਹਿਣਾ ਯਾਰਾ ਕਮਾਲ ਹੋ ਗਿਆ, ਅਸੀਂ ਸਲਾਈਡ ਰੂਲ ਤੇ ਮੱਥਾ ਮਾਰਦੇ ਉੱਥੇ, ਪਰ ਜਦੋਂ ਉਹਨਾਂ ਨੇ ਕਿਹਾ ਨਾ ਵੀ ਬਾਈ ਦੀ ਐਂਡ ਆਫ ਦਾ ਸੈਂਚਰੀ ਵੀ ਇਹ ਜਿਹੜੇ ਕੰਪਿਊਟਰ ਆ ਹਰੇਕ ਦੇ ਘਰ ਟੇਬਲ ਦੇ ਉੱਤੇ ਹੋਣਗੇ, ਤੇ ਕੋਈ ਬੰਦਾ ਸੋਚਦਾ ਨਹੀਂ ਯਾਰ ਇਹ ਕਿੱਥੇ ਗੱਲਾਂ ਮਰੀ ਜਾਂਦੇ, ਪਰ ਉਹ ਦੇਖੋ ਸੈਂਚਰੀ ਦੇ ਖਤਮ ਹੋਣ ਤੋਂ ਪਹਿਲਾਂ ਹੀ ਇਹ ਹੋ ਗਿਆ, ਡੈਸਕਟਾਪ ਸੀਗੇ ਲੋਕਾਂ ਦੇ ਘਰਾਂ ਵਿੱਚ ਆ ਗਏ, ਇਹ ਸਰ ਮਾਈਕਰੋਸਾਫਟ ਦੀ ਦੇਣ ਹੈ ਐਕਚੁਅਲੀ, ਕੰਪਿਊਟਰ ਛੇਤੀ ਨਾਲ ਤੁਹਾਡੇ ਹੱਥਾਂ 'ਚ ਹੀ ਆ ਜਾਣਾ, ਇਹਦੀ ਵੀ ਨਹੀਂ ਕਿਸੇ ਨੂੰ ਆਸ, ਇਹ ਵੀ ਆ ਗਿਆ ਸਰ, ਜਿੰਨੇ ਚਿਰ 'ਚ ਉਹਨਾਂ ਨੇ ਕਿਹਾ ਸੀ ਉਹ ਉਦੋਂ ਪਹਿਲਾਂ ਆ ਗਿਆ। ਅੱਛਾ ਹੁਣ ਤੁਸੀਂ ਦੇਖੋ ਵੀ ਇਹਨਾਂ ਟੈਲੀਫੋਨਸ ਦੇ ਵਿੱਚ ਕਿੰਨੀ ਤਬਦੀਲੀ ਆ ਰਹੀ, ਜਿਹੜਾ ਮੇਰੇ ਖਿਆਲ 2005 ਇਹਨਾਂ ਨੇ ਇੰਟਰੋਡਿਊਸ ਕੀਤਾ ਸੀਗਾ ਐਪਲ ਵਾਲਿਆਂ ਨੇ, ਇਹਨਾਂ ਨੇ ਕਿਹਾ ਸੀ ਵੀ ਇਟ ਚੇਂਜਸ ਐਵਰੀਥਿੰਗ, ਆਈਫੋਨ ਜਦੋਂ ਆਇਆ ਔਰ ਵਾਕਿਆ ਉਹਦੇ ਨਾਲ ਸਭ ਕੁਝ ਹੀ ਬਦਲ ਗਿਆ, ਮਤਲਬ ਹੁਣ ਜਿਹੜੇ ਬੰਦੇ ਉਹਨਾਂ ਚੀਜ਼ਾਂ 'ਚ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਯਾਰ ਕੱਲ੍ਹ ਨੂੰ ਇਹਦਾ ਕੀ ਬਦਲਾਅ ਕੀ ਆ ਜਾਣਾ। ਦੈਟਸ ਰਾਈਟ, ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਮੀਗ੍ਰੇਸ਼ਨ 'ਤੇ ਵੀ ਬਦਲਾਵ ਆ ਰਿਹਾ ਉਸ ਤਰ੍ਹਾਂ ਉੱਦਾਂ ਹੀ ਬਦਲਾਵ ਹਰ ਜਗ੍ਹਾ ਚੱਲ ਰਹੇ ਹੈ, ਅਤੇ ਇੱਕ ਗੱਲ ਜਿਹੜੀ ਆਖਰੀ, ਜਿਹੜੀ ਡਰਾਈਵਰਲੈਸ ਜਿਹੜੀ ਕਾਰ ਹੈ ਮੈਨੂੰ ਲੱਗਦਾ ਕਿ ਉਹ ਵੀ ਬਹੁਤ ਛੇਤੀ ਆਉਣ ਵਾਲੀ, ਵਿਦਇਨ ਫਿਊ ਈਅਰਸ, 1 or 2 years। ਅਤੇ ਹੁਣ ਮੇਰੇ ਖਿਆਲ ਹੈ ਕਿ ਨਾ ਲਾਇਸੈਂਸ ਦੀ ਲੋੜ ਹੈ, ਤੁਸੀਂ ਆਪਣਾ ਕਾਰ ਦੀ ਵੈਸੇ ਲੋਡ ਵੀ ਨਹੀਂ ਹੈ, ਤੁਸੀਂ ਉਬਰ ਜਿਹੜੇ ਆ ਮੰਗਾ ਕੇ ਤੁਸੀਂ ਕਾਰ ਦੀ ਕੀ ਲੋੜ ਹੈ, ਸਾਰਾ ਉੱਦਾਂ ਹੀ ਚਲੇ ਜਾਣਾ, ਪਤਾ ਨਹੀਂ ਕੀ ਹੋਏਗਾ, ਇਟਸ ਵੈਰੀ ਸਕੈਰੀ, ਕੀ ਹੋਏਗਾ। ਟੈਕਨੋਲੋਜੀ ਹੈ ਨਾ, ਜਿੱਦਾਂ ਹੁਣ ਤੁਸੀਂ ਉਬਰ ਦੀ ਗੱਲ ਕੀਤੀ ਹੈ, ਇੱਕ ਦਿਨ ਲੋਕ ਉਬਰ ਦਾ ਇੱਥੇ ਵਿਰੋਧ ਕਰਦੇ ਸੀਗੇ, ਹੁਣ ਸੁਣਿਆ ਕਦੇ ਜੀ ਤੁਸੀਂ? ਹੁਣ ਨਹੀਂ ਕਰਦਾ, ਕਿਉਂਕਿ ਉਹ ਸਾਰੇ ਉੱਧਰ ਚਲਾਉਣ ਲੱਗ ਪਏ। ਮੈਨੂੰ ਯਾਦ ਹੈ ਅੱਜ ਤੋਂ 3-4 ਸਾਲ ਪਹਿਲਾਂ ਜਿਹੜੇ ਯੈਲੋ ਕੈਬ ਵਾਲੇ ਉੱਧਰ ਆਪਣਾ ਮਹਾਰਾਜਾ ਬੈਂਕਟ ਹਾਲ ਦੇ ਸਾਹਮਣੇ ਨਾ ਉਹ ਮੀਟਿੰਗਾਂ ਕਰਦੇ, ਕਿਰਾਵ ਕਰਦੇ ਸੀ ਕਿ ਵੀ ਉਬਰ ਨੇ ਸਾਡੀ ਉਹ ਕਰ ਲਈ ਜੀ, ਸਾਨੂੰ ਇੰਪੋਜ਼ ਕੰਡੀਸ਼ਨ ਪਾ ਦਿੱਤੀ ਜੀ, ਆਹ ਕਰੋ, ਇੰਸ਼ੋਰੈਂਸ ਭਰਾ, ਅਤੇ ਅੱਜ ਕੋਈ ਗੱਲ ਨਹੀਂ ਕਰਦਾ। ਸਾਰਿਆਂ ਦੇ ਤੁਸੀਂ ਦੇਖੋ ਕਿਤੇ ਛੋਟਾ ਜਿਹਾ ਸਾਈਨ ਲੱਗਾ ਹੁੰਦਾ ਉਬਰ ਦਾ ਵਿੱਚ, ਉਹ ਸਾਰੇ ਚਲਾ ਰਹੇ ਨੇ, ਨਾ ਜੀ ਉਹ ਦੇਖੋ ਪੈਸੇ ਬਣਦੇ, ਮੇਰਾ ਤਾਂ ਆਪਣਾ ਜੀ ਕਰਦਾ, ਮੈਂ ਕਿਹਾ ਵੀ ਗੱਡੀ ਖਾਲੀ ਕਿਉਂ ਲਈ ਫਿਰ ਰਹੀ ਆ, ਉਬਰ ਦੀ ਗੱਡੀ ਗਿਲਾ ਦਿਓ ਇੱਕ ਬਿੱਲਾ, ਟ੍ਰੇਨਿੰਗ ਲੈ ਕੇ ਤੇ ਚਲੋ ਜੀ ਉਬਰ ਚਲਾਓ। ਖੈਰ ਚਲੋ, ਥੈਂਕ ਯੂ ਵੈਰੀ ਮੱਚ। ਆਪਾਂ ਇਮੀਗ੍ਰੇਸ਼ਨ ਤੋਂ ਥੋੜ੍ਹੇ ਪਾਸੇ ਹੋ ਗਏ, ਲੇਕਿਨ ਇਮੀਗ੍ਰੇਸ਼ਨ ਦੋਸਤੋ ਵੀ ਤਬਦੀਲੀਆਂ ਚੱਲਦੀ ਰਹਿੰਦੀ ਹੈ, ਰੋਜ਼ ਤੇ ਰੋਜ਼ ਨਈ ਨਈ ਤਬਦੀਲੀਆਂ ਆਈ ਜਾ ਰਹੀਆਂ। ਅਗਰ ਜੇ ਕੋਈ ਸਵਾਲ ਹੈ ਤਾਂ ਜ਼ਰੂਰ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ, ਅਦਰਵਾਈਜ਼ ਵੀ ਵਿਲ ਟਾਕ ਨੈਕਸਟ ਵੀਕ, ਜਾਂ ਅਗਰ ਫਿਰ ਜਦ ਵੀ ਅਗਰ ਮੁਲਾਕਾਤ ਹੁੰਦੀ, ਦੇਖੋ ਕਾਲ ਆ ਗਈ, ਹੁਣ ਫੋਨ ਕਹਿੰਦੇ ਵੀ ਕਾਲ ਹੀ ਆ ਗਈ। ਹਾਂਜੀ ਲੋ, ਹੈਲੋ ਦੇਸ਼ ਪੰਜਾਬ ਜੀ, ਸਤਿ ਸ਼੍ਰੀ ਅਕਾਲ ਜੀ। ਕੇਅਰਟੇਕਰ ਲਈ ਕੌਣ ਕਰ ਸਕਦਾ ਜੀ? ਸਾਲ ਬਾਅਦ ਨਹੀਂ, 2 ਸਾਲ ਬਾਅਦ। ਹਾਂਜੀ ਹਾਂਜੀ ਹਾਂਜੀ, ਕੇਅਰ ਗਿਵਰ ਦਾ 2 ਸਾਲ ਬਾਅਦ ਹੁੰਦਾ ਹਮੇਸ਼ਾ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਹਾਂ, ਉਹ 1 ਸਾਲ ਬਈ ਹੈ, ਉਹ ਉਸ ਤਰ੍ਹਾਂ ਹੈ ਕਿ ਜਿਹੜਾ ਕੇਅਰ ਗਿਵਰ ਅਪਲਾਈ ਕਰੇਗਾ ਉਹੀ ਅਪਲਾਈ ਕਰੇਗਾ ਵੀਜ਼ਾ ਲਈ, ਜਿਹਦੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਏਗਾ ਉਹੀ ਅਪਲਾਈ ਕਰ ਸਕਦਾ, ਉਹ ਤਬਦੀਲੀ ਹੈ। ਹਾਂਜੀ 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 ਹਾਂਜੀ, ਉਹ ਤਬਦੀਲੀ ਹੈ। ਬਹੁਤ ਬਹੁਤ ਧੰਨਵਾਦ ਅਮਰਜੋਤ ਜੀ, ਵਧੀਆ ਜਾਣਕਾਰੀ ਦਿੱਤੀ ਹੈ, ਆਸ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਜਿਹੜਾ ਜੀ ਵੀ ਜਿਹੜੀ ਗੱਲਾਂ ਬਾਤਾਂ ਜਾਣਨੀਆਂ ਚਾਹੁੰਦੇ ਉਹਨਾਂ ਨੂੰ ਮਿਲੀਆਂ। ਅਤੇ ਦੋਸਤੋ, ਹੁਣ ਸਮਾਂ ਹੋ ਰਿਹਾ ਹੈ ਖਬਰਾਂ ਦਾ,
ਤੁਹਾਡੇ ਲਈ ਖਬਰਾਂ ਪੇਸ਼ ਕਰਾਂਗੇ। ਡਾਕਟਰ ਸਵਰਨਜੀਤ ਸਿੰਘ ਮੋਗਾ ਦੀ ਜ਼ੁਬਾਨੀ। ਸ਼ੋਰ, ਥੈਂਕ ਯੂ ਵੈਰੀ ਮੱਚ ਸਾਰਿਆਂ ਨੂੰ।